ਤਾਂ ਇੰਜ ਲੱਗਦਾ ਹੈ ਕਿ ਸ਼ਹਾਦਤਾਂ ਦਾ ਵਿਰਸਾ ਬੜਾ ਵਡਮੁੱਲਾ ਹੈ। 18ਵੀਂ ਸਦੀ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਤੇਗਾਂ ਦੀਆਂ ਨੋਕਾਂ ਦੇ ਨਾਲ ਆਪਣੇ ਖੂਨ ਦੇ ਨਾਲ ਇਤਿਹਾਸ ਸਿਰਜਿਆ ਬਹੁਤ ਹੈ, ਸੰਭਾਲਿਆ ਬਹੁਤ ਘੱਟ ਹੈ। ਜਾਨ ਮੈਕਰੀ ਦੀ ਕਬਰ ਦੇ ਉੱਪਰ ਲਿਖਿਆ ਹੈ, ਕਹਿੰਦਾ ਮੇਰੀ ਕੌਮ ਦੇ ਲੋਕੋ, ਦੁਸ਼ਮਣ ਦੀਆਂ ਤੋਪਾਂ ਸਾਡੇ ਵੱਲ ਮੂੰਹ ਖੋਲੀ ਖੜੀਆਂ ਨੇ, ਸਾਡੇ ਉੱਪਰ ਗੋਲਾਬਾਰੀ ਹੋ ਰਹੀ ਹੈ, ਕੁਝ ਚਿਰ ਨੂੰ ਅਸੀਂ ਇਹਨਾਂ ਕਬਰਾਂ ਦੇ ਵਿੱਚ ਸੌਂ ਜਾਣਾ, ਪਰ ਸੱਚ ਜਾਣਿਓ ਤੁਹਾਡੇ ਵਾਸਤੇ ਸਾਨੂੰ ਕਬਰਾਂ 'ਚ ਸੌਣਾ ਮਨਜ਼ੂਰ ਹੈ, ਪਰ ਜੇ ਕਿਤੇ ਸਾਡੀ ਕੌਮੀਅਤ ਨੇ ਸਾਨੂੰ ਯਾਦ ਨਾ ਕੀਤਾ ਸਾਨੂੰ ਕਬਰਾਂ 'ਚ ਵੀ ਚੈਨ ਨਹੀਂ ਆਉਣਾ। ਪਰ ਸਿੱਖ ਦੀ ਅਵਸਥਾ ਇਹਦੇ ਤੋਂ ਕਿਤੇ ਉੱਚੀ ਹੈ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕੁਰਾਨ ਦੇ ਅਰਥ ਪੜਾਉਣ ਦੇ ਵਾਸਤੇ ਵਾਇਜ਼ ਬੁਲਾਏ ਜਾਂਦੇ ਨੇ। ਮੈਂ ਇੱਕ ਬੇਨਤੀ ਕਰ ਦਵਾਂ ਵੀਰ ਜੀ, ਗੁਸਤਾਖੀ ਮਾਫ, ਮਾਇਆ ਦੇਣ ਵਾਸਤੇ ਕੋਈ ਨਾ ਉੱਠਿਓ, ਸਾਰੀ ਸੰਗਤ ਦੀ ਸੁਰਤ ਜਿਹੜੀ ਹੈ ਨਾ ਉਹ ਭੰਗ ਹੋ ਜਾਂਦੀ ਹੈ ਤੇ ਉਹ ਜਿਹੜਾ ਤਵਾਜ਼ਨ ਜਿਹਾ ਬਣਿਆ ਹੁੰਦਾ ਉਹ ਟੁੱਟ ਜਾਂਦਾ। ਇੱਕ ਬੇਨਤੀ ਕਰਾਂ, ਵਾਇਜ਼ ਬੁਲਾਏ ਗਏ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਕੁਰਾਨ ਦੇ ਅਰਥ ਕਰਨ ਦੇ ਵਾਸਤੇ। ਸੂਰਾ ਬਕਰ ਦੀ 196 ਨੰਬਰ ਆਇਤ ਸੀ, ਵਾਇ ਤਨਮੁਲ ਹਜ਼ਵਲ ਉਮਰ ਤਾਲੇ ਲਾਹ ਫਾਇਦ ਓਇਸ। ਕਿਸੇ ਨੇ ਕੋਈ ਅਰਥ ਕੀਤਾ, ਕਿਸੇ ਨੇ ਕੋਈ ਅਰਥ ਕੀਤਾ, ਇੱਕ ਵਿਦਵਾਨ ਨੇ ਇੰਨੇ ਸੋਹਣੇ ਅਰਥ ਕੀਤੇ, ਜਦੋਂ ਵਿਦਵਾਨ ਦਾ ਨਾਮ ਪੁੱਛਿਆ ਗਿਆ ਵਿਦਵਾਨ ਹਿੰਦੂ ਨਿਕਲਿਆ। ਰਾਜਾ ਪਰੇਸ਼ਾਨ ਤੇ ਹੈਰਾਨ। ਅਜੀਬ ਗੱਲ ਹੈ, ਕੁਰਾਨ ਦੇ ਵਾਇਜ਼, ਕੁਰਾਨ ਦੇ ਅਰਥ ਦੱਸਣ ਵਾਲੇ ਇਹੋ ਜਿਹੇ ਅਰਥ ਨਹੀਂ ਕਰ ਸਕੇ, ਇੱਕ ਹਿੰਦੂ ਐਵੇਂ ਦੇ ਅਰਥ ਕਰ ਰਿਹਾ ਹੈ। ਇਹ ਹਿੰਦੂ ਹਿੰਦੂ ਨਹੀਂ ਰਹਿਣਾ ਚਾਹੀਦਾ, ਇਹ ਤਾਂ ਮੁਸਲਮਾਨ ਬਣਨਾ ਚਾਹੀਦਾ। ਦੋ ਗੱਲਾਂ ਨੇ ਉਹਦੇ ਸਾਹਮਣੇ, ਜਾਂ ਤੇ ਉਹ ਮੌਤ ਕਬੂਲ ਕਰ ਲਵੇ ਤੇ ਜਾਂ ਫਿਰ ਉਹ ਦੀਨੇ ਇਸਲਾਮ ਕਬੂਲ ਕਰ ਲਵੇ। ਮਹਾਰਾਜਾ ਉਸ ਵੇਲੇ ਦਾ ਔਰੰਗਜ਼ੇਬ ਤੇ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਉਸ ਹਿੰਦੂ ਵਿਦਵਾਨ ਦਾ ਵਿਦਿਆਰਥੀ ਹੈ, ਉਹਦੇ ਕੋਲ ਕੁਰਾਨ ਪੜ੍ਹਦਾ, ਫਾਰਸੀ ਪੜ੍ਹਦਾ, ਜਾ ਕੇ ਆਪਣੇ ਉਸਤਾਦ ਨੂੰ ਕਹਿੰਦਾ, ਕਹਿੰਦਾ ਮੈਂ ਰਾਜ ਮਹਿਲ ਦੇ ਵਿੱਚ ਸੁਣਿਆ ਕਿ ਗੱਲਾਂ ਹੋ ਰਹੀਆਂ ਨੇ, ਜਾਂ ਤਾਂ ਤੁਹਾਨੂੰ ਦੀਨੇ ਇਸਲਾਮ 'ਚ ਲਿਆਂਦਾ ਜਾਵੇਗਾ ਜਾਂ ਤੁਹਾਨੂੰ ਮੌਤ ਕਬੂਲ ਕਰਨੀ ਪਵੇਗੀ, ਕਿਉਂਕਿ ਤੁਸੀਂ ਹਿੰਦੂ ਹੋ ਔਰ ਬਾਦਸ਼ਾਹ ਚਾਹੁੰਦਾ ਹੈ ਕਿ ਜੇ ਇਵੇਂ ਦਾ ਹਿੰਦੂ ਵਿਦਵਾਨ ਇਸਲਾਮ 'ਚ ਆ ਜਾਵੇ ਤੇ ਜਦੋਂ ਇਹ ਕੁਰਾਨ ਦੇ ਵਾਇਜ਼ ਬਣ ਕੇ ਅਰਥ ਕਰੇਗਾ ਤਾਂ ਕਿਉਂ ਨਾ ਸਾਰੀ ਦੁਨੀਆ ਹਿੰਦੂ ਬਣ ਜਾਵੇਗੀ, ਮੁਸਲਮਾਨ ਬਣ ਜਾਵੇਗੀ। ਮੌਤ ਤੋਂ ਡਰਦਾ ਇਹ ਵਿਦਵਾਨ ਬਾਦਸ਼ਾਹ ਦੇ ਦਰ ਨੂੰ ਛੱਡਦਾ ਹੈ ਤੇ ਉਸ ਦਰ ਤੇ ਪਹੁੰਚਦਾ ਜਿੱਥੇ ਬਾਦਸ਼ਾਹ ਦਾ ਕੋਈ ਡਰ ਨਹੀਂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ। ਔਰ ਇਸ ਵਿਦਵਾਨ ਨੂੰ ਅਸੀਂ ਜਾਣਦੇ ਹਾਂ ਭਾਈ ਨੰਦ ਲਾਲ ਦੇ ਨਾਮ ਦੇ ਕਰਕੇ। ਮੌਤ ਤੋਂ ਡਰਦਿਆਂ ਭੱਜੇ ਨੇ। ਮੈਂ ਗੱਲ ਇਹ ਕਰਨ ਲੱਗਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਉਹਨਾਂ ਦੇ ਕੋਲ ਸ਼ਹਾਦਤ ਦਾ ਵਿਰਸਾ ਕਿੱਡਾ ਹੈ ਤੇ ਸਿੱਖ ਦੇ ਵਿੱਚ ਸ਼ਹੀਦੀ ਪਰੰਪਰਾ ਕੈਸੀ ਹੈ। ਇੱਕ ਦਿਨ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਖੜੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸੀ ਇਸ਼ਨਾਨ ਕਰਕੇ ਕੰਘਾ ਕਰ ਰਹੇ ਨੇ, ਕੇਸਾਂ ਨੂੰ ਤੱਕਿਆ, ਇੱਕ ਨਜ਼ਮ ਬਿਆਨ ਕੀਤੀ ਭਾਈ ਨੰਦ ਲਾਲ ਜੀ ਨੇ, ਬੜੇ ਵੱਡੇ ਵਿਦਵਾਨ ਸੀ ਫਾਰਸੀ ਦੇ, ਉਹ ਨਜ਼ਮ ਬਿਆਨ ਕੀਤੀ ਹੈ। ਭਾਈ ਨੰਦ ਲਾਲ ਕਹਿੰਦੇ ਨੇ, ਦੀਨ ਦੁਨੀਆ ਦਰਕ ਮੰਦੇ ਆਪ ਹਰੀ ਰੁਖਸਾਰਮਾ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰਮਾ। ਇਹ ਪਾਤਸ਼ਾਹ ਤੇਰੇ ਕੇਸਾਂ ਦੀ ਇੱਕ ਇੱਕ ਤਾਰ ਦੇ ਵਿੱਚ ਦੋ ਜਹਾਨ ਦੇ ਦਰਸ਼ਨ ਹੋ ਰਹੇ ਨੇ, ਤੇਰੇ ਰੁਖਸਾਰ ਦੇ ਵਿੱਚ ਸਮੁੱਚੇ ਬ੍ਰਹਿਮੰਡ ਦੇ ਦਰਸ਼ਨ ਹੋ ਰਹੇ ਨੇ। ਪਾਤਸ਼ਾਹ ਤੇਰੇ ਚਿਹਰੇ ਦੇ ਦੀਦਾਰ ਕਰਨ ਤੋਂ ਬਾਅਦ ਤਾਂ ਸੰਸਾਰ ਦੀ ਕੋਈ ਇੱਛਾ ਰਹੀ ਨਹੀਂ। ਖਿਆਲ ਕਰਿਓ,
ਮੌਤ ਤੋਂ ਭੱਜਾ ਵਿਦਵਾਨ ਅੱਜ ਗੁਰੂ ਨੂੰ ਕਹਿ ਰਿਹਾ ਹੈ ਕਿ ਸੰਸਾਰ ਦੇ ਵਿੱਚ ਕੋਈ ਇੱਛਾ ਹੀ ਨਹੀਂ ਰਹੀ, ਜ਼ਿੰਦਗੀ ਜੀਣ ਵਾਸਤੇ ਤਾਂ ਮੌਤ ਤੋਂ ਭੱਜਿਆ ਸੀ ਤੇ ਕਹਿ ਰਿਹਾ ਕਿ ਕੋਈ ਇੱਛਾ ਰਹੀ ਨਹੀਂ। ਪਾਤਸ਼ਾਹ ਨੇ ਘੁੱਟ ਕੇ ਗੱਲ ਨਾ ਲਾਇਆ, ਨੰਦ ਲਾਲ ਜੀ ਇਹ ਅਵਸਥਾ ਕੈਸੀ? ਨੰਦ ਲਾਲ ਜੀ ਨੇ ਅਗਲੀ ਗੱਲ ਕਹੀ ਹੈ, ਉਹ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਯਾਰ ਅਸਤ ਚਸ਼ਮਗਰ ਬਿਨਾ ਬਵਦ ਹਰ ਤਰਫ ਦੀਦਾਰ ਅਸਤ। ਇਹ ਕਲਗੀਧਰ ਪਾਤਸ਼ਾਹ ਅੱਜ ਤਾਂ ਤੈਨੂੰ ਨੇੜੇ ਤੋਂ ਤੱਕਿਆ ਨਾ, ਸੱਚ ਜਾਣੀ ਜਿਸ ਦਿਨ ਦਾ ਤੂੰ ਦਿਲ ਚ ਵਸ ਗਿਆ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਿਸ਼ ਯਾਰ ਅਸਤ, ਹਰ ਵੇਲੇ ਤਾਂ ਖਿੱਚ ਤੈਨੂੰ ਵੇਖਣ ਦੀ ਲੱਗੀ ਰਹਿੰਦੀ ਹੈ, ਪਰ ਸੱਚ ਜਾਣੀ ਜਦੋਂ ਦੀ ਉਹ ਖਿੱਚ ਜਾਗੀ ਹੈ ਨਾ, ਫਿਰ ਚਸ਼ਮਗਰ ਬਿਨਾ ਬਵਦ, ਫਿਰ ਇਹ ਅੱਖਾਂ ਹਰ ਪਾਸੇ ਹਰ ਤਰਫ ਦੀਦਾਰ ਅਸਤ ਤੈਨੂੰ ਹੀ ਤੱਕਦੀਆਂ। ਪਾਤਸ਼ਾਹ ਸੁਭਾਵਕ ਪੁੱਛਦੇ ਨੇ, ਭਾਈ ਨੰਦ ਲਾਲ ਮੰਗ ਕੀ ਮੰਗਦਾ ਹੈ? ਨੰਦ ਲਾਲ ਦਾ ਜਵਾਬ ਇਹ ਹੈ, ਅੰਤਰ ਮੌਤ ਤੋਂ ਭੱਜਾ ਵਿਦਵਾਨ ਅੱਜ ਗੁਰੂ ਕੋ ਮੰਗ ਕੀ ਰੱਖ ਰਿਹਾ ਹੈ? ਕਹਿੰਦਾ ਪਾਤਸ਼ਾਹ ਤੇਰੇ ਚਿਹਰੇ ਨੂੰ ਤੱਕਿਆ ਲੋਕ ਤੇ ਪਰਲੋਕ ਸੁਹੇਲੇ ਹੋ ਗਏ, ਤੂੰ ਗੱਲ ਦੇ ਨਾਲ ਲਾ ਲਿਆ, ਮੈਨੂੰ ਕਾਇਨਾਤ ਦੀਆਂ ਖੁਸ਼ੀਆਂ ਪ੍ਰਾਪਤ ਹੋ ਗਈਆਂ, ਹੁਣ ਮੰਗ ਰਹਿ ਕਿਹੜੀ ਗਈ ਹੈ? ਨੰਦ ਲਾਲ ਜੀ ਫਿਰ ਵੀ ਕੁਛ ਮੰਗੋ। ਨੰਦ ਲਾਲ ਦੀ ਮੰਗ, ਗੁਰੂ ਕਿਰਪਾ ਕਰੇ ਉਹ ਮੰਗ ਸਾਡੇ ਸਾਰਿਆਂ ਦੀ ਮੰਗ ਬਣ ਜਾਵੇ। ਨੰਦ ਲਾਲ ਕਹਿੰਦੇ ਨੇ ਪਾਤਸ਼ਾਹ ਮੰਨ ਲਓ ਮੇਰੀ ਮੌਤ ਹੋ ਜਾਵੇ ਤੇ ਕਿਰਪਾ ਕਰਕੇ ਤੁਸੀਂ ਕਿਤੇ ਮੇਰੇ ਅੰਤਮ ਸਮੇਂ ਤੇ ਹਾਜ਼ਰ ਹੋਵੋ। ਮਰਬ ਐਬਾਦ ਖਾਕਮ ਅੱਜ ਦਰ ਦੂਸ਼ਣ, ਮੇਰੀ ਮੌਤ ਹੋ ਜਾਵੇ, ਮੇਰਾ ਅੰਤਮ ਸੰਸਕਾਰ ਕੀਤਾ ਜਾਵੇ, ਅੰਤਮ ਸੰਸਕਾਰ ਕਰਨ ਤੋਂ ਬਾਅਦ ਜਿਹੜੀ ਮੇਰੀ ਸਵਾਹ ਪਈ ਹੋਵੇ ਨਾ, ਪਾਤਸ਼ਾਹ ਤੁਸੀਂ ਸਮੁੱਚੀ ਕਾਇਨਾਤ ਦੇ ਮਾਲਕ ਹੋ, ਕਿਤੇ ਇਵੇਂ ਦੀ ਹਵਾ ਨਾ ਚੱਲੇ ਕਿ ਉਹ ਸਵਾਹ ਉੱਡ ਕੇ ਕਿਸੇ ਹੋਰ ਦੇ ਪੈਰਾਂ ਨੂੰ ਲੱਗ ਜਾਵੇ। ਦੁਸ਼ਮਨਨ ਸਰਜਨਸ਼ ਕੁਨਦ ਕੇ ਉਹ ਹਰਜਾਈ ਅਸਤ, ਪਾਤਸ਼ਾਹ ਮੈਨੂੰ ਮਰਨ ਤੋਂ ਬਾਅਦ ਵੀ ਚੈਨ ਨਹੀਂ ਆਉਣਾ ਜੇ ਮੇਰੀ ਮਰਨ ਤੋਂ ਬਾਅਦ ਸਵਾਹ ਵੀ ਤੇਰੇ ਪੈਰਾਂ ਤੋਂ ਬਿਨਾਂ ਕਿਸੇ ਹੋਰ ਦੇ ਪੈਰਾਂ ਨੂੰ ਲੱਗ ਗਈ। ਮਰਬ ਐਬਾਦ ਖਾਕਮ ਅੱਜ ਦਰ ਦੂਸ਼ਣ, ਦੁਸ਼ਮਨਨ ਸਰਜਨਸ਼ ਕੁਨਦ ਕੇ ਉਹ ਹਰਜਾਈ ਅਸਤ। ਹੁਣ ਖਿਆਲ ਕਰੋ ਸਾਡਾ ਵਿਰਸਾ ਕੈਸਾ ਹੈ। ਜਿਸ ਕੌਮ ਦੇ ਸ਼ਹੀਦ ਦੇ ਬਾਰੇ ਇਹ ਕਬਰਾਂ ਤੇ ਲਿਖਿਆ ਜਾ ਰਿਹਾ ਕਿ ਉਹਦੀ ਸ਼ਹੀਦੀ ਸਾਡੇ ਵਾਸਤੇ ਚਾਨਣ ਦਾ ਮੁਜ਼ਾਰਾ ਹੈ, ਉਹ ਕਹਿੰਦਾ ਕਬਰਾਂ ਚ ਪਿਆਂ ਨੂੰ ਯਾਦ ਰੱਖਿਓ, ਤੇ ਜਿਹੜਾ ਮੌਤ ਤੋਂ ਡਰਦਾ ਗੁਰੂ ਦੇ ਦਰ ਤੇ ਆਇਆ ਉਹ ਕਹਿੰਦਾ ਪਾਤਸ਼ਾਹ ਮਰਨ ਤੋਂ ਬਾਅਦ ਸਵਾਹ ਵੀ ਤੇਰੇ ਪੈਰਾਂ ਨੂੰ ਲੱਗੀ ਰਵੇ। ਇਹ ਸਾਡਾ ਵਿਰਸਾ, ਇਹ ਸਾਡਾ ਸ਼ਹੀਦੀ ਪਰੰਪਰਾ ਦਾ ਉਹ ਮਾਪਦੰਡ ਹੈ, ਉਹ ਪੈਰਾਮੀਟਰ ਹੈ ਜਿਹੜਾ ਦੁਨੀਆਂ ਦੀ ਕਿਸੇ ਹੋਰ ਕੌਮ ਦੇ ਕੋਲ ਨਹੀਂ। ਵੈਸੇ ਸ਼ਹੀਦ ਸ਼ਬਦ ਆਜ਼ਾਦ ਇਸਲਾਮ ਨੇ ਕੀਤਾ। ਜੇਕਰ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਰਚੇ ਗਏ ਵੇਦਾਂ ਨੂੰ ਪੜ੍ਹੀਏ, ਸਿਮਰਤੀਆਂ ਨੂੰ ਪੜ੍ਹੀਏ, ਸ਼ਾਸਤਰਾਂ ਤੇ ਉਪਨਿਸ਼ਦਾਂ ਦਾ ਅਧਿਐਨ ਕਰੀਏ, ਕਿਸੇ ਵਿੱਚ ਸ਼ਹੀਦ ਸ਼ਬਦ ਨਹੀਂ। ਬਲੀਆਂ ਦੀ ਪਰੰਪਰਾ ਹੈ, ਜੱਗਾਂ ਦੀ ਪਰੰਪਰਾ ਹੈ, ਜੰਤਰ ਮੰਤਰ ਨੇ, ਗੈਂਡਾ ਮੇਧ ਜਾਗ ਕੀਤੇ ਜਾਂਦੇ ਨੇ, ਅਸ਼ਵ ਮੇਘ ਜਾਗ ਕੀਤੇ ਜਾਂਦੇ ਨੇ, ਨਰ ਮੇਘ ਜਾਗ ਕੀਤੇ ਜਾਂਦੇ ਨੇ, ਕਈ ਤਰ੍ਹਾਂ ਦੇ ਹੋਰ ਜਾਗ ਕੀਤੇ ਜਾਂਦੇ ਨੇ, ਗਊ ਮੇਘ ਜਾਗ ਕੀਤੇ ਜਾਂਦੇ ਨੇ, ਸ਼ਹੀਦੀ ਸ਼ਬਦ ਕਿਤੇ ਨੇ? ਔਰ ਸ਼ਹੀਦੀ ਸ਼ਬਦ ਕੁਰਾਨ ਦੇ ਵਿੱਚ ਵੀ ਨਹੀਂ ਹੈਗਾ। ਕਲਮਾ ਸ਼ਹਾਦਤ ਜ਼ਰੂਰ ਇਸਲਾਮ ਦੀ ਤਲੀਮੁਲ ਇਸਲਾਮ ਚ ਆਉਂਦਾ ਹੈ, ਪਰ ਸ਼ਹੀਦੀ ਸ਼ਬਦ ਨਹੀਂ। ਸ਼ਹੀਦ ਸ਼ਬਦ ਹਦੀਸ ਚ ਆਉਂਦਾ, ਅਰਬੀ ਭਾਸ਼ਾ ਦਾ ਸ਼ਬਦ, ਜਿਸ ਦਾ ਭਾਵ ਹੈ ਉਹ ਮਨੁੱਖ ਜਿਹੜਾ ਸੰਸਾਰ ਦੇ ਉੱਪਰ ਹੋ ਰਹੇ ਜ਼ੁਲਮ ਦੇ ਖਿਲਾਫ਼ ਖੁਦਾ ਦੇ ਦਰ ਤੇ ਗਵਾਹੀ ਦਿੰਦਾ ਹੈ, ਸੱਚ ਦੀ ਗਵਾਹੀ ਦਿੰਦਾ ਹੈ, ਉਹ ਸ਼ਹੀਦ ਹੈ। ਇਸਲਾਮ ਧਰਮ ਨੇ ਸ਼ਹੀਦ ਸ਼ਬਦ ਨੂੰ ਜਨਮ ਦਿੱਤਾ ਹੈ। ਇਸੇ ਕਰਕੇ ਉਹ ਕਹਿੰਦੇ ਨੇ ਕਿ ਜਦੋਂ ਚਾਰ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਉਦੋਂ ਇੱਕ ਸ਼ਹਾਦਤ ਹੁੰਦੀ ਹੈ। ਉਹ ਚਾਰ ਚੀਜ਼ਾਂ ਕਿਹੜੀਆਂ ਨੇ? ਕਤਲ, ਕਾਤਲ, ਮਕਤਲ ਔਰ ਮਕਤੂਲ।
ਇਸਲਾਮ ਦਾ ਇੱਕ ਸ਼ੇਰ ਹੈ, ਜੇ ਜਾਨ ਤੋਂ ਆਨੀ ਜਾਨੀ ਹੈ ਇਸ ਜਾਂ ਕੀ ਤੋਂ ਕੋਈ ਬਾਤ ਨਹੀਂ, ਜਿਸ ਧੱਜ ਸੇ ਕੋਈ ਮਕਤਲ ਮੇ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਸ਼ੇਰ ਨੂੰ ਜਨਮ ਦਿੱਤਾ ਇਸਲਾਮ ਨੇ। ਕਹਿੰਦੇ ਸ਼ਹੀਦ ਅਸਲੀ ਉਹ ਹੈ ਜਿਹੜਾ ਤੁਰ ਕੇ ਖੁਦ ਮਕਤਲ ਚ ਜਾਵੇ। ਚਾਰ ਚੀਜ਼ਾਂ ਨੇ, ਮਕਤਲ, ਮਕਤੂਲ, ਕਤਲ ਔਰ ਕਾਤਲ। ਕਤਲ ਕਰਨ ਦੀ ਕਿਰਿਆ ਹੈ, ਕਾਤਲ ਜਿਹੜਾ ਉਹ ਕਿਰਿਆ ਕਰਦਾ ਹੈ, ਮਕਤੂਲ ਜਿਸ ਦਾ ਕਤਲ ਕੀਤਾ ਜਾਂਦਾ ਹੈ, ਤੇ ਮਕਤਲ ਜਿਸ ਜਗ੍ਹਾ ਤੇ ਕਤਲ ਕੀਤਾ ਜਾਂਦਾ ਹੈ। ਇਸ ਚੀਜ਼ ਨੂੰ ਜਨਮ ਤੇ ਦੇ ਦਿੱਤਾ, ਪਰ ਇਸਲਾਮ ਨੇ ਇੱਕ ਵੀ ਐਸੀ ਸ਼ਹਾਦਤ ਨੂੰ ਜਨਮ ਨਹੀਂ ਦਿੱਤਾ ਜਦੋਂ ਕਿ ਖੁਦ ਮਕਤੂਲ ਜਿਹੜਾ ਉਹ ਤੁਰ ਕੇ ਮਕਤਲ ਦੇ ਵਿੱਚ ਗਿਆ ਹੋਵੇ ਸ਼ਹੀਦੀ ਦੇਣ ਦੇ ਵਾਸਤੇ। ਇਹ ਪਰੰਪਰਾ ਗੁਰੂ ਅਰਜਨ ਸਾਹਿਬ ਨੇ ਸ਼ੁਰੂ ਕੀਤੀ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ। ਹੋਰ ਵੀ ਸ਼ਹੀਦ ਹੋਏ ਨੇ। ਹਜ਼ਰਤ ਹੁਸੈਨ ਦੀ ਸ਼ਹਾਦਤ ਦੀ ਗੱਲ ਹੈ, ਈਸਾ ਮਸੀਹ ਦੀ ਸ਼ਹਾਦਤ ਦੀ ਗੱਲ ਹੈ, ਮਨਸੂਰ ਨੂੰ ਸੂਲੀ ਤੇ ਚੜਾਇਆ ਜਾਂਦਾ ਹੈ, ਬਹੁਤ ਸ਼ਹੀਦ ਹੋਏ ਨੇ, ਪਰ ਕਿਸੇ ਦੇ ਨਾਲ ਸ਼ਹੀਦਾਂ ਦੇ ਸਰਤਾਜ ਸ਼ਬਦ ਨਹੀਂ ਲੱਗਦਾ। ਕਾਰਨ ਕੀ ਹੈ? ਕਿਉਂਕਿ ਮੌਤ ਦੇ ਫਤਵਿਆਂ ਨੂੰ ਸ਼ਹਾਦਤ ਗਿਣਿਆ ਜਾਂਦਾ ਰਿਹਾ। ਮੌਤ ਦੇ ਫਤਵਿਆਂ ਨੂੰ ਸ਼ਹਾਦਤ ਗਿਣਿਆ ਜਾਂਦਾ ਹੈ। ਜਿਸ ਮਹਾਨ ਸ਼ਹੀਦ ਦੀ ਤੁਸੀਂ ਯਾਦ ਮਨਾ ਰਹੇ ਹੋ ਨਾ, ਉਸ ਜੰਗ ਦੇ ਵਿੱਚੋਂ ਵੀ, ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ, ਉਸ ਜੰਗ ਦੇ ਵਿੱਚੋਂ ਵੀ ਕੁਝ ਲੋਕ ਭੱਜੇ ਸੀ, ਉਹਨਾਂ ਨੂੰ ਅੱਜ ਕੋਈ ਯਾਦ ਨਹੀਂ ਜੇ ਕਰਦਾ। ਮੌਤ ਦੇ ਫਤਵਿਆਂ ਨੂੰ ਸ਼ਹਾਦਤ ਗਿਣਿਆ ਜਾਂਦਾ ਰਿਹਾ। ਸੱਚ ਜਾਣਿਓ, ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਇਸ ਕਰਕੇ ਨੇ ਕਿ ਧਾਰਮਿਕ ਜਗਤ ਦੇ ਵਿੱਚ ਦੁਨੀਆਂ ਦੇ ਪਹਿਲੇ ਐਸੇ ਸ਼ਹੀਦ ਨੇ ਜਦੋਂ ਤੁਜ਼ਕੇ ਜਹਾਂਗੀਰੀ ਦੇ ਮੁਤਾਬਕ ਜਹਾਂਗੀਰ ਖੁਦ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਵੋ ਤਾਂ ਜ਼ਿੰਦਗੀ ਜੀ ਸਕਦੇ ਹੋ, ਜ਼ਿੰਦਗੀ ਜੀਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੈ। ਇਸ ਤੋਂ ਪਹਿਲਾਂ ਮੈਂ ਸੋਚਦਾ ਜੇ ਕਿਤੇ ਇਹ ਪੇਸ਼ਕਸ਼ ਹਜ਼ਰਤ ਹੁਸੈਨ ਨੂੰ, ਈਸਾ ਮਸੀਹ ਨੂੰ, ਜਾਂ ਫਿਰ ਮਨਸੂਰ ਨੂੰ, ਜਾਂ ਫਿਰ ਹਜ਼ਰਤ ਇਬਰਾਹਿਮ ਦੇ ਪੁੱਤਰ ਇਸਮਾਇਲ ਨੂੰ ਮਿਲੀ ਹੁੰਦੀ ਤਾਂ ਦੁਨੀਆਂ ਦਾ ਇਤਿਹਾਸ ਕੁਛ ਹੋਰ ਹੁੰਦਾ। ਉਹਨਾਂ ਦੇ ਵਾਸਤੇ ਤਾਂ ਜ਼ਿੰਦਗੀ ਜੀਣ ਦਾ ਦਰਵਾਜ਼ਾ ਹੀ ਨਹੀਂ ਸੀ। ਇੱਥੇ ਪਾਤਸ਼ਾਹ ਨੂੰ ਦਰਵਾਜ਼ਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਦੀਨੇ ਇਸਲਾਮ ਕਬੂਲ ਕਰ ਲਵੋ, ਜ਼ਿੰਦਗੀ ਜੀਣ ਦਾ ਤੁਹਾਡਾ ਦਰਵਾਜ਼ਾ ਖੁੱਲ੍ਹਾ ਹੈ। ਫਿਰ ਇੱਥੇ ਗੱਲ ਆਉਂਦੀ ਹੈ ਸ਼ਹੀਦਾਂ ਦੇ ਸਰਤਾਜ ਦੀ, ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦੋ ਵਾਰ ਸ਼ਹੀਦ ਸ਼ਬਦ ਆਇਆ। ਆਸਾ ਰਾਗ ਦੇ ਵਿੱਚ ਇਸਲਾਮੀ ਪਰੰਪਰਾ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਪੀਰ ਪੈਗੰਬਰ ਸਾਲਕ ਸਾਦਕ ਸਹੁਦੇ ਔਰ ਸ਼ਹੀਦ। ਦੂਸਰੀ ਵਾਰ ਤਿਲੰਗ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਕਬੀਰ ਸਾਹਿਬ ਦੇ ਪਰਵਾਰੇ ਫਰਮਾਉਂਦੇ ਨੇ, ਈਦ ਬਕਰੀਦ ਜਾ ਕੇ ਕੁੱਲ ਵਿਖੇ ਗਊਰੇ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ। ਇਹ ਹੈ ਸਾਡਾ ਸ਼ਹੀਦੀ ਵਿਰਸਾ ਜਿਹੜਾ ਦੁਨੀਆਂ ਦੀ ਕਿਸੇ ਕੌਮੀਅਤ ਦੇ ਕੋਲ ਨਹੀਂ। ਅੱਜ ਬੇਸ਼ੱਕ ਮਨੁੱਖੀ ਹੱਕਾਂ ਦੇ ਉੱਪਰ ਹਿਊਮਨ ਰਾਈਟਸ ਡੇ ਮਨਾਏ ਜਾਂਦੇ ਨੇ, ਔਰ ਜੇਕਰ ਅਸੀਂ ਇਹ ਸ਼ਹਾਦਤ ਦੀ ਗੱਲ ਕਰੀਏ ਜਿਹੜੀ ਕੌਮ ਦੀ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਈ ਦੂਸਰੀ ਸ਼ਹਾਦਤ ਹੈ, ਤੇ ਸੱਚ ਜਾਣਿਓ ਮਨੁੱਖੀ ਹੱਕਾਂ ਦੇ ਬਾਰੇ ਦਿੱਤੀ ਗਈ ਸ਼ਹਾਦਤ ਦੇ ਪੈਰਾਮੀਟਰ ਦੇ ਵਿੱਚ, ਮਾਪਦੰਡ ਦੇ ਵਿੱਚ ਗੁਰੂ ਤੇਗ ਬਹਾਦਰ ਸਭ ਤੋਂ ਵੱਡੀ ਦੁਨੀਆਂ ਤੇ ਕੋਈ ਸ਼ਹਾਦਤ ਨਹੀਂ। ਉਹ ਧਰਮ ਜਿਸ ਦੇ ਧਾਰਮਿਕ ਚਿੰਨ੍ਹਾਂ ਨੂੰ ਪਹਿਲੇ ਜਾਮੇ ਦੇ ਵਿੱਚ ਇਹ ਕਹਿ ਕੇ ਖੰਡਨ ਕਰ ਦਿੱਤਾ ਹੋਵੇ ਕਿ ਇਹ ਜਨੇਊ ਜੀ ਕਾ ਹੈ ਤਾਂ ਪੰਡੇ ਘੱਤ, ਮੈਂ ਇਹ ਨਹੀਂ ਧਾਰਨ ਕਰਨਾ, ਪਰ ਉਸ ਧੋਤੀ ਦੇ, ਉਸ ਟੋਪੀ ਦੇ, ਉਸ ਜੰਜੂ ਦੇ ਧਾਰਨੀ ਜਦੋਂ ਨੌਵੇਂ ਜਾਮੇ ਚ ਆ ਰਹੇ ਨੇ ਤੇ ਪਾਤਸ਼ਾਹ ਕੁਰਬਾਨੀ ਦੇ ਰਹੇ ਨੇ। ਔਰ ਕੇਵਲ ਇਹ ਹਿੰਦੂ ਧਰਮ ਦੀ ਗੱਲ ਨਹੀਂ, ਇੱਕ ਗੱਲ ਖਿਆਲ ਰੱਖਿਓ, ਪਾਤਸ਼ਾਹ ਦੀ ਕੁਰਬਾਨੀ ਮਨੁੱਖੀ ਹੱਕਾਂ ਦੇ ਵਾਸਤੇ ਇਹ ਗੱਲ ਵੱਖਰੀ ਹੈ, ਜਿਹੜੀ ਗੱਲ ਮੈਂ ਬਾਰ ਬਾਰ ਦੁਹਰਾਉਣੀ ਚਾਹੁੰਦਾ ਕਿ ਅਸੀਂ ਉਸ ਵਿਰਸੇ ਨੂੰ ਸੰਭਾਲ ਨਾ ਸਕੇ। ਮਨੁੱਖੀ ਹੱਕਾਂ ਦੇ ਬਾਰੇ ਦਿੱਤੀ ਗਈ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ ਹੈ।
ਜਿਸ ਧਰਮ ਦੇ ਧਾਰਮਿਕ ਚਿੰਨ੍ਹਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਉਹਨਾਂ ਨੂੰ ਬਚਾਉਣ ਦੇ ਵਾਸਤੇ ਸ਼ਹਾਦਤ ਦਿੱਤੀ ਜਾ ਰਹੀ ਹੈ ਤੇ ਪਾਤਸ਼ਾਹ ਬੜਾ ਸਪਸ਼ਟ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਾਕਾ ਤੋਂ ਭਾਵ ਹੁੰਦਾ ਹੈ ਉਹਨਾਂ ਦਾ ਉਹਨਾਂ ਦੀ ਧੋਤੀ ਦੇ ਵਾਸਤੇ ਉਹਨਾਂ ਦੀ ਟੋਪੀ ਦੇ ਵਾਸਤੇ ਉਹਨਾਂ ਦੇ ਜੰਜੂ ਦੇ ਵਾਸਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੇ ਵਾਸਤੇ ਕੀਨੋ ਬਡੋ ਕਲੂ ਮੈਂ ਸਾਕਾ ਸਾਤ ਅਨਹੇਤ ਇਤ ਜਿਨ ਕਰੀ ਇਸ ਤੋਂ ਵੱਧ ਕੋਈ ਕਰ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕਰ ਦਿੱਤਾ ਇਸ ਤੋਂ ਵੱਧ ਕੋਈ ਕਰ ਹੀ ਨਹੀਂ ਸਕਦਾ ਕਿਉਂ ਕਿਉਂਕਿ ਕਾਜ਼ੀ ਨੇ ਤਿੰਨ ਗੱਲਾਂ ਸਾਹਮਣੇ ਰੱਖ ਦਿੱਤੀਆਂ ਨੇ ਪਾਤਸ਼ਾਹ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਿੰਨ ਦਰਵਾਜ਼ੇ ਨੇ ਦੋ ਦਰਵਾਜ਼ੇ ਜ਼ਿੰਦਗੀ ਵੱਲ ਜਾਂਦੇ ਨੇ ਇੱਕ ਦਰਵਾਜ਼ਾ ਮੌਤ ਵੱਲ ਜਾਂਦਾ ਕਾਜ਼ੀ ਕਹਿ ਰਿਹਾ ਦੀਨੇ ਇਸਲਾਮ ਕਬੂਲ ਕਰ ਲਵੋ ਤਾਂ ਵੀ ਜ਼ਿੰਦਗੀ ਜੀ ਸਕਦੇ ਹੋ ਕਰਾਮਾਤ ਵਿਖਾ ਦੇਵੋ ਤਾਂ ਵੀ ਜ਼ਿੰਦਗੀ ਜੀ ਸਕਦੇ ਹੋ ਜੇ ਦੋਹਾਂ ਦੇ ਉੱਪਰ ਕੁਝ ਨਹੀਂ ਕਰਨਾ ਫਿਰ ਤੁਹਾਡੇ ਲਈ ਮੌਤ ਦਾ ਦਰਵਾਜ਼ਾ ਤੇ ਮੇਰੇ ਗੁਰੂ ਦਾ ਜਵਾਬ ਕੀ ਹੈ ਇੱਕ ਬੜੇ ਸਾਡੇ ਪੁਰਾਤਨ ਬਜ਼ੁਰਗ ਕਵੀ ਹੋਏ ਨੇ ਗੁੰਜਾ ਜੀ ਉਹਨਾਂ ਨੇ ਬੜਾ ਸੁੰਦਰ ਬਿਆਨ ਕੀਤਾ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਹੈ ਨਾ ਕਹਿੰਦੇ ਉਹ ਆਪਣੇ ਆਪ ਦੇ ਵਿੱਚ ਇਤਿਹਾਸ ਦੀਆਂ ਪਰੰਪਰਾਵਾਂ ਦਾ ਸਿਖਰ ਹੈ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਜਵਾਬ ਹੈ ਮੈਂ ਹਾਂ ਤੇਗ ਤੇ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗ ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾਂ ਮੈਂ ਤਾਂ ਜੰਮਦਾ ਤੇਗਾਂ ਦੀ ਸ਼ਾਮ ਆਣੀ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵਿੱਖ ਅੰਦਰ ਮੇਰੇ ਪੁੱਤ ਨੇ ਵਾਹੁਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਜਿਹੜਾ ਤੇਗ ਨਿਕਲੂ ਲੱਖਾਂ ਲਊਗਾ ਤੇਰੀਆਂ ਖੋ ਤੇਗਾਂ ਪਾਤਸ਼ਾਹ ਦਾ ਜਵਾਬ ਐ ਕਾਜ਼ੀ ਜੇ ਮੈਂ ਕਰਾਮਾਤ ਵਿਖਾਉਣਾ ਤੇ ਮੇਰੇ ਧਰਮ ਦੀ ਆਤਮਕ ਮੌਤ ਹੁੰਦੀ ਹੈ ਜੇ ਮੈਂ ਇਸਲਾਮ ਕਬੂਲ ਕਰਦਾ ਮੇਰੇ ਧਰਮ ਦੀ ਸਰੀਰਕ ਮੌਤ ਹੁੰਦੀ ਹੈ ਪਰ ਜੇ ਮੈਂ ਖੁਦ ਮੌਤ ਕਬੂਲ ਕਰਦਾ ਮੇਰੀ ਕੌਮ ਦੇ ਸਰੀਰ ਨੂੰ ਤੇ ਆਤਮਾ ਨੂੰ ਬਲ ਮਿਲਦਾ ਇਸ ਕਰਕੇ ਮੈਂ ਮੌਤ ਕਬੂਲ ਕਰਦਾ ਇਹ ਹੈ ਸਾਡਾ ਸ਼ਹੀਦੀ ਵਿਰਸਾ ਔਰ ਇਸ ਸ਼ਹੀਦੀ ਵਿਰਸੇ ਦੇ ਉੱਪਰ ਚੱਲਦੇ ਹਾਂ ਅੱਜ ਕੁਝ ਦਿਨਾਂ ਬਾਅਦ ਜਿਹੜੇ ਦਿਨ ਆਉਣੇ ਨੇ ਨਾ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੱਚ ਜਾਣਿਓ NS ਕਪੂਰ ਨੇ ਇੱਕ ਜਗ੍ਹਾ ਤੇ ਆ ਕੇ ਗੱਲ ਖਤਮ ਕਰ ਦਿੱਤੀ ਹੈ ਕਹਿੰਦਾ ਦੁਨੀਆਂ ਦੀਆਂ ਕਲਮਾਂ ਦੁਨੀਆਂ ਦੇ ਬੁਲਾਰੇ ਦੁਨੀਆਂ ਦੇ ਪ੍ਰਚਾਰਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਰਦ ਨੂੰ ਬਿਆਨ ਨਹੀਂ ਕਰ ਸਕਦੇ ਮੈਂ ਅਕਸਰ ਸੋਚਦਾ ਕਿ ਅੱਜ ਵੀ ਕਿਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਨੀ ਹੋਵੇ ਨਾ ਤੇ ਸਾਨੂੰ ਇੱਕ ਮੁਸਲਮਾਨ ਸ਼ਾਇਰ ਦਾ ਆਸਰਾ ਲੈਣਾ ਪੈਂਦਾ ਅਲਾ ਯਾਰ ਖਾਂ ਜੋਗੀ ਦਾ ਜਿਹੜਾ ਕਰਨਾ ਰਸ ਜਿਹੜਾ ਦਰਦ ਉਹਨੇ ਭਰਿਆ ਹੈ ਅਸੀਂ ਨਹੀਂ ਭਰ ਸਕਦੇ ਖਿਆਲ ਕਰੋ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਉਹ ਛੋਟੀਆਂ ਛੋਟੀਆਂ ਦੋ ਜ਼ਿੰਦਾਂ ਧਰਮਾਂ ਦਾ ਅਧਿਐਨ ਕਰਦੀਆਂ ਨੇ ਗੱਲ ਕੇਵਲ ਸ਼ਹਾਦਤ ਦੀ ਨਹੀਂ ਹੈ ਗੱਲ ਵਿਚਾਰਧਾਰਾ ਦੀ ਹੈ ਗੱਲ ਇਹ ਹੈ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਵਿਚਾਰਧਾਰਾ ਕਿਹੜੀ ਕੀਤੀ ਜਾ ਰਹੀ ਹੈ ਅਲਾ ਯਾਰ ਖਾਂ ਜੋਗੀ ਕਹਿੰਦਾ ਕਿ ਸਾਹਿਬਜ਼ਾਦੇ ਦੋ ਵਿਚਾਰਧਾਰਾ ਦੇ ਸਾਹਮਣੇ ਆਪਣੇ ਧਰਮ ਦੀ ਉੱਚੀ ਵਿਚਾਰਧਾਰਾ ਨੂੰ ਪੇਸ਼ ਕਿਵੇਂ ਕਰ ਰਹੇ ਨੇ ਇੱਕ ਉਹ ਵਿਚਾਰਧਾਰਾ ਹੈ ਜਿਹੜੀ ਜ਼ੁਲਮ ਦੀ ਨੁਮਾਇੰਦਗੀ ਕਰ ਰਹੀ ਹੈ ਵਜ਼ੀਰ ਖਾਨ ਇੱਕ ਉਹ ਵਿਚਾਰਧਾਰਾ ਹੈ ਜਿਹੜੀ ਇੱਕ ਧਾਰਮਿਕ ਤੇ ਚਾਪਲੂਸ ਧਰਮ ਦੀ ਨੁਮਾਇੰਦਗੀ ਕਰ ਰਹੀ ਹੈ ਸੁੱਚਾ ਨੰਦ ਦੋ ਵਿਚਾਰਧਾਰਾਵਾਂ
ਤੇ ਉਹਨਾਂ ਦੋ ਵਿਚਾਰਧਾਰਾ ਦੇ ਸਾਹਮਣੇ ਕੌਮ ਦੀ ਵਿਚਾਰਧਾਰਾ ਛੋਟੇ ਛੋਟੇ ਸਾਹਿਬਜ਼ਾਦੇ ਕਿਵੇਂ ਪ੍ਰਗਟ ਕਰ ਰਹੇ ਨੇ। ਉਹ ਕਹਿ ਰਹੇ ਨੇ ਦੇਵੀ ਪੇ ਨਾਜ਼ ਇਨਕੋ ਸੁੱਚਾ ਨਦ ਵਾਂਗੂਲੀ ਕਰਕੇ, ਕਹਿੰਦਾ ਇਹਨੂੰ ਆਪਣੇ ਦੇਵੀਆਂ ਤੇ ਦੇਵਤਿਆਂ ਤੇ ਮਾਣ ਹੋ ਸਕਦਾ, ਇਹਨੇ ਫੌਜੋਂ ਪੇ ਨਾਜ਼ ਹੈ। ਵਜ਼ੀਰ ਖਾਨ ਕਹਿੰਦੇ ਕਿ ਇਹਨੂੰ ਦੇਵੀ ਤੇ ਮਾਣ ਹੋ ਸਕਦਾ, ਦੇਵੀ ਪੇ ਨਾਜ਼ ਇਨਕੋ, ਇਹਨੇ ਫੌਜੋਂ ਪੇ ਮਾਨ ਹੈ। ਪਰ ਕਹਿੰਦੇ ਸਾਡੀ ਤਾਂ ਗੱਲ ਹੀ ਵੱਖਰੀ ਹੈ, ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ, ਨਾ ਤਾਂ ਅਸੀਂ ਦੇਵੀਆਂ ਨੂੰ ਮੰਨਦੇ ਹਾਂ ਤੇ ਨਾ ਵਜ਼ੀਰ ਖਾਨ ਦੀਆਂ ਫੌਜਾਂ ਤੋਂ ਡਰਦੇ ਹਾਂ, ਸਾਡੀ ਤੇ ਵਿਚਾਰਧਾਰਾ ਹੀ ਵੱਖਰੀ ਹੈ। ਫਿਰ ਕਿਹਾ ਜਾ ਰਿਹਾ ਦੀਨੇ ਇਸਲਾਮ ਕਬੂਲ ਕਰ ਲਓ, ਤੇ ਜਿਹੜਾ ਜਵਾਬ ਹੈ ਕਹਿੰਦੇ ਕਿਹੜੇ ਦੀਨੇ ਇਸਲਾਮ ਨੂੰ ਕਬੂਲ ਕਰੀਏ ਜਿਹਦੇ ਵਿੱਚ ਇਨਸਾਨੀਅਤ ਦਾ ਕੋਈ ਅੰਸ਼ ਹੀ ਨਹੀਂ ਬਚਿਆ। ਪੜ੍ਹ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ, ਉਸ ਔਰੰਗਜ਼ੇਬ ਦਾ ਧਰਮ ਕਬੂਲ ਕਰੀਏ ਜਿਹੜਾ ਖੁਦ ਆਪਣੇ ਆਪ ਨੂੰ ਨਮਾਜ਼ੀ ਕਹਿੰਦਾ, ਤਸਬੀ ਹੱਥ 'ਚ ਰੱਖਦਾ। ਤਸਬੀ ਫੇਰਨਾ ਕਿਸੇ ਆਮ ਮੁਸਲਮਾਨ ਦਾ ਕੰਮ ਨਹੀਂ, ਤਸਬੀ ਦੇ 100 ਮਣਕੇ ਹੁੰਦੇ ਨੇ ਤੇ ਹਰ ਮਣਕੇ ਦੇ ਉੱਪਰ ਖੁਦਾ ਦਾ ਵੱਖਰਾ ਨਾਮ ਲੈਣਾ ਪੈਂਦਾ। ਅੱਲਾ ਤੋਂ ਸ਼ੁਰੂ ਕੀਤਾ ਜਾਂਦਾ, ਅੱਲਾ ਪੈਕ ਬੈਬ ਰਹੀਮ ਕਰੀਮ ਅਲਾਹ ਜਾ, 100 ਨਾਂ ਵੱਖਰਾ ਵੱਖਰਾ ਲੜੀਵਾਰ ਲੈਣਾ ਪੈਂਦਾ। ਤਸਬੀ ਫੇਰਨਾ ਆਮ ਮੁਸਲਮਾਨ ਦਾ ਕੰਮ ਨਹੀਂ। ਇਸੇ ਕਰਕੇ ਫੈਜ਼ਾਨੇ ਸੁਨਤ ਦੇ ਵਿੱਚ ਇਸਲਾਮ ਦੀ ਇੱਕ ਕਿਤਾਬ ਹੈ, ਉਹਦੇ ਵਿੱਚ ਇਸਲਾਮ ਨੇ ਲਿਖ ਦਿੱਤਾ ਹੈ ਕਿ ਮੁਹੰਮਦ ਸਭ ਤੋਂ ਵੱਡਾ ਪੈਗੰਬਰ ਕੋਈ ਨਹੀਂ ਹੋ ਸਕਦਾ। ਕਾਰਨ, ਕਿਉਂਕਿ ਮੁਹੰਮਦ ਸਾਹਿਬ ਨੂੰ ਖੁਦਾ ਦੇ 100 ਨਾਂ ਆਉਂਦੇ ਸੀ, ਉਹਨਾਂ ਤੋਂ ਵੱਡਾ ਪੈਗੰਬਰ ਕੋਈ ਨਹੀਂ ਹੋ ਸਕਦਾ, ਇਸਲਾਮ ਇਹ ਗੱਲ ਮੰਨਦਾ ਹੈ। ਮੈਂ ਹੈਰਾਨ ਹੋ ਜਾਂਦਾ, ਅਸੀਂ ਬਾਣੀਆਂ ਤੇ ਕਿੰਤੂ ਕਰਨਾ ਤਾਂ ਬਹੁਤ ਸਿੱਖ ਲਿਆ, ਅਸੀਂ ਅੰਮ੍ਰਿਤ ਵੇਲੇ ਤੇ ਨਿੱਤ ਨੇਮ ਤੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਤੇ ਅਰਦਾਸ ਤੇ ਕਿੰਤੂ ਕਰਨਾ ਸਾਡੇ ਵਿਦਵਾਨਾਂ ਨੇ ਬਹੁਤ ਸਿੱਖ ਲਿਆ, ਪਰ ਕਦੀ ਜਾਪ ਸਾਹਿਬ ਦੇ ਅੱਗੇ ਸਿਰ ਝੁਕਾ ਕੇ ਵੇਖਿਓ। ਪਾਤਸ਼ਾਹ ਕਹਿੰਦੇ ਨੇ ਤਬ ਸਰਬ ਨਾਮ ਕਥੇ ਕਵਣ ਕਰਮ ਨਾਮ ਬਰਨਤ ਸੁਮਤ, ਐ ਅਕਾਲ ਪੁਰਖ ਵਾਹਿਗੁਰੂ ਤੇਰੇ ਸਾਰੇ ਨਾਂ ਕੋਈ ਨਹੀਂ ਉਹ ਬਿਆਨ ਕਰ ਸਕਦਾ, ਮੈਂ ਆਪਣੀ ਤੁਸ਼ ਜੀ ਬੁੱਧੀ ਦੇ ਨਾਲ ਕੁਛ ਨਾਂ ਬਿਆਨ ਕਰਦਾ। ਜਾਪ ਸਾਹਿਬ ਦੇ ਵਿੱਚ ਗਿਣ ਕੇ ਵੇਖ ਲਓ, ਅਜੇ ਹੈ, ਅਲੇ ਹੈ, ਅਬੇ ਹੈ, ਅਬੇ ਹੈ, ਅਲੱਖ ਹੈ, ਪੱਖ ਹੈ, ਅਕਾਲ ਹੈ, ਦਿਆਲ ਹੈ, 836 ਨੇ। ਇਸਲਾਮ 100 ਤੇ ਆ ਕੇ ਕਹਿ ਰਿਹਾ ਹੈ ਕਿ ਦੁਨੀਆਂ ਦਾ ਕੋਈ ਪੈਗੰਬਰ ਇਸ ਤੋਂ ਵੱਧ ਨਾਂ ਨਹੀਂ ਲੈ ਰੱਖਦਾ। ਕਲਗੀਧਰ ਪਾਤਸ਼ਾਹ 836 ਲਿਖ ਕੇ ਕਹਿ ਰਹੇ ਨੇ, ਪਾਤਸ਼ਾਹ ਮੈਂ ਸਾਰੇ ਗਿਣ ਹੀ ਨਹੀਂ ਸਕਦਾ। ਬੜਾ ਵਿਲੱਖਣ ਵਿਰਸਾ ਹੈ ਸਾਡਾ। ਸੋ ਉੱਥੇ ਸਾਹਿਬਜ਼ਾਦੇ ਕਹਿ ਰਹੇ ਨੇ, ਕਹਿੰਦੇ ਪੜ੍ਹ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ। ਬੜੀ ਅਜੀਬ ਗੱਲ ਹੈ, ਨਮਾਜ਼ ਪੜ੍ਹਨੀ, ਤਸਬੀ ਹੱਥ 'ਚ ਰੱਖਣੀ, ਪਿਤਾ ਨੂੰ ਕੈਦ ਕਰਨਾ, ਖਲਕ ਕੋ ਉਸੇ ਇਨਸਾਫ ਕੀ ਭਲਾ ਕਿਆ ਉਮੈਦ ਹੋ। ਤੇ ਕਹਿੰਦੇ ਦੁਨੀਆਂ ਦਾ ਭਲਾ ਕਿਵੇਂ ਕਰ ਸਕਦਾ, ਅਸੀਂ ਉਸ ਧਰਮ ਨੂੰ ਧਾਰਨ ਕਰੀਏ। ਫਿਰ ਉੱਥੇ ਨਵਾਬ ਸੁੱਚਾ ਨੰਦ ਗੁਲਾਮ ਕੌਮ ਦੀ ਨੁਮਾਇੰਦਗੀ ਕਰਨ ਵਾਲਾ ਕੀ ਕਹਿ ਰਿਹਾ ਹੈ, ਕਹਿੰਦਾ ਉਨ ਕਹਿਓ ਨਵਾਬ ਇਹ ਸਰਪ ਬਸੂਰੇ, ਛੋਟੇ ਬੜੇ ਡੱਸੇਂਗੇ ਜ਼ਰੂਰੇ। ਵਜ਼ੀਰ ਖਾਨ ਇਹ ਸੱਪ ਦੇ ਬੱਚੇ ਨੇ, ਛੋਟੇ ਛੋਟੇ ਸਾਹਿਬਜ਼ਾਦੇ, ਇਹ ਡੰਗ ਜ਼ਰੂਰ ਮਾਰਨਗੇ ਤੇ ਸੱਪ ਦੇ ਨਾਲ ਵੈਰ ਕਮਾਉਣਾ ਤੇ ਉਹਦੇ ਬੱਚਿਆਂ ਨੂੰ ਦੁੱਧ ਪਿਆਉਣਾ ਸਿਆਣਪ ਨਹੀਂ, ਇਹਨਾਂ ਨੂੰ ਹੁਣੇ ਕੁਚਲ ਦੇਣਾ ਚਾਹੀਦਾ। ਵਜ਼ੀਰ ਖਾਨ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ, ਐ ਸ਼ੇਰ ਮੁਹੰਮਦ ਖਾਨ, ਤੇਰਾ ਭਰਾ ਨਾਹਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਸੀ, ਤੇਰਾ ਭਰਾ ਖਵਾਜ਼ਾ ਖਿਜ਼ਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਭੱਜਿਆ ਸੀ, ਤੇਰਾ ਭਤੀਜਾ ਨਸ਼ਤਰ ਅਲੀ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਜ਼ਖਮੀ ਹੋ ਕੇ ਆਇਆ ਸੀ, ਆ ਫੜ ਬੱਚਿਆਂ ਨੂੰ ਖੰਜਰ ਤੇ ਇੱਕ ਜ਼ਬਾ ਕਰਦੇ, ਆਪਣੇ ਬੱਚਿਆਂ ਦਾ ਬਦਲਾ ਲੈ, ਪਿਤਾ ਦਾ, ਭਰਾਵਾਂ ਦਾ, ਭਤੀਜਿਆਂ ਦਾ ਬਦਲਾ ਲੈ। ਪਰ ਉਸ ਪਠਾਣ ਦੇ ਬੱਚੇ ਨੇ, ਜਿਹਨੂੰ ਅਸੀਂ ਹਾ ਦੇ ਨਾਰੇ ਨਾਲ ਯਾਦ ਕਰਦੇ ਹਾਂ, ਉਹਨੇ ਆਪਣਾ ਪਠਾਣੀ ਫਰਜ਼ ਇੱਕ ਗੱਲ ਯਾਰ ਕੇ ਯਾਦ ਕਰਾਇਆ, ਕਹਿੰਦਾ ਹੈ ਕਿ
ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ। ਜੇ ਮੈਂ ਬਦਲਾ ਲੈਣਾ ਹੋਇਆ ਤੇ ਮੈਦਾਨੇ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲਊਂਗਾ। ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਮਾਸੂਮਾਂ ਨੂੰ ਮੈਂ ਕਤਲ ਕਰਕੇ ਇਹ ਨਹੀਂ ਕਹੂੰਗਾ, ਕਿਉਂਕਿ ਇਸਲਾਮ ਦੀ ਧਾਰਮਿਕ ਪਰੰਪਰਾ ਹਦੀਸ ਦੇ ਮੁਤਾਬਕ ਸ਼ੀਰਖੋਰ ਬੱਚਿਆਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ, ਜ਼ਿਬਾ ਨਹੀਂ ਕੀਤਾ ਜਾ ਸਕਦਾ, ਜਿਹੜੇ ਬੱਚਿਆਂ ਦੇ ਦੁੱਧ ਦੇ ਦੰਦ ਨਾ ਟੁੱਟੇ ਹੋਣ। ਪਰ ਸਾਰੇ ਧਾਰਮਿਕ ਨੂੰ ਲਾਂਭੇ ਰੱਖ ਦਿੱਤੇ ਗਏ ਤੇ ਬੱਚਿਆਂ ਨੂੰ ਸ਼ਹੀਦੀ ਦਾ ਹੁਕਮ ਸੁਣਾ ਦਿੱਤਾ ਗਿਆ। ਮਾਤਾ ਗੁਜ਼ਰ ਕੌਰ ਦੀ ਉਸ ਬਿਰਧ ਉਮਰ ਦੇ ਵਿੱਚੋਂ ਗੋਦ ਚੋਂ ਜਦੋਂ ਬੱਚੇ ਉੱਠ ਕੇ ਗਏ ਹੋਣਗੇ ਤੇ ਮਾਤਾ ਜੀ ਦਾ ਇਹ ਗੱਲ ਕਹਿਣਾ ਕਿ ਲੋ ਆਓ ਬੇਟਾ ਆਓ ਜ਼ਰਾ ਮੂੰਹ ਧੁਲਾ ਤੋ ਦੂੰ, ਕੇਸੋ ਕੋ ਕੰਘੀ ਕਰ ਲੂੰ, ਦੂਲਾ ਬਣਾ ਤੋ ਲੂੰ, ਮਰਨੇ ਸੇ ਪਹਿਲੇ ਤੁਮਕੋ ਜ਼ਰਾ ਤੋ ਸਜਾ ਤੋ ਲੂੰ। ਸ਼ਾਇਦ ਦੁਨੀਆਂ ਦੇ ਇਤਿਹਾਸ ਦੇ ਵਿੱਚ, ਦੁਨੀਆਂ ਦੀ ਧਾਰਮਿਕ ਪਰੰਪਰਾ ਦੇ ਵਿੱਚ ਇਸ ਅਵਸਥਾ ਦੇ ਵਿੱਚ ਕੋਈ ਦਾਦੀ ਨਹੀਂ ਵੇਖੀ ਹੋਵੇਗੀ ਜਿਹੜੀ ਪੋਤਰਿਆਂ ਨੂੰ ਇਹ ਕਹਿ ਕੇ ਤੋਰ ਰਹੀ ਹੋਵੇ ਹਮਰੇ ਬੰਸ ਰੀਤ ਇਮ ਆਈ ਪ੍ਰਾਣ ਜਾਈ ਪਰ ਧਰਮ ਨਾ ਜਾਈ। ਤੇ ਛੋਟੇ ਛੋਟੇ ਬੱਚੇ ਸੁਭਾਵਕ ਅਸੀਂ ਇਤਿਹਾਸ ਦੀਆਂ ਘਟਨਾਵਾਂ ਨੂੰ ਛੱਡਦੇ ਕੁਛ ਗੱਲਾਂ ਛੱਡ ਦਿੰਦੇ ਹਾਂ। ਪੁਰਾਤਨ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਖੇੜੀ ਪਿੰਡ ਦੇ ਵਿੱਚੋਂ ਜਿਸ ਦਾ ਪਹਿਲਾ ਨਾਂ ਸਹੇੜੀ ਸੀ ਬੰਦਾ ਸਿੰਘ ਬਹਾਦਰ ਨੇ ਉਜਾੜ ਦਿੱਤਾ ਤੇ ਉਹ ਖੇੜੀ ਖੇੜੀ ਕਹਿਣ ਲੱਗ ਪਵੇ। ਮਾਤਾ ਗੁਜ਼ਰ ਕੌਰ ਨੂੰ ਤੇ ਬੱਚਿਆਂ ਨੂੰ ਜਦੋਂ ਗ੍ਰਿਫ਼ਤਾਰ ਕਰਾਇਆ ਜਾਂਦਾ ਹੈ ਤੇ ਸੱਚ ਜਾਣਿਓ ਜਿੰਨੇ ਪਹਿਰ ਉਹ ਜ਼ਾਨੀ ਖਾਨ ਤੇ ਮਾਨੀ ਖੋਲ ਦੇ ਕੋਲ ਮਰਿੰਡੇ ਦੀ ਜੇਲ੍ਹ ਦੇ ਵਿੱਚ ਰਹੇ ਨੇ ਘੱਟ ਤਸੀਹੇ ਨਹੀਂ ਦਿੱਤੇ ਗਏ। ਸਰੋਤਾਂ ਦੀ ਭੋਖ ਨਹੀਂ ਕਰਦੇ, ਜਾਨੀ ਖਾਨ ਤੇ ਮਾਨੀ ਖਾਨ ਦੇ ਵੱਲੋਂ ਉਹਨਾਂ 11 ਪਹਿਰਾਂ ਦੇ ਵਿੱਚ ਪੂਰਾ ਜ਼ੋਰ ਲਾਇਆ ਗਿਆ ਕਿ ਇਹਨਾਂ ਨੂੰ ਮੁਸਲਮਾਨ ਬਣਾ ਕੇ ਵਜ਼ੀਰ ਖਾਨ ਦੇ ਅੱਗੇ ਪੇਸ਼ ਕੀਤਾ ਜਾਵੇ। ਔਰ ਉਹ ਜਿਹੜੇ ਤਸੀਹੇ ਨੇ ਉਹ ਤਸੀਹਿਆਂ ਵੱਲ ਤੁਸੀਂ ਹੈਰਾਨ ਹੋ ਜਾਵੋਗੇ। ਮਾਤਾ ਗੁਜ਼ਰੀ ਪਕੜ ਲੈਣੀ, ਦੁੱਨਾ ਸਿੰਘ ਹੰਡੂਰੀਆ ਉਸ ਵੇਲੇ ਦਾ ਕਵੀ ਲਿਖਦਾ ਹੈ, ਕਰ ਰੱਜ ਸਿਓ ਬਾਂਧ ਲੈਂਦੀ, ਤੋਬਰ ਮਿਰਚੇ ਚਾੜ ਕੇ ਘੋੜੇ ਉੱਪਰ ਬਿਠਾਏ ਲਈ। ਇੱਕ ਬੋਰੀ ਦੇ ਵਿੱਚ ਮਿਰਚਾਂ ਪਾ ਕੇ ਮਾਤਾ ਗੁਜ਼ਰ ਕੌਰ ਦੇ ਮੂੰਹ ਤੇ ਬੰਨ ਦਿੱਤੀਆਂ ਗਈਆਂ। ਕੋਮਲ ਅੰਗ ਹਥੌੜੀ ਹਾਥਾ ਪਾਗ ਜੰਜੀਰ ਤਿੰਨਕੇ ਸਾਥਾ, ਛੋਟੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਦੀਆਂ ਹੱਥਾਂ ਨੂੰ ਤੇ ਪੈਰਾਂ ਨੂੰ ਹੱਥ ਘੜੀਆਂ ਲਾਈਆਂ ਗਈਆਂ। ਸਮਕਾਲੀ ਇਤਿਹਾਸਕਾਰ ਲਿਖਦਾ ਬੱਚਿਆਂ ਦੇ ਅੰਗ ਇੰਨੇ ਨਾਜ਼ੁਕ ਸੀ ਕਿ ਉਹਨਾਂ ਦੇ ਵਿੱਚੋਂ ਖੂਨ ਵਹਿ ਰਿਹਾ ਸੀ। ਕੌਮ ਦੇ ਉਹ ਫਰਜ਼ੰਦ ਸ਼ਹੀਦ ਹੁੰਦੇ ਨੇ ਤੇ ਉਹਨਾਂ ਦੇ ਬਾਰੇ ਇਹ ਗੱਲਾਂ ਅਲਾ ਯਾਰ ਖਾਂ ਜੋਗੀ ਲਿਖਦਾ। ਚਮਕੌਰ ਦੀ ਗੜੀ ਦੀ ਜਦੋਂ ਗੱਲ ਆਉਂਦੀ ਹੈ ਤੇ ਅਲਾ ਯਾਰ ਖਾਂ ਜੋਗੀ ਇੱਕ ਗੱਲ ਥਾਂ ਤੇ ਆ ਕੇ ਗੱਲ ਮੁਕਾ ਦਿੰਦਾ, ਕਹਿੰਦਾ ਦੁਨੀਆਂ ਦੇ ਲੋਕੋ ਖਿਆਲ ਕਰਿਓ, ਅਲਾ ਯਾਰ ਖਾਂ ਜੋਗੀ ਉਹ ਮੁਸਲਮਾਨ ਕਵੀ ਹੈ ਜਿਹੜਾ ਮਰਸੀਏ ਲਿਖੇ ਕਰਦਾ ਸੀ। ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਦੋ ਤੇ ਹਸਨ ਤੇ ਹੁਸੈਨ ਦੀ ਯਾਦ ਦੇ ਵਿੱਚ ਜਦੋਂ ਮੁਸਲਮਾਨ ਤਜ਼ੀਏ ਕੱਢਦੇ ਨੇ, ਮੁਹਰਮ ਕੱਢਦੇ ਨੇ, ਰੋਂਦੇ ਨੇ, ਪਿੱਟਦੇ ਨੇ, ਆਪਣੇ ਆਪ ਨੂੰ ਖੂਨਖਾਰ ਜ਼ਖਮੀ ਕਰ ਲੈਂਦੇ ਨੇ ਤੇ ਉਹ ਮਰਸੀਏ ਪੜ੍ਹਦੇ ਨੇ ਯਾਦ ਦੇ ਵਿੱਚ, ਇਹ ਮਰਸੀਏ ਲਿਖਿਆ ਕਰਦਾ ਸੀ। ਇਹ ਮਰਸੀਏ ਲਿਖਦਾ ਲਿਖਦਾ ਇੱਕ ਗੱਲ ਲਿਖ ਗਿਆ, ਕਹਿੰਦਾ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਵੋ ਕੰਮ ਹੈ। ਕਹਿੰਦਾ ਮੈਂ ਦੁਨੀਆਂ ਦੇ ਵਿੱਚ ਬੜਾ ਕੁਛ ਲਿਖਿਆ, ਮੈਂ ਬਹੁਤ ਕੁਛ ਪੜ੍ਹਿਆ, ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਮੇਰੇ ਕੋਲੋਂ ਲਿਖਿਆ ਨਹੀਂ ਜਾਂਦਾ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ। ਕਹਿੰਦਾ ਇਹ ਵੀ ਨਾ ਸਮਝਿਓ ਮੈਨੂੰ ਲਿਖਣਾ ਨਹੀਂ ਆਉਂਦਾ, ਕਹਿੰਦਾ ਲਿਖਣ ਦੀ ਸ਼ਕਤੀ ਬੜੀ ਆ ਮੇਰੇ ਕੋਲ, ਕਲਮ ਮੇਰੇ ਕੋਲ ਬੜੀ ਵਧੀਆ, ਸ਼ਬਦ ਮੇਰੇ ਕੋਲ ਬਹੁਤ ਨੇ,
ਇਤਿਹਾਸ ਮੈਂ ਬਹੁਤ ਪੜਿਆ ਹੈ, ਸਤ ਗੁਰ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ, ਪਰ ਉਹ ਹਿੰਮਤ ਕਿੱਥੋਂ ਲੈ ਕੇ ਆਵਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਲਿਖ ਸਕੇ, ਉਹ ਦਿਲ ਕਿੱਥੋਂ ਲੈ ਕੇ ਆਵਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਲਿਖੇ ਤੇ ਆਪਣੇ ਹੰਝੂਆਂ ਨੂੰ ਕਾਬੂ ਕਰ ਸਕੇ, ਮੈਂ ਉਹ ਹਿੰਮਤ ਕਿੱਥੋਂ ਲੈ ਕੇ ਆਵਾਂ। ਅਖੀਰ ਤੇ ਆ ਕੇ ਕਹਿੰਦਾ ਦੁਨੀਆਂ ਦੇ ਲੋਕੋ, ਇੱਕ ਆਂਖ ਸੇਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਮੈਨੂੰ ਸਮੁੰਦਰ ਵਰਗਾ ਲੱਗਦਾ ਤੇ ਮੈਂ ਆਪਣੇ ਆਪ ਨੂੰ ਇੱਕ ਬੁਲਬਲੇ ਵਾਂਗ ਸਮਝਦਾ। ਇਸਲਾਮ ਦਾ ਵੱਡਾ ਸ਼ਾਇਰ ਇਹ ਗੱਲ ਕਹਿ ਰਿਹਾ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਮੰਜ਼ਧਾਰ ਕੋ ਜਾਂ ਲਹਿਰ ਕੋ ਦੇਖੇ। ਕਹਿੰਦਾ ਇੱਕ ਬੁਲਬੁਲਾ ਸਮੁੰਦਰ ਦੇ ਬਾਰੇ ਦੱਸੋ ਕੀ ਲਿਖੇ, ਉਹਦੀ ਵਿਸ਼ਾਲਤਾ ਦੇ ਬਾਰੇ ਲਿਖੇ, ਉਹਦੀ ਡੂੰਘਾਈ ਦੇ ਬਾਰੇ ਲਿਖੇ, ਉਹਦੀਆਂ ਉੱਠ ਰਹੀਆਂ ਲਹਿਰਾਂ ਦੇ ਬਾਰੇ ਲਿਖੇ, ਜਾਂ ਉਹਦੀ ਧੁਰ ਅੰਦਰੋਂ ਪੈਦਾ ਹੋ ਰਹੀ ਮੌਸ ਦੇ ਬਾਰੇ ਲਿਖੇ। ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਕੀ ਲਿਖਾਂ, ਪਰ ਕਹਿੰਦਾ ਇੱਕ ਗੱਲ ਜ਼ਰੂਰ ਲਿਖ ਦਿੰਦਾ। ਕਹਿੰਦਾ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਮਿਸਰ ਦੇ ਦੋ ਬਾਦਸ਼ਾਹ ਪਿਓ ਪੁੱਤਰ ਜੁਦਾ ਹੋ ਗਏ ਆਪਸ ਦੇ ਵਿੱਚ, 18 ਸਾਲ ਜੁਦਾ ਰਹੇ, 18 ਸਾਲ ਵੱਖਰੇ ਰਹੇ। ਜਦੋਂ ਮਿਲਾਪ ਹੋਇਆ ਤੇ ਪਿਤਾ ਤੇ ਪੁੱਤਰ ਦੋਵੇਂ ਹੀ ਇੱਕ ਦੂਜੇ ਦੀ ਯਾਦ ਦੇ ਵਿੱਚ ਰੋ ਰੋ ਕੇ ਅੰਨੇ ਹੋ ਚੁੱਕੇ ਸੀ। ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਕਹਿੰਦਾ 18 ਸਾਲ ਦੇ ਸਮੇਂ ਦੇ ਵਿੱਚ ਪਿਓ ਤੇ ਪੁੱਤਰ ਦਾ ਵਿਛੋੜਾ ਇਹੋ ਜਿਹਾ ਅਸਰ ਛੱਡ ਗਿਆ ਕਿ ਦੋਵੇਂ ਰੋ ਰੋ ਕੇ ਅੰਨੇ ਹੋ ਗਏ। ਕਹਿੰਦਾ ਸਿਰ ਕਿਉਂ ਨਾ ਝੁਕੇ ਕਲਗੀਧਰ ਪਾਤਸ਼ਾਹ ਦੇ ਅੱਗੇ, ਕਟਵਾ ਕੇ ਪਿਸਰ ਚਾਰ ਏਕ ਆਂਸੂ ਨਾ ਗਰਾਇਆ, ਚਾਰ ਪੁੱਤ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਤੇ ਅੱਖਾਂ ਦੇ ਵਿੱਚ ਕਥਰੂ ਵੀ ਨਾ ਆਇਆ। 18 ਸਾਲ ਦੇ ਵਿੱਚ ਯਾਕੂਬ ਤੇ ਯੂਸਫ ਰੋ ਰੋ ਕੇ ਅੰਨੇ ਹੋ ਗਏ, ਚਾਰ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਅੱਖਾਂ ਦੇ ਵਿੱਚ ਅੰਜੂ ਨਹੀਂ ਆਇਆ। ਕਹਿੰਦਾ ਡੰਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ। ਲੋਕੀ ਕਹਿੰਦੇ ਭਗਵਾਨ ਰਾਮ ਮਰਿਆਦਾ ਪੁਰਸ਼ੋਤਮ ਬਣਵਾਸ ਮਿਲਿਆ, ਕਾਹਦਾ ਬਣਵਾਸ, ਭਰਾ ਨਾਲ ਪਤਨੀ ਨਾਲ। ਫਿਰ ਵੀ ਗੁਰਬਾਣੀ ਕਹਿ ਰਹੀ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਰੋਣਾ ਫਿਰ ਵੀ ਆ ਰਿਹਾ। ਡੰਡਕ ਮੇ ਫਿਰੇ ਰਾਮ ਤੋ ਸੀਤਾ ਥੀ ਬਗਲ ਮੇ, ਉਸ ਫਖਰੇ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇ, ਬਾਕੀ ਹੈ ਕਨਈਆ ਤੋ ਨਹੀਂ ਉਸਕਾ ਪਿਸਰ ਥਾ। ਕਹਿੰਦਾ ਮੈਂ ਕ੍ਰਿਸ਼ਨ ਦੀ ਕੀ ਗੱਲ ਕਰਾਂ, ਕਹਿੰਦਾ ਉਹਦਾ ਤਾਂ ਕੋਈ ਔਲਾਦ ਹੀ ਨਹੀਂ ਸੀ, ਬੱਚਾ ਹੀ ਨਹੀਂ ਸੀ, ਉਹਨੂੰ ਕੀ ਪਤਾ ਪੁੱਤਰਾਂ ਦਾ ਦੁੱਖ ਕੀ ਹੁੰਦਾ। ਇਸਲਾਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਜਾਂ ਫਿਰ ਯਹੂਦੀ ਮਤ ਦੇ ਵਿੱਚ, ਜਦੋਂ ਤੁਸੀਂ ਸ਼ਹਾਦਤਾਂ ਦੇ ਇਸ ਮਾਪਦੰਡ ਨੂੰ ਵੇਖੋਗੇ ਨਾ, ਮਨਸੂਰ ਨੂੰ ਸੂਲੀ ਤੇ ਚੜਾਇਆ ਜਾਂਦਾ ਤੇ ਸੂਲੀ ਵੱਲ ਵੇਖ ਕੇ ਇੱਕ ਗੱਲ ਕਹਿੰਦਾ, ਯਾ ਖੁਦਾ ਮੈਨੂੰ ਤੇ ਪਤਾ ਹੀ ਨਹੀਂ ਸੀ ਇਸ਼ਕ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਖੂਨ ਦੇ ਨਾਲ ਉਜ਼ੂ ਕਰਨਾ ਪੈਂਦਾ। ਅਕਬਰ ਨਜ਼ੀਬਾਬਾਦੀ ਦੀ ਤਾਰੀਖੇ ਇਸਲਾਮ ਨੂੰ ਪੜ੍ਹ ਕੇ ਵੇਖਿਓ, ਹਜ਼ਰਤ ਮੁਹੰਮਦ ਸਾਹਿਬ ਦੇ ਸਭ ਤੋਂ ਛੋਟੇ ਬੇਟੇ ਇਬਰਾਹਿਮ ਦੀ ਮੌਤ ਹੋਈ, ਇਸਲਾਮੀ ਤਵਾਰੀ ਕਹਿੰਦੀ ਹੈ ਮੁਹੰਮਦ ਸਾਹਿਬ ਦੀ ਦਾੜੀ ਅਥਰੂਆਂ ਦੇ ਨਾਲ ਭਿੱਜ ਗਈ। ਹਜ਼ਰਤ ਨੂਹ ਦੀ ਔਲਾਦ ਦੇ ਵਿੱਚੋਂ ਹਜ਼ਰਤ ਇਬਰਾਹਿਮ ਦੀ ਖੁਦਾ ਦਾ ਹੁਕਮ ਆਇਦ ਹੁੰਦਾ ਹੈ, ਆਪਣੇ ਪੁੱਤਰ ਦੀ ਬਲੀ ਦੇ ਇਸਮਾਇਲ ਦੀ ਅੱਖਾਂ ਤੇ ਪੱਟੀ ਬੰਨ ਲੈਂਦਾ ਹੈ, ਯਾ ਖੁਦਾ ਆਪਣੀਆਂ ਅੱਖਾਂ ਦੇ ਸਾਹਮਣੇ ਪੁੱਤਰ ਦੀ ਮੌਤ ਨਹੀਂ ਵੇਖੀ ਜਾ ਸਕਦੀ। ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਅਭਿਮਨਿਊ ਦੀ ਮੌਤ ਹੁੰਦੀ ਹੈ, ਅਰਜੁਨ ਹਥਿਆਰ ਸੁੱਟ ਕੇ ਰੋਣ ਲੱਗ ਪੈਂਦਾ ਹੈ, ਐ ਕ੍ਰਿਸ਼ਨ ਭਗਵਾਨ ਪੁੱਤਰ ਦੀ ਮੌਤ ਹੋ ਗਈ, ਹੁਣ ਮੇਰੇ ਕੋਲੋਂ ਲੜਿਆ ਨਹੀਂ ਹੋ ਜਾਂਦਾ। ਭਗਵਾਨ ਰਾਮ ਨੂੰ ਬਨਵਾਸ ਮਿਲਦਾ ਹੈ, ਦਸ਼ਰਥ ਦੀ ਸਦਮੇ ਦੇ ਨਾਲ ਮੌਤ ਹੁੰਦੀ ਹੈ। ਦੁਨੀਆਂ ਦੇ ਪੈਗੰਬਰ, ਦੁਨੀਆਂ ਦੇ ਪੀਰ, ਦੁਨੀਆਂ ਦੇ ਰਹਿਬਰ, ਦੁਨੀਆਂ ਦੇ ਵਲੀ, ਦੁਨੀਆਂ ਦੇ ਔਲੀਏ ਪੁੱਤਰਾਂ ਦਾ ਵਿਛੋੜਾ ਸਹਿਣ ਨਾ ਕਰ ਸਕੇ। ਇੱਥੇ ਅਲਾ ਯਾਰ ਖਾਨ ਜੋਗੀ ਕਹਿੰਦਾ ਬਾਕੀ ਹੈ ਕਨਈਆ ਤੋ ਨਹੀਂ ਉਸਕਾ ਪਿਸਰ ਥਾ।
ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜਿਗਰ ਥਾ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਮੁਸਲਮਾਨ ਕਵੀ ਕਹਿ ਰਿਹਾ। ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਕਹਿੰਦਾ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਗੀਤਾ ਦਾ ਉਪਦੇਸ਼ ਦੇ ਕੇ ਲੋਕਾਂ ਦੇ ਪੁੱਤ ਮਰਾਉਣੇ ਬਹੁਤ ਸੌਖੇ ਨੇ, ਰੂਹ ਫੂਕਦੀ ਗੋਬਿੰਦ ਨੇ ਔਲਾਦ ਘਟਾ ਕਰ, ਪਰ ਆਪਣੀ ਕੌਮ ਨੂੰ ਜ਼ਿੰਦਗੀ ਦੇਣ ਦੇ ਵਾਸਤੇ ਆਪਣੇ ਪੁੱਤਰਾਂ ਦੇ ਸਿਰ ਕੌਮ ਦੀ ਝੋਲੀ 'ਚ ਜੇਕਰ ਪਾਉਣੇ ਨੇ ਤੇ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਨਹੀਂ ਪਾ ਸਕਦਾ। ਔਰ ਉਸ ਸ਼ਹਾਦਤ ਦੇ ਬਾਰੇ ਅਲਾਇਆਰ ਖਾ ਜੋਗੀ ਕਹਿੰਦਾ, ਕਹਿੰਦਾ ਦੁਨੀਆਂ ਦੇ ਲੋਕੋ ਇੱਕ ਗੱਲ ਦਾ ਖਿਆਲ ਕਰਿਓ, ਇੱਕ ਪੁੱਤ ਦੀ ਲਾਸ਼ ਮੈਦਾਨੇ ਜੰਗ ਦੇ ਵਿੱਚ ਗਈ ਹੋ, ਸਾਹਿਬਜ਼ਾਦਾ ਅਜੀਤ ਸਿੰਘ ਦੀ ਲਾਸ਼, ਜਿਸ ਦੇ ਬਾਰੇ ਅਖਬਾਰਾਂ ਤੇ ਦਰਬਾਰੇ ਮੌਲਾ ਦੀ ਜਿਹੜੀ ਰਿਪੋਰਟ ਜਾਂਦੀ ਹੈ ਬੜੀ ਪੜ੍ਹਨ ਵਾਲੀ ਰਿਪੋਰਟ ਹੈ। ਜਦੋਂ ਸਾਡਾ ਦੁਸ਼ਮਣ ਸਾਡੀ ਸ਼ਹਾਦਤ ਦੀ ਗੱਲ ਕਰਦਾ ਹੈ ਨਾ, ਉਦੋਂ ਪਤਾ ਲੱਗਦਾ ਹੈ ਕਿ ਚਮਕੌਰ ਦੀ ਗੜੀ ਦੇ ਬਾਰੇ ਵਜ਼ੀਰ ਖਾਨ ਦੇ ਸੂਹੇ ਤੋਂ ਰਿਪੋਰਟ ਔਰੰਗਜ਼ੇਬ ਨੂੰ ਕੀ ਜਾ ਰਹੀ ਅਖਬਾਰ ਅਤੇ ਦਰਬਾਰੇ ਮੌਲਾ ਦੇ ਵਿੱਚ। ਉਹ 'ਚ ਲਿਖਿਆ ਗੁਰੂ ਗੋਬਿੰਦ ਸਿੰਘ ਦਾ ਨੌਜਵਾਨ ਪੁੱਤ ਸ਼ੇਰ ਦੇ ਮਗਜ਼ ਨੂੰ ਪਾੜ ਦੇਣ ਵਾਲੀ ਆਪਣੀ ਸ਼ਮਸ਼ੀਰ ਦੇ ਨਾਲ ਸਾਡੇ ਕਈ ਸਿਪਾਹੀਆਂ ਨੂੰ ਸ਼ਹੀਦ ਕਰਦਾ ਹੋਇਆ ਚਮਕੌਰ ਦੀ ਧਰਤੀ ਦੇ ਲਹੂ ਰੱਤੇ ਮੈਦਾਨ ਤੇ ਤੇਗ ਦਾ ਸਰਾਣਾ ਲੈ ਕੇ ਸ਼ੇਰਾਂ ਵਾਂਗ ਹਮੇਸ਼ਾ ਦੀ ਨੀਂਦ ਸੌਂ ਗਿਆ। ਸਰਕਾਰੀ ਰਿਪੋਰਟ ਕਹਿ ਰਹੀ ਹੈ ਉਸ ਸ਼ਹਾਦਤ ਦੇ ਬਾਰੇ। ਉਸ ਪੁੱਤ ਦੀ ਲਾਸ਼ ਮੈਦਾਨੇ ਜੰਗ ਦੇ ਵਿੱਚ ਪਈ ਹੈ ਤੇ ਛੋਟਾ ਕਹਿ ਰਿਹਾ ਪਿਤਾ ਜੀ ਮੈਂ ਵੀ ਮੈਦਾਨੇ ਜੰਗ 'ਚ ਜਾਣਾ, ਤੇ ਪਾਤਸ਼ਾਹ ਕਹਿ ਰਹੇ ਨੇ ਸਿੰਨ ਖੇਲ ਕਾ ਹੈ ਰਨ ਕਾ ਤੂੰ ਅਸਵਾਰ ਨਹੀਂ ਹੈ। ਸਿੰਨ ਕਹਿੰਦੇ ਨੇ ਉਮਰ ਨੂੰ, ਬੇਟਾ ਤੇਰੀ ਖੇਡਣ ਦੀ ਉਮਰ, ਮੈਦਾਨੇ ਜੰਗ ਦੇ ਵਿੱਚ ਲੜ ਲਵੇਂਗਾ, ਉਮਰ ਤਾਂ ਬਹੁਤ ਛੋਟੀ ਹੈ ਜੀ, ਤੇਰੀ ਖੇਡਣ ਦੀ ਹੈ। ਸਿੰਨ ਖੇਲ ਕਾ, ਸਿੰਨ ਕਹਿੰਦੇ ਨੇ ਉਮਰ ਨੂੰ, ਫਾਰਸੀ ਦਾ ਸ਼ਬਦ, ਸਿੰਨ ਖੇਲ ਕਾ ਖੇਡਣ ਦੀ ਉਮਰ ਹੈ ਰਨ ਕਾ ਤੂੰ ਅਸਵਾਰ ਨਹੀਂ ਹੈ, ਮੈਦਾਨੇ ਜੰਗ 'ਚ ਲੜ ਲਵੇਂਗਾ। ਤੇ ਬੱਚੇ ਦਾ ਜਵਾਬ ਕੀ ਹੈ, ਪਿਤਾ ਜੀ ਲੜਨਾ ਨਹੀਂ ਤੋ ਯੁੱਧ ਮੇਂ ਮਰਨਾ ਤੋ ਹੈ ਆਤਾ। ਪਿਤਾ ਜੀ ਉਹ ਲੜਨਾ ਨਹੀਂ ਆਉਂਦਾ ਪਰ ਮੈਨੂੰ ਸ਼ਹੀਦ ਹੋਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ। ਪਾਤਸ਼ਾਹ ਕਹਿੰਦੇ ਨੇ ਫਿਰ ਮੈਂ ਤੈਨੂੰ ਮੈਦਾਨੇ ਜੰਗ 'ਚ ਭੇਜਦਾ। ਲੋ ਆਓ ਬੇਟਾ ਆਓ ਤੁਮੇ ਖੂਬ ਸਜਾ ਦੇ, ਛੋਟੀ ਸੀ ਤੇਗ ਛੋਟੀ ਸੀ ਕਲਗੀ ਸਜਾ ਦੇ। ਲੋ ਜਾਓ ਬੇਟਾ ਯੁੱਧ ਮੇਂ ਜੋ ਜੌਹਰ ਦਿਖਾਨਾ, ਦੁਸ਼ਮਨ ਵੋ ਖੌਫ ਦੰਗ ਰਹਿ ਜਾਏ ਜਵਾਨਾ। ਪਰ ਬੇਟਾ ਮੇਰੀ ਇੱਕ ਖਾਹਿਸ਼ ਹੈ, ਮੈਂ ਤੁਹਾਨੂੰ ਸਾਰੇ ਉਹਨਾਂ ਮਸੀਹਾਂ ਦੀ, ਉਹਨਾਂ ਪੈਗੰਬਰਾਂ ਦੀ, ਉਹਨਾਂ ਔਲੀਆਂ ਦੀ, ਉਹਨਾਂ ਰਹਿਬਰਾਂ ਦੀ, ਉਹਨਾਂ ਇਸਲਾਮ ਦੇ ਵੱਡੇ ਪੈਗੰਬਰਾਂ ਦੀ ਗੱਲ ਦੱਸੀ ਹੈ ਕਿ ਪੁੱਤਰਾਂ ਦੀ ਵਿਛੋੜੇ ਦੇ ਉੱਪਰ ਤੇ ਪੁੱਤਰਾਂ ਦੀ ਮੌਤ ਦੇ ਉੱਪਰ ਕੀ ਹਾਲ ਹੁੰਦਾ ਹੈ। ਤੁਸੀਂ ਕਿਤੇ ਬਾਈਬਲ ਨੂੰ ਪੜ੍ਹ ਕੇ ਵੇਖੋ, ਜਦੋਂ ਕ੍ਰੂਸੀਫਿਕਸ਼ਨ ਹੁੰਦੀ ਹੈ ਨਾ, ਜਦੋਂ ਜੀਸਸ ਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਸਲੀਬ ਤੇ ਚੜਾਉਣਾ ਹੈ, ਉਹਦੀ ਆਖਰੀ ਅਰਦਾਸ ਨਿਊ ਟੈਸਟਾਮੈਂਟ 'ਚ ਪੜਿਓ, ਕਹਿੰਦਾ ਓ ਗੋਡ ਪਲੀਜ਼ ਟੇਕ ਅਵੇ ਦਿਸ ਕੱਪ ਆਫ ਸੋਰੋ ਫਰੋਮ ਮੀ, ਰੱਬਾ ਦੁੱਖਾਂ ਦਾ ਪਿਆਲਾ ਮੈਨੂੰ ਪੀਣਾ ਪੈਣਾ। ਮੌਤ ਦੁੱਖ ਨਜ਼ਰ ਆ ਰਹੀ ਹੈ, ਕੋਈ ਵੀ ਦੁਨੀਆਂ ਦਾ ਰਹਿਬਰ ਪੁੱਤਰਾਂ ਦੀ ਮੌਤ ਨੂੰ ਅੱਖੀ ਨਹੀਂ ਵੇਖ ਸਕਿਆ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖਾਹਿਸ਼ ਕੀ ਹੈ, ਕਹਿੰਦੇ ਲੋ ਆਓ ਬੇਟਾ ਆਓ ਤੁਮੇ ਖੂਬ ਸਜਾ ਦੇ, ਛੋਟੀ ਸੀ ਤੇਗ ਛੋਟੀ ਸੀ ਕਲਗੀ ਸਜਾ ਦੇ। ਲੋ ਜਾਓ ਬੇਟਾ ਯੁੱਧ ਮੇਂ ਜੋ ਜੌਹਰ ਦਿਖਾਨਾ, ਦੁਸ਼ਮਨ ਓ ਖੌਫ ਦੰਗ ਰਹਿ ਜਾਏ ਜਮਾਨਾ। ਖਾਹਿਸ਼ ਹੈ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੇ। ਬੇਟਾ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਤੁਹਾਨੂੰ ਸ਼ਹੀਦ ਹੁੰਦੇ ਵੇਖਣਾ ਚਾਹੁੰਦਾ। ਦੁਨੀਆਂ ਦੇ ਇਤਿਹਾਸ ਦੇ ਵਿੱਚ ਇਹ ਘਟਨਾ, ਇਹ ਇਤਿਹਾਸਕ ਸਰੋਕਾਰ, ਇਹ ਇਤਿਹਾਸਕ ਸਬੂਤ ਨਹੀਂ ਮਿਲਣਗੇ। ਹੁਣ ਖਿਆਲ ਕਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੇ ਬਾਰੇ ਮੁਸਲਮਾਨ ਕਵੀ ਇਹ ਗੱਲ ਲਿਖੇ, ਇਸਲਾਮ ਕਦੀ ਇਸ ਨੂੰ ਸਵੀਕਾਰ ਕਰੇਗਾ? ਨਹੀਂ ਕਰੇਗਾ। ਇਸਲਾਮ ਨੇ ਕੱਢ ਦਿੱਤਾ ਅਲਾਇਆਰ ਖਾ ਜੋਗੀ ਨੂੰ,
ਮੁਰਤਜ਼ ਕਰ ਦਿੱਤਾ ਗਿਆ, ਐਕਸਕਮਿਊਨੀਕੇਟ ਕਰ ਦਿੱਤਾ। ਔਰੰਗਜ਼ੇਬ ਨੇ ਲਾਹੌਰ ਦੇ ਵਿੱਚ ਇੱਕ ਮਸਜਿਦ ਬਣਾਈ ਸੀ, ਮਸਜਿਦ ਦੇ ਪੇਸ਼ ਉੱਥੋਂ ਦੇ ਕਾਜ਼ੀ ਨੇ ਫਤਵਾ ਸੁਣਾ ਦਿੱਤਾ, ਅਲਾਈ ਯਾਰ ਖਾਂ ਜੋਗੀ ਤੈਨੂੰ ਧਰਮ ਚੋਂ ਕੱਢ ਦਿੱਤਾ ਗਿਆ। ਦੋਸ਼ ਕਾਫਰ ਗੁਰੂ ਗੋਬਿੰਦ ਸਿੰਘ ਬੱਚੇ ਦੀ ਸਿਫਤ ਲਿਖਦਾ, ਤੈਨੂੰ ਕਾਫਰ ਤੇ ਬਾਗੀ ਤੇ ਇਸਲਾਮ ਦੇ ਦੁਸ਼ਮਣ ਗੁਰੂ ਗੋਬਿੰਦ ਸਿੰਘ ਬੱਚਿਆਂ ਦੀਆਂ ਸ਼ਹੀਦੀਆਂ ਨਜ਼ਰ ਆਉਂਦੀਆਂ ਨੇ, ਤੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ ਨਜ਼ਰ ਨਹੀਂ ਆਉਂਦੇ, ਤੈਨੂੰ ਇਸਲਾਮ ਦਾ ਕੋਈ ਸ਼ਹੀਦ ਨਾ ਨਜ਼ਰ ਆਇਆ, ਤੂੰ ਇੱਕ ਕਾਫਰ ਇੱਕ ਬਾਗੀ ਇੱਕ ਇਸਲਾਮ ਦੇ ਦੁਸ਼ਮਣ ਦੇ ਪੁੱਤਰਾਂ ਦੀਆਂ ਸਿਫਤਾਂ ਲਿਖ ਰਿਹਾ, ਤੈਨੂੰ ਕੱਢਿਆ ਜਾਂਦਾ ਧਰਮ ਦੇ ਵਿੱਚੋਂ, ਐਕਸਕਮਿਊਨੀਕੇਟ ਕਰ ਦਿੱਤਾ 1918 ਦੇ ਵਿੱਚ। ਅਨਾਰਕਲੀ ਬਾਜ਼ਾਰ ਲਾਹੌਰ ਦਾ ਰਹਿਣ ਵਾਲਾ ਇਹ ਕਾਜ਼ੀ ਬਿਮਾਰ ਹੋ ਗਿਆ, ਬੜੀ ਬਜ਼ੁਰਗੀ ਦੀ ਹਾਲਤ ਦੇ ਵਿੱਚ ਆਪਣੇ ਘਰ ਪਿਆ। ਮਸਜਿਦ ਦੇ ਪੇਸ਼ ਦੇ ਕਾਜ਼ੀ ਨੂੰ ਫਿਰ ਪਤਾ ਲੱਗਾ ਅਲਾਈ ਯਾਰ ਖਾਂ ਜੋਗੀ ਬਿਮਾਰ ਨੇ, ਇਸਲਾਮ ਦੇ ਵਿੱਚ ਕਿਸੇ ਨੂੰ ਧਰਮ ਦੇ ਵਿੱਚ ਲੈ ਕੇ ਆਉਣਾ ਬੜਾ ਵੱਡਾ ਸਵਾਬ ਹੈ, ਜਿਹਨੂੰ ਇੱਕ ਵਾਰੀ ਕੱਢਿਆ ਹੋਵੇ ਨਾ ਦੁਬਾਰਾ ਲੈ ਆਉਣ ਨੂੰ ਬੜਾ ਵੱਡਾ ਪੁੰਨ ਲੱਗਦਾ, ਬੜਾ ਵੱਡਾ ਪੁੰਨ ਗਿਣਦੇ ਨੇ, ਸਵਾਬ ਹੈ। ਕਾਜ਼ੀ ਕੋਲ ਜਾਂਦਾ ਜਾ ਕੇ ਕਹਿੰਦਾ ਅਲਾਈ ਯਾਰ ਖਾਂ ਤੈਨੂੰ ਇਸਲਾਮ ਚੋਂ ਕੱਢ ਦਿੱਤਾ, ਤੈਨੂੰ ਪਤਾ ਤੇਰਾ ਦੋਸ਼ ਕੀ ਸੀ? ਹਾਂ ਮੈਨੂੰ ਪਤਾ ਹੈ, ਮੇਰਾ ਦੋਸ਼ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੀਆਂ ਸਿਫਤਾਂ ਲਿਖੀਆਂ ਨੇ ਤੇ ਮੈਂ ਇਹ ਗੱਲ ਲਿਖਤੀ ਜਿਸ ਤੋਂ ਇਸਲਾਮ ਆ ਕੇ ਖਿਜਿਆ ਸੀ। ਕਹਿੰਦੇ ਮੈਂ ਇਹ ਗੱਲ ਲਿਖ ਦਿੱਤੀ ਸੀ ਕਿ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ, ਮਹਿਰ ਕੀ ਚਮਕ ਹੈ ਤੇਰੇ ਜ਼ਰੋਂ ਮੇ ਐ ਚਮਕੌਰ, ਜਹਾਂ ਸੇ ਫਰਿਸ਼ਤੇ ਬਣ ਕੇ ਗਏ ਆਸਮਾਂ ਕੇ ਲੀਏ। ਐ ਦੁਨੀਆਂ ਦੇ ਲੋਕੋ, ਜੇਕਰ ਦਰਸ਼ਨ ਕਰਨੇ, ਜੇਕਰ ਸਿਜਦਾ ਕਰਨਾ ਹੈ, ਜੇਕਰ ਹੱਜ ਕਰਨਾ ਹੈ ਨਾ, ਤੇ ਚਮਕੌਰ ਜਾ ਕੇ ਕਰੋ, ਇਹ ਤੋਂ ਪਵਿੱਤਰ ਜਗ੍ਹਾ ਦੁਨੀਆਂ ਤੇ ਕਿਤੇ ਨਹੀਂ ਹੈਗੀ। ਕਹਿੰਦਾ ਮੈਨੂੰ ਪਤਾ ਹੈ ਕਿਉਂ ਕੱਢਿਆ ਤੁਸੀਂ, ਮੈਂ ਇਹ ਗੱਲ ਲਿਖੀ ਸੀ, ਦਿਲਾਈ ਕੌਮ ਕੋ ਸਰਬਾਜ਼ੀਓਂ ਸੇ ਸਰਦਾਰੀ, ਬਰਾਏ ਕੌਮ ਜੇ ਰੁਸਤਬੇ ਲਹੂ ਬਹਾ ਕੇ ਲੀਏ। ਕਹਿੰਦਾ ਮੈਨੂੰ ਪਤਾ ਹੈ ਤੁਸੀਂ ਇਸ ਕਰਕੇ ਕੱਢਿਆ ਸੀ, ਤੇ ਠੀਕ ਹੈ ਜੇਕਰ ਤੈਨੂੰ ਐਕਸਕਮਿਊਨੀਕੇਟ ਕਰ ਦਿੱਤਾ, ਤੈਨੂੰ ਮੁਰਤਜ਼ ਕਰ ਦਿੱਤਾ ਇਸਲਾਮ ਦੇ ਵਿੱਚੋਂ, ਤੇ ਸੱਚ ਜਾਣੀ ਹੁਣ ਤੇਰੀ ਮੌਤ ਹੋਵੇਗੀ ਨਾ, ਤਾਂ ਤੇਰੀ ਨਮਾਜ਼ੇ ਜਨਾਜ਼ਾ ਨਹੀਂ ਪੜੀ ਜਾਵੇਗੀ, ਤੇਰੀ ਨਮਾਜ਼ੇ ਮਈਅਤ ਨਹੀਂ ਪੜੀ ਜਾਵੇਗੀ, ਤੇਰਾ ਇਸਲਾਮੀ ਪਰੰਪਰਾ ਦੇ ਮੁਤਾਬਕ ਕਫਨ ਨਹੀਂ ਹੋਵੇਗਾ, ਦਫਨ ਨਹੀਂ ਹੋਵੇਗਾ, ਕਬਰਾਂ ਦੇ ਵਿੱਚ ਨਹੀਂ ਦਫਨਾਇਆ ਜਾਵੇਗਾ ਤੈਨੂੰ, ਤੇਰੀ ਕੋਈ ਵੀ ਅੰਤਮ ਰਸਮ ਧਰਮ ਦੇ ਮੁਤਾਬਕ ਨਹੀਂ ਹੋਵੇਗੀ, ਤੇ ਸੱਚ ਜਾਣੀ ਨਾ ਤੂੰ ਬਹਿਸ਼ਤਾਂ ਦੇ ਵਿੱਚ ਜਾ ਸਕਦਾ ਤੇ ਨਾ ਤੂੰ ਮੁਹੰਮਦ ਸਾਹਿਬ ਦੀ ਗੋਦ ਦਾ ਅਧਿਕਾਰੀ ਹੋ ਸਕਦਾ। ਅਲਾ ਯਾਰ ਖਾਂ ਅਜੇ ਵੀ ਕਹਿ ਦੇ ਮੈਂ ਜੋ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਗਲਤ ਲਿਖਿਆ, ਮੈਂ ਕੁਫਰ ਤੋਲਿਆ, ਅਜੇ ਵੀ ਇਸਲਾਮ ਤੇ ਜ਼ਰੀ ਇਮਾਨ ਲਿਆ। ਇਸਲਾਮ ਦੇ ਵਿੱਚ ਚਾਰ ਗੁਨਾਹ ਨੇ, ਕੁਫਰ, ਸ਼ਿਰਕ, ਸ਼ਿਰਕ ਫਿਲ ਇਬਾਦਤ ਤੇ ਬਿਦਤ। ਕੁਫਰ ਹੁੰਦਾ ਰੱਬ ਨੂੰ ਨਾ ਮੰਨਣਾ, ਸ਼ਿਰਕ ਹੁੰਦਾ ਰੱਬ ਦੀ ਸ਼ਰੀਕੇਬਾਜ਼ੀ ਕਰਨੀ, ਸ਼ਿਰਕ ਫਿਲ ਇਬਾਦਤ ਹੁੰਦਾ ਆਪਣੀ ਇਬਾਦਤ ਕਰਾਉਣੀ, ਪੂਜਾ ਕਰਾਉਣੀ, ਤੇ ਬਿਦਤ ਹੁੰਦਾ ਕਬਰ ਨੂੰ ਪੂਜਣਾ। ਇਸਲਾਮੀ ਪਰੰਪਰਾ ਵਿੱਚ ਇਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਥਾਂ ਥਾਂ ਤੇ ਜਾ ਕੇ ਕਬਰਾਂ ਤੇ ਮੱਥੇ ਟਿਕਾਉਂਦਾ ਫਿਰਦਾ, ਇਸਲਾਮੀ ਪਰੰਪਰਾ ਦੇ ਵਿੱਚ ਕਬਰ ਦੇ ਉੱਪਰ ਜਾ ਕੇ ਨਮਾਜ਼ ਪੜ੍ਹਨੀ, ਉਜ਼ੂ ਕਰਨਾ, ਸਿਜਦਾ ਕਰਨਾ, ਦੀਵਾ ਜਗਾਉਣਾ ਜਾਂ ਸਿਰ ਝੁਕਾਉਣਾ ਇਸਲਾਮੀ ਪਰੰਪਰਾ 'ਚ ਗੁਨਾਹ ਹੈ। ਜਿਹੜਾ ਉਹਨਾਂ 'ਚ ਗੁਨਾਹ ਹੈ ਅੱਜ ਅਸੀਂ ਰੋਜ਼ ਕਰ ਰਹੇ ਹਾਂ। ਉਹਨੂੰ ਕਿਹਾ ਜਾ ਰਿਹਾ ਹੈ ਅਲਾਈ ਯਾਰ ਖਾਂ ਜੋਗੀ ਮੁਹੰਮਦ ਸਾਹਿਬ ਦੀ ਗੋਦ ਵੀ ਤੇਰੇ ਵਾਸਤੇ ਹੁਣ ਨਹੀਂ ਉਡੀਕਦੀ। ਹੁਣ ਖਿਆਲ ਕਰਿਓ ਉਹ ਸਿੱਧਕੀ ਸਿੱਖ ਦਾ ਜਵਾਬ ਕੀ ਹੈ। ਕਾਜੀ ਸਾਹਿਬ ਮੇਰੀ ਨਮਾਜ਼ੇ ਮਈਅਤ ਨਾ ਪੜਿਓ, ਮੇਰੀ ਨਮਾਜ਼ੇ ਜਨਾਜ਼ਾ ਵੀ ਨਾ ਪੜਿਓ, ਮੇਰੀ ਲਾਸ਼ ਨੂੰ ਅਨਾਰਕਲੀ ਬਾਜ਼ਾਰ ਲਾਹੌਰ ਦੇ ਵਿੱਚ ਲੁੜਦਾ ਰਹਿਣ ਦਿਓ, ਰੁਲਦਾ ਰਹਿਣ ਦਿਓ, ਗਲਦਾ ਰਹਿਣ ਦਿਓ, ਸੜਦਾ ਰਹਿਣ ਦਿਓ, ਨਾ ਮੇਰਾ ਕਫਨ ਕਰਿਓ, ਨਾ ਮੇਰਾ ਦਫਨ ਕਰਿਓ।
ਤੁਸੀਂ ਕਹਿੰਦੇ ਤੂੰ ਬਹਿਸ਼ਤਾਂ ਚ ਨਹੀਂ ਜਾ ਸਕਦਾ, ਮੈਨੂੰ ਬਹਿਸ਼ਤ ਚਾਹੀਦੇ ਵੀ ਨਹੀਂ। ਤੁਸੀਂ ਕਹਿੰਦੇ ਤੂੰ ਮੁਹੰਮਦ ਸਾਹਿਬ ਦੀ ਗੋਦ ਦਾ ਅਧਿਕਾਰੀ ਨਹੀਂ ਹੋ ਸਕਦਾ, ਕਹਿੰਦਾ ਮੈਨੂੰ ਲੱਗਦਾ ਮੈਨੂੰ ਲੋੜ ਹੀ ਨਹੀਂ ਰਹਿ ਗਈ, ਮੈਨੂੰ ਕਲਗੀਧਰ ਦੀ ਗੋਦ ਪਈ ਉਡੀਕਦੀ ਹੈ। ਇਸਲਾਮੀ ਸ਼ਾਇਰ, ਉਹ ਇਸਲਾਮੀ ਸ਼ਾਇਰ ਜਿਹਦਾ ਇੰਨਾ ਵੱਡਾ ਨਿਸ਼ਚਾ। ਔਰ ਸੱਚ ਜਾਣਿਓ, ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਅਸੀਂ ਅੱਜ ਉਹਦੀ ਇੱਕ ਯਾਦਗਾਰ ਨਾ ਸਥਾਪਿਤ ਕਰ ਸਕਦੇ। ਅੱਜ ਕਿਹਨੂੰ ਯਾਦ ਹੈ ਅੱਲਾ ਯਾਰ ਖਾਂ ਜੋ? ਕੋਈ ਤਸਵੀਰ ਨਾ ਬਣਾ ਸਕੇ, ਇੱਕ ਅਵਾਰਡ ਨਾ ਬਣਾ ਸਕੇ ਉਹਦੇ ਉੱਤੇ, ਕੁਛ ਸਮਰਪਿਤ ਨਾ ਕਰ ਸਕੇ ਉਹਨੂੰ ਅਸੀਂ। ਔਰ ਉਹ ਇਸਲਾਮੀ ਸ਼ਾਇਰ ਜਿਸ ਨੂੰ ਧਰਮ ਚੋਂ ਇਸ ਕਰਕੇ ਕੱਢ ਦਿੱਤਾ ਗਿਆ ਕਿ ਉਹਨੇ ਚਮਕੌਰ ਤੇ ਸਾਕਾ ਸਰਹੰਦ ਦੇ ਬਾਰੇ ਲਿਖਿਆ, ਇਸ ਕਰਕੇ ਕੱਢ ਦਿੱਤਾ ਗਿਆ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ, ਚਾਰ ਪੁੱਤਰਾਂ ਦੀ ਸ਼ਹਾਦਤ, ਸ਼ਹੀਦੀ ਪਰੰਪਰਾ ਹੈ, ਚਾਰ ਪੁੱਤਰਾਂ ਦੀ ਸ਼ਹਾਦਤ, ਦਮਦਮਾ ਸਾਹਿਬ ਦੀ ਧਰਤੀ ਤੇ ਬੈਠੇ ਨੇ, ਗੁਰੂ ਕੇ ਮਹਿਲ ਪਹੁੰਚੇ ਨੇ, ਆ ਕੇ ਮਾਤਮ ਪੁਰਸ਼ੀ ਕੀਤੀ ਹੈ, ਪੁੱਤਰ ਨਜ਼ਰ ਨਹੀਂ ਆ ਰਹੇ। ਮੇਰੇ ਗੁਰਦੇਵ ਪਾਤਸ਼ਾਹ ਦਾ ਫਰਮਾਨ ਕੀ ਹੈ? ਅੱਜ ਅਸੀਂ ਸੋਚੀਏ ਕਿਤੇ ਉਸ ਗੱਲ ਨੂੰ। ਪਾਤਸ਼ਾਹ ਕਹਿੰਦੇ ਨੇ ਚਿੰਤਾ ਕਿੰਨਾ ਦੀ ਕੀਤੀ ਜਾਂਦੀ ਹੈ, ਤਜੇ ਸੁਪੰਥ ਕੁਮਾਰਗ ਚਾਲੇ ਸੋ ਸੋਚਣ ਕੇ ਹੇਤ ਬਸਾਲੇ। ਜਿਹੜੇ ਧਰਮ ਦਾ ਮਾਰਗ ਛੱਡ ਕੇ ਧਰਮ ਤੋਂ ਦੂਰ ਚਲੇ ਜਾਣ ਉਹਨਾਂ ਦਾ ਅਫਸੋਸ ਕੀਤਾ ਜਾਂਦਾ ਹੈ, ਤੇ ਜਿਹੜੇ ਧਰਮ ਦੇ ਮਾਰਗ ਤੇ ਚੱਲਦਿਆਂ ਸ਼ਹੀਦ ਹੋ ਜਾਣ ਨਾ ਉਹ ਆਜ ਖਾਲਸਾ ਖਾਸ ਪਿਓ ਸਤਿਗੁਰ ਕੇ ਦਰਬਾਰ, ਉਹਨਾਂ ਦੀਆਂ ਸ਼ਹੀਦੀਆਂ ਦੇ ਉੱਪਰ ਗਮ ਨਹੀਂ ਕੀਤਾ ਜਾਂਦਾ। ਪਰਿਵਾਰ ਨੂੰ ਕਿਹਾ ਜਾ ਰਿਹਾ, ਪਾਤਸ਼ਾਹ ਫਿਰ ਵੀ ਬੱਚੇ ਨਜ਼ਰ ਨਹੀਂ ਆ ਰਹੇ, ਕਿੱਥੇ ਨੇ? ਮੈਂ ਅਕਸਰ ਹੈਰਾਨ ਹੋ ਜਾਂਦਾ, ਨਿਊਜ਼ੀਲੈਂਡ ਦੇ ਵਿੱਚ ਇੱਕ ਬੱਚਿਆਂ ਦੇ ਕੈਂਪ ਦੇ ਵਿੱਚ, ਉਸ ਵਿੱਚ ਸਿੱਖ ਪਰੰਪਰਾ ਸਿੱਖ ਕਲਚਰ ਦੇ ਬਾਰੇ ਮੈਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ, ਯੂਨੀਵਰਸਿਟੀ ਦੇ ਬੱਚਿਆਂ ਨੂੰ। ਇੱਕ ਗੈਰ ਸਿੱਖ ਬੱਚੀ ਨੇ ਸਵਾਲ ਕੀਤਾ, ਕਹਿੰਦੀ ਕਿ ਤੁਹਾਡੇ ਵਿਆਹ ਦੀਆਂ ਰਸਮਾਂ ਦੇ ਵਿੱਚ ਜਦੋਂ ਵਰ ਤੇ ਦੁਲਹਨ, ਲੜਕੀ ਤੇ ਲੜਕਾ ਬੈਠਦੇ ਨੇ, ਉੱਪਰੋਂ ਜਿਹੜੇ ਪੈਸੇ ਘੁਮਾਏ ਜਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਮੈਂ ਕਿਹਾ ਅਸੀਂ ਆਪਣੀ ਪਰੰਪਰਾ 'ਚ ਸਰਵਾਰ ਨਾ ਕਹਿੰਦੇ। ਕਹਿੰਦੀ ਕਿਉਂ ਕੀਤਾ ਜਾਂਦਾ? ਮੈਂ ਕਿਹਾ ਇਸ ਕਰਕੇ ਕਿ ਮਾਂ ਬਾਪ ਸੋਚਦਾ ਹੈ ਕਿ ਅੱਜ ਇਸ ਜੋੜੀ ਦੇ ਸੁਹੱਪਣ ਦੇ ਸਾਹਮਣੇ, ਅੱਜ ਸੋਹਣੇ ਰੂਪ ਦੇ ਸਾਹਮਣੇ, ਅੱਜ ਸਾਡੇ ਪੁੱਤਰ ਤੇ ਨੂੰਹ ਦੇ ਸਾਹਮਣੇ ਪੈਸਾ ਸਾਡੇ ਲਈ ਕੋਈ ਕੀਮਤ ਨਹੀਂ ਰੱਖਦਾ, ਅਸੀਂ ਸਿਰ ਦੇ ਉੱਪਰੋਂ ਵਾਰ ਕੇ ਸੁੱਟ ਦਿੰਦੇ ਹਾਂ, ਗਰੀਬ ਨੂੰ ਦਾਨ ਕਰ ਦਿੰਦੇ। ਕਹਿੰਦੀ ਕੋਈ ਇਹਦੀ ਸੀਮਾ ਵੀ ਨਿਰਧਾਰਿਤ ਹੈ, ਕਿੰਨੇ ਪੈਸੇ ਵਾਰਦੇ ਹੋ? ਮੈਂ ਕਿਹਾ ਕੋਈ ਸੀਮਾ ਨਿਰਧਾਰਿਤ ਨਹੀਂ, ਕੋਈ ਆਪਣੀ ਸਮਰੱਥਾ ਦੇ ਮੁਤਾਬਕ 10 ਰੁਪਏ ਦਾ ਵੀ ਕਰਦਾ ਹੈ, ਕੋਈ 1000 ਦਾ ਵੀ ਕਰਦਾ ਹੋਵੇਗਾ। ਕਹਿੰਦੀ ਕੋਈ ਰਿਕਾਰਡ ਹੈ ਵੱਡੇ ਤੋਂ ਵੱਡਾ ਕਿੰਨੇ ਕੀਤਾ ਹੋਵੇ? ਮੈਂ ਕਿਹਾ ਮੈਨੂੰ ਪੈਸਿਆਂ ਦਾ ਤਾਂ ਪਤਾ ਨਹੀਂ, ਪਰ ਜਿਹੜਾ ਵਾਰਨਾ ਕਲਗੀਧਰ ਨੇ ਕੀਤਾ ਨਾ, ਮਾਤਾ ਨੇ ਪੁੱਛਿਆ ਹੋਇਆ ਪੁੱਤਰ ਕਿੱਥੇ ਗਏ ਨੇ, ਤੇ ਗੁਰੂ ਕਹਿ ਦੇਵੇ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਇਹਦੇ ਤੋਂ ਵੱਡਾ ਵਾਰਨਾ ਦੁਨੀਆਂ ਦੇ ਇਤਿਹਾਸ 'ਚ ਹੈ ਨਹੀਂ, ਇਹਦੇ ਤੋਂ ਵੱਡਾ ਵਾਰਨਾ। ਸੁਭਾਵਿਕ ਜੀ ਗੱਲ ਪੜ੍ਹ ਦਿੰਦੇ ਹੈ, ਇਸ ਗੱਲ ਦੇ ਪਿੱਛੇ ਜਿਹੜਾ ਪਿਛੋਕੜ ਹੈ ਉਹਨੂੰ ਪੜ੍ਹੋ, ਕੌਮ ਦੇ ਆਪਣੇ ਨਾਦੀ ਪੁੱਤਰਾਂ ਦੇ ਉੱਪਰੋਂ ਆਪਣੀ ਸੰਤਾਨ ਨੂੰ ਕਹਿਣਾ ਕਿ ਨਹੀਂ ਇਹ ਚੰਗੇ ਲੱਗਦੇ ਨੇ, ਚੰਗੇ ਕਿਉਂ ਲੱਗਦੇ ਨੇ? ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਚੰਗੇ ਲੱਗਦੇ ਨੇ ਕਿ ਜਦੋਂ ਮੈਂ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਨਾ, ਮੈਂ ਕਿਹਾ ਸੀਗਾ ਹੋ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇ ਰੋ, ਪੁੱਤਰ ਤਾਂ ਮੇਰੀ ਔਲਾਦ ਨੇ ਤੇ ਖਾਲਸਾ ਦਾ ਮੇਰੇ ਚ ਭੇਦ ਹੋ ਚੁੱਕਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਪਰ ਪਿਆਰੇ ਟੁੱਟਣਾ ਕਦੋਂ ਹੈ? ਜਬ ਜੇ ਕਹਿ ਬਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਤੇ ਸਾਨੂੰ ਕਿਹਾ ਕਿ ਗੁਰੂ ਪਾਤਸ਼ਾਹ ਨੇ, ਅਕਸਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕੀਤੀ ਹੈ, ਤੇ ਕਈ ਵਾਰੀ ਅਸੀਂ ਇੱਕ ਗੈਰ ਸਿੱਖ ਕੌਮ ਨੂੰ ਇੱਕੋ ਗੱਲ ਕਹਿੰਦੇ ਹਾਂ, ਅਕਿਰਤਕਣ ਹੋ ਗਏ ਜੀ, ਅਕਿਰਤਕਣ ਦਾ ਭਾਰ ਤਾਂ ਧਰਤੀ ਵੀ ਨਹੀਂ ਚੱਲਦੀ, ਭਾਰੇ ਭੋਈ ਅਕਿਰਤਕਣ ਮੰਦੀ ਹੋ ਮੰਦੇ,
ਕਿਉਂ ਕਿਰਤਕਾਂਡ ਹੋ ਗਏ? ਕਿਉਂਕਿ ਉਹਨਾਂ ਦੀ ਝੋਲੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦਾ ਸਿਰ ਪਾਇਆ ਸੀ, ਉਹਨਾਂ ਦੀ ਧੋਤੀ ਦੇ ਵਾਸਤੇ, ਉਹਨਾਂ ਦੀ ਟੋਪੀ ਦੇ ਵਾਸਤੇ, ਉਹਨਾਂ ਦੇ ਜੰਜੂ ਦੇ ਵਾਸਤੇ ਗੁਰੂ ਪਾਤਸ਼ਾਹ ਦੇ ਪਿਤਾ ਦੀ ਸ਼ਹਾਦਤ ਹੋਈ ਹੈ। ਉਹਨਾਂ ਦੀ ਝੋਲੀ ਚ ਗੁਰੂ ਪਾਤਸ਼ਾਹ ਨੇ ਆਪਣੇ ਪਿਤਾ ਦਾ ਸਿਰ ਪਾਇਆ, ਉਹ ਅਹਿਸਾਨ ਫਰਾਮੋਸ਼ ਹੋ ਗਏ ਨੇ। ਪਰ ਗੁਰੂ ਸਵਾਰਿਓ, ਉਹਨਾਂ ਨੂੰ ਅਹਿਸਾਨ ਫਰਾਮੋਸ਼ ਕਹਿਣ ਤੋਂ ਪਹਿਲਾਂ ਆਪਣੇ ਗਿਰੇਬਾਨ ਚ, ਆਪਣੇ ਘਰ ਵਿੱਚ ਝਾਤੀ ਮਾਰ ਕੇ ਵੇਖੀਏ, ਉਹਨਾਂ ਦੀ ਝੋਲੀ ਚ ਤਾਂ ਇੱਕ ਸਿਰ ਪਾਇਆ ਤੇ ਸਾਡੀ ਝੋਲੀ ਚ ਚਾਰ ਪੁੱਤਰਾਂ ਦੇ ਸਿਰ ਪਾ ਕੇ ਸਾਡੇ ਕੋਲ ਮੰਗਿਆ ਕੀ ਹੈ? ਪਾਤਸ਼ਾਹ ਨੇ ਕਿਹਾ ਕੀ ਹੈ? ਜਬ ਹਮਰੇ ਦਰਸ਼ਨ ਕੋ ਆਵੋ, ਬੰਸ ਚੇਤ ਤਨ ਸ਼ਸਤਰ ਸਜਾਵੋ, ਸ਼ਸਤਰਹੀਨ ਕਬਹੂ ਨਾ ਹੋਈ, ਰਹਿਤਵੰਤ ਖਾਲਸ ਹੈ ਸੋਈ, ਬਿਨਾ ਸ਼ਸਤਰਨ ਕਿਸ ਨਰਨ ਭੇਡ ਜਾਨੋ, ਗਹਿ ਕਾਨ ਤਾਕੋ ਕਿਤੇ ਲੈ ਸਦਾਨੋ, ਇਹ ਮੋਰੀ ਆਗਿਆ ਸੁਨੋ ਹੇ ਪਿਆਰੇ, ਬਿਨਾ ਤੇਗ ਕੇਸਨ ਦੇਹੋ ਨਾ ਦਿਦਾਰੇ। ਸਾਡੀ ਝੋਲੀ ਚ ਚਾਰ ਸਿਰ ਪਾਏ ਤੇ ਮੰਗਿਆ ਕਿ ਐ ਮੇਰੀ ਮਾਂ, ਐ ਮੇਰੀ ਭੈਣ, ਜਦੋਂ ਤੂੰ ਮੇਰੇ ਦਰਬਾਰ ਦੇ ਵਿੱਚ ਆਵੇ ਨਾ ਤੇ ਤੇਰੀ ਉਂਗਲੀ ਦੇ ਨਾਲ ਲੱਗੇ ਹੋਏ ਬੱਚੇ ਚੋਂ ਮੈਨੂੰ ਅਜੀਤ ਤੇ ਜੁਝਾਰ ਦਾ ਚਿਹਰਾ ਨਜ਼ਰ ਆਉਣਾ ਚਾਹੀਦਾ। ਔਰ ਸੱਚ ਜਾਣਿਓ, ਜ਼ਿੰਦਗੀ ਚ ਕਿਤੇ ਅਫਸੋਸ ਨਹੀਂ, ਕਿਤੇ ਵੀ ਅਫਸੋਸ ਨਹੀਂ। ਆਪਣੇ ਪੁੱਤਰਾਂ ਦੇ ਸਿਰ ਸਾਡੀ ਝੋਲੀ ਚ ਪਾ ਦਿੱਤੇ, ਜ਼ਿੰਦਗੀ ਚ ਕਿਤੇ ਅਫਸੋਸ ਨਹੀਂ। ਮੈਂ ਅਕਸਰ ਹੈਰਾਨ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਸਰੋਤਾਂ ਨੂੰ ਪੜ੍ਹਦਿਆਂ, ਜ਼ਿੰਦਗੀ ਚ ਇੱਕ ਥਾਂ ਅਫਸੋਸ ਹੈ। ਔਰੰਗਜ਼ੇਬ ਨੂੰ ਜ਼ਫਰਨਾਮੇ ਚ ਲਿਖਦੇ ਨੇ, ਕਹਿੰਦੇ ਔਰੰਗਜ਼ੇਬ, ਮੈਨੂੰ ਜ਼ਿੰਦਗੀ ਚ ਇੱਕ ਅਫਸੋਸ ਹੈ। ਤੁਸੀਂ ਵੀ ਹੈਰਾਨ ਹੋਵੋਗੇ, ਪੁੱਤਰ ਸ਼ਹੀਦ ਹੁੰਦੇ ਨੇ ਤੇ ਪਾਤਸ਼ਾਹ ਕਹਿੰਦੇ ਆਜ ਖਾਲਸਾ ਖਾਸ ਪਿਓ ਸਤਿਗੁਰ ਕੇ ਦਰਬਾਰ। ਪਿਤਾ ਦੀ ਸ਼ਹਾਦਤ ਹੁੰਦੀ ਹੈ, ਪਾਤਸ਼ਾਹ ਕਹਿੰਦੇ ਸਾਧਨ ਹੇਤ ਇਤ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੁੰਦੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਕਿ ਖਾਲਸਾ ਗੁਰੂ ਦੇ ਦਰਬਾਰ ਚ ਗਿਆ। ਗੁਰੂ ਪਾਤਸ਼ਾਹ ਦੀ ਜ਼ਿੰਦਗੀ ਚ ਕਿਤੇ ਅਫਸੋਸ ਹੀ ਨਹੀਂ, ਇੱਕ ਥਾਂ ਤੇ ਔਰੰਗਜ਼ੇਬ ਨੂੰ ਕਹਿ ਰਹੇ ਨੇ ਔਰੰਗਜ਼ੇਬ ਇੱਕ ਅਫਸੋਸ ਹੈ। ਜ਼ਫਰਨਾਮੇ ਚ ਪਾਤਸ਼ਾਹ ਔਰੰਗਜ਼ੇਬ ਨੂੰ ਲਿਖਦੇ ਨੇ ਦੀਨਾ ਕਾਂਗੜ ਦੇ ਸਥਾਨ ਤੋਂ, ਭਾਈ ਦੇਸਾ ਸਿੰਘ ਦੇ ਚੁਬਾਰੇ ਚ ਬੈਠ ਕੇ, ਔਰੰਗਜ਼ੇਬ ਕਿ ਹੁਸਨਲ ਜ਼ਮਾਲ ਅਸਤ ਰੋਸ਼ਨ ਜ਼ਮੀਰ ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ। ਔਰੰਗਜ਼ੇਬ, ਜਿੰਨੀਆਂ ਦਾਤਾਂ ਤੈਨੂੰ ਖੁਦਾ ਨੇ ਦਿੱਤੀਆਂ ਨੇ ਨਾ, ਤੇਰੀ ਰੋਸ਼ਨ ਜ਼ਮੀਰੀ, ਤੇਰਾ ਰਾਜ, ਤੇਰਾ ਭਾਗ, ਇਹ ਤੇਰਾ ਨਹੀਂ, ਇਹ ਸਭ ਕੁਝ ਉਹਦਾ ਹੈ। ਤੇਰੇ ਕੋਲ ਤਾਂ ਤੇਰਾ ਹੰਕਾਰ ਹੈ। ਤੇ ਸੱਚ ਜਾਣੀ, ਮੈਂ ਤੇ ਦੁਨੀਆਂ ਤੇ ਤਲਵਾਰ ਚੁੱਕਣ ਨਹੀਂ ਸੀ ਆਇਆ। ਬਾ ਲਾਚਾਰਗੀ ਦਰਮਿਆਂ ਆਮਦਮ, ਬਾ ਤਦਬੀਰ ਤੀਰੋ ਤਫੰਗ ਆਮਦਮ। ਤੂੰ ਦੁਨੀਆਂ ਤੇ ਜ਼ੁਲਮ ਇੰਨੇ ਕੀਤੇ, ਤੂੰ ਦੁਨੀਆਂ ਨੂੰ ਤੰਗ ਇੰਨਾ ਕੀਤਾ, ਤੂੰ ਦੁਨੀਆਂ ਦੇ ਉੱਪਰ ਬੇਇਨਸਾਫੀ ਇੰਨੀ ਕੀਤੀ, ਮੈਦਾਨੇ ਜੰਗ ਚ ਮੈਨੂੰ ਤਲਵਾਰ ਚੁੱਕਣੀ ਪਈ ਕਿਉਂ? ਚੁਕਾਰ ਅਜ਼ਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ। ਜਦੋਂ ਸਾਰੇ ਹੀਲੇ ਵਸੀਲੇ ਧਿਰ ਉਪਾਅ ਹਾਰ ਜਾਂਦੇ ਨੇ, ਉਦੋਂ ਤਲਵਾਰ ਦੀ ਵਰਤੋਂ ਜਾਇਜ਼ ਹੈ। ਪਰ ਪਾਤਸ਼ਾਹ ਕਹਿੰਦੇ ਮੈਨੂੰ ਇੱਕ ਅਫਸੋਸ ਹੈ ਔਰੰਗਜ਼ੇਬ। ਅਫਸੋਸ ਕੀ ਹੈ ਔਰੰਗਜ਼ੇਬ? ਤੇਰਾ ਇੱਕ ਜਰਨੈਲ ਕੁਰਾਨ ਦੀ ਕਸਮ ਖਾ ਕੇ ਆਇਆ ਸੀ। ਦੋ ਕੁਰਾਨ ਦੀਆਂ ਕਸਮਾਂ ਸੀ, ਖਿਆਲ ਕਰਿਓ ਇਤਿਹਾਸ ਦੇ ਵਿੱਚ ਮਿਲਦੀਆਂ। ਇੱਕ ਕੁਰਾਨ ਦੇ ਉੱਪਰ ਲਿਖਿਆ ਸੀ ਕਿ ਤਸ਼ਰੀਫ ਦਰ ਕਸਬੈ ਕਾਂਗੜ ਕੁਨਦ ਵਜ਼ਾਂ ਪਸ ਮੁਲਾਕਾਤ ਬਾਹਮ ਸ਼ਬਦ। ਪਾਤਸ਼ਾਹ, ਅਨੰਦਪੁਰ ਸਾਹਿਬ ਨੂੰ ਛੱਡ ਕੇ ਦੀਨਾ ਕਾਂਗੜ ਦੇ ਸਥਾਨ ਤੇ ਆ ਜਾਵੋ, ਬਹਿ ਕੇ ਵਿਚਾਰ ਕਰਾਂਗੇ। ਤੇ ਜਿਹੜੀ ਉਸਨੇ ਆਪਣੇ ਅਹਿਲਕਾਰਾਂ ਨੂੰ ਆਦੇਸ਼ ਦਿੱਤਾ ਸੀ, ਹੁਕਮ ਦਿੱਤਾ ਸੀ, ਉੱਤੇ ਲਿਖਾ ਸੀ ਤੁਰਾ ਗਰਬ ਬਾਇਬ ਬ ਕੌਲੇ ਕੁਰਾਂ ਬਨਿਸਦੇ ਸ਼ੁਮਾਰਾ ਰਸਾਨਮ ਹੋਮਾ ਕੱਸੇ ਹਰ ਕੇ ਕੌਲੇ ਕੁਰਾਂ ਬਾਇਦਸ਼ ਜਾਂ ਕੁਛ ਤਨੋ ਬਸਤਨੋ ਬਾਇਦਸ਼। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਾਂ ਸਿਰ ਵੱਢ ਕੇ ਲੈ ਕੇ ਆਉਣਾ ਤੇ ਜਾਂ ਬੰਦੀ ਬਣਾ ਕੇ ਲੈ ਕੇ ਆਉਣਾ, ਹੁਕਮ ਹੈ ਔਰੰਗਜ਼ੇਬ ਦਾ ਆਪਣੇ ਅਹਿਲਕਾਰਾਂ ਨੂੰ। ਤੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਤੇਰੇ ਜਰਨੈਲ ਨੂੰ ਇਹ ਹੁਕਮ ਦਿੱਤਾ ਸੀ ਨਾ, ਖਵਾਜ਼ਾ ਖਿਜ਼ਰ ਖਾਨ ਸ਼ੇ ਮੁਹੰਮਦ
ਵਲੇਰ ਕੋਟਲੇ ਵਾਲੇ ਦਾ ਭਰਾ ਖਵਾਜ਼ਾ ਖਿਜ਼ਰ ਖਾਨ, ਕਹਿੰਦਾ ਜਿਹਨੂੰ ਤੂੰ ਹੁਕਮ ਦਿੱਤਾ ਸੀ ਨਾ ਔਰੰਗਜ਼ੇਬ ਮੈਦਾਨੇ ਜੰਗ ਦੇ ਵਿੱਚੋਂ ਮੇਰੇ ਸਾਹਮਣੇ ਆਇਆ, ਚਮਕੌਰ ਦੀ ਗੜੀ ਦੇ ਵਿੱਚ ਜਦੋਂ ਮੇਰੇ ਸਾਹਮਣੇ ਆਇਆ ਤੇ ਸੱਚ ਜਾਣੀ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚਿਆ। ਔਰੰਗਜ਼ੇਬ ਤੇਰਾ ਉਹ ਜਰਨੈਲ ਜਿਹੜਾ ਤੇਰੇ ਕੋਲ ਸਹੁੰ ਚੁੱਕ ਕੇ ਆਇਆ ਸੀ, ਬੀੜਾ ਚੁੱਕ ਕੇ ਆਇਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਤੇਰੇ ਪੈਰਾਂ 'ਚ ਰੱਖ ਦੇਣਾ ਜਾਂ ਬੰਦੀ ਬਣਾ ਕੇ ਲਿਆਉਂ। ਇੱਕ ਗੱਲ ਖਿਆਲ ਕਰਿਓ, ਕਈ ਵਾਰੀ ਸਾਡੇ ਪ੍ਰਚਾਰਕ ਵੀ ਸਟੇਜਾਂ ਤੋਂ ਅਕਸਰ ਇਹ ਗੱਲ ਕਹਿ ਦਿੰਦੇ ਨੇ, ਬਾਬਾ ਦੀਪ ਸਿੰਘ ਜੀ ਨੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ, ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਦਾ ਬੀੜਾ ਚੁੱਕਿਆ। ਹੁਣ ਤਾਂ ਗੱਲ ਬੜੀ ਛੋਟੀ ਜਿਹੀ ਹੋ ਗਈ ਹੈ, ਕੋਈ ਮੰਤਰੀ ਪਿੰਡ 'ਚ ਆ ਜਾਏ ਜੀ, ਮੰਤਰੀ ਜੀ ਨੇ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਦਾ ਬੀੜਾ ਚੁੱਕਿਆ ਜੀ, ਮੰਤਰੀ ਜੀ ਨੇ ਧਰਮਸ਼ਾਲਾ ਬਣਾਉਣ ਦਾ ਬੀੜਾ ਚੁੱਕਣਾ। ਪਿਆਰਿਓ, ਇਹ ਸਾਡੀ ਪਰੰਪਰਾ ਨਹੀਂ। ਇਸਲਾਮ ਦੇ ਵਿੱਚ ਜਦੋਂ 7000 ਯਾਤ ਤੇ ਸਵਾਰ ਦਾ ਜਰਨੈਲ ਅਹਿਲਕਾਰ ਮਨਸਬਦਾਰ ਜਦੋਂ ਰਾਜੇ ਦੇ ਸਾਹਮਣੇ ਸਹੁੰ ਖਾਂਦਾ ਕਿ ਰਾਜਾ ਜਾਂ ਤਾਂ ਮੈਂ ਤੇਰੇ ਦੁਸ਼ਮਣ ਦਾ ਸਿਰ ਵੱਢ ਕੇ ਤੇਰੇ ਪੈਰਾਂ ਤੇ ਰੱਖ ਦਊਂਗਾ ਜਾਂ ਮੈਂ ਖੁਦ ਖਤਮ ਹੋ ਜਾਊਂਗਾ, ਉਦੋਂ ਰਾਜਾ ਆਪਣੀ ਪਾਨ ਵਾਲੀ ਡੱਬੀ ਉਹਦੇ ਅੱਗੇ ਕਰਦਾ ਤੇ ਉਹ ਤੰਬਾਕੂ ਵਾਲਾ ਬੀੜਾ ਚੁੱਕਦਾ, ਜਿਹਨੂੰ ਬੀੜਾ ਚੁੱਕਣਾ ਕਿਹਾ ਜਾਂਦਾ ਹੈ। ਸਾਡੀ ਪਰੰਪਰਾ ਨੇ ਨਾ ਵਰਤਿਆ ਕਰੀਏ ਇਹੋ ਜਿਹੇ ਸ਼ਬਦ, ਇਹ ਸਾਡੀ ਪਰੰਪਰਾ ਨੇ। ਗੁਰੂ ਪਾਤਸ਼ਾਹ ਕਹਿ ਰਹੇ ਨੇ ਔਰੰਗਜ਼ੇਬ ਤੇਰਾ ਜਰਨੈਲ ਖਵਾਜ਼ਾ ਖਿਜ਼ਰ ਖਾਨ ਬੀੜਾ ਚੁੱਕ ਕੇ ਆਇਆ ਸੀ ਜਦੋਂ ਮੈਦਾਨੇ ਜੰਗ 'ਚ ਮੇਰੇ ਸਾਹਮਣੇ ਆਇਆ ਨਾ, ਤੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚਿਆ। ਕਮਾਨ ਵੀ ਕੋਈ ਛੋਟਾ ਨਹੀਂ ਸੀ। ਅੱਜ ਤੁਸੀਂ ਜਾਓਗੇ ਨਾ ਆਸਟਰੀਆ ਦੇ ਇੱਕ ਅਜਾਇਬ ਘਰ ਦੇ ਵਿੱਚ ਰਾਜੇ ਮੈਕਸ ਮਿਲਨ ਦਾ ਇੱਕ ਕਮਾਨ ਪਿਆ। ਉਹ ਕਮਾਨ ਕਹਿੰਦੇ ਨੇ ਬੜੇ ਬਹਾਦਰ ਖਿੱਚ ਸਕਦੇ ਨੇ, ਤੇ ਮੈਂ ਜਦੋਂ ਦੀ ਤੰਦੀ ਦਾ ਵੇਖਿਆ ਲਿਖਿਆ ਜੋ ਉਹਨਾਂ ਸੀਗਾ ਤੇ 162 ਪਾਉਂਡ ਸੀਗਾ ਕਿ ਉਹ ਬਹਾਦਰ ਬੰਦਾ ਉਹਦੇ ਕਮਾਨ ਦੀ ਤੰਦੀ ਨੂੰ ਖਿੱਚ ਸਕਦਾ ਹੈ ਜਿਹਦੀਆਂ ਬਾਹਾਂ ਦੇ ਵਿੱਚ 162 ਪਾਉਂਡ ਖਿੱਚਣ ਦਾ ਬਲ ਹੋਵੇ। ਮਹਾਨ ਕੋਸ਼ ਦੇ ਵਿੱਚ ਕਾਨ ਸਿੰਘ ਨਾਭਾ ਨੂੰ ਪੜ੍ਹ ਕੇ ਵੇਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਮਾਨ ਦੀ ਤੰਦੀ ਦਾ ਜਿਹੜਾ ਜ਼ੋਰ ਹੈ 25 ਟੰਕ ਸੀ, ਔਰ ਇਹ ਜੇ ਆਪਾਂ ਮਾਫ ਕਰਨਾ 9 ਟੰਕ ਸੀ, 25 ਕਿਲੋ ਦਾ ਇੱਕ ਟੰਕ ਹੁੰਦਾ ਹੈ, 496 ਪਾਉਂਡ ਬਣਦਾ। ਦੁਨੀਆ ਦੇ ਵੱਡੇ ਤੀਰ ਅੰਦਾਜ਼ ਕਹਿੰਦੇ ਨੇ ਕਿ 162 ਪਾਉਂਡ ਦਾ ਕਮਾਂਡ ਖਿੱਚਣ ਵਾਲੇ ਸਾਡੇ ਰਾਜੇ ਸੀ, ਦਸਮ ਪਾਤਸ਼ਾਹ ਦੇ ਕਮਾਨ ਦੀ ਤੰਦੀ ਦੀ ਖਿੱਚ 496 ਪਾਉਂਡ ਸੀ। ਗੱਲ ਇਹ ਵੀ ਛੋਟੀ ਹੈ, ਜਿਹੜੇ ਗੁਰੂ ਪਾਤਸ਼ਾਹ ਦੇ ਬਹਾਦਰ ਸੂਰਮੇ ਵੀ ਹੋਏ ਨਾ, ਬਾਬਾ ਡਾਲ ਸਿੰਘ ਦੇ ਨਾਲ ਰਹਿਣ ਵਾਲੇ ਹਰੀ ਸਿੰਘ ਨਲੂਏ, ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਸ਼ੇਰ ਨੂੰ ਚਬਾੜੇ ਤੋਂ ਫੜ ਕੇ ਚੀਰ ਦਿੱਤਾ ਸੀ, ਹਰੀ ਸਿੰਘ ਨਲੂਏ ਹੁਣਾਂ ਦੇ ਬਾਰੇ, ਤੇ ਸ਼ੇਰ ਦੇ ਚਬਾੜਿਆਂ ਦਾ ਪ੍ਰੈਸ਼ਰ 992 ਪਾਉਂਡ ਪਰ ਸਕੇਅਰ ਇੰਚ ਹੁੰਦਾ। ਖਿਆਲ ਕਰਿਓ ਉਹਨਾਂ ਬਾਹਾਂ 'ਚ ਕਿੰਨਾ ਜ਼ੋਰ ਹੋਵੇਗਾ। ਇਹ ਗੱਲਾਂ ਛੋਟੀਆਂ ਨੇ ਇਤਿਹਾਸ ਦੇ ਵਿੱਚ, ਪੇਸ਼ ਨਾ ਕਰ ਸਕੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਚਮਕੌਰ ਦੀ ਗੜੀ ਦੇ ਵਿੱਚ, ਔਰੰਗਜ਼ੇਬ ਤੇਰਾ ਇੱਕ ਜਰਨੈਲ ਸਹੁੰ ਖਾ ਕੇ ਆਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਉਣਾ। ਸੱਚਾਣੀ ਪਾਤਸ਼ਾਹ ਕਹਿੰਦੇ ਕਿ ਆ ਖਵਾਜ਼ਾ ਮਰਦੂ ਦਸਾਇਆ ਦੇ ਵਾਰ, ਜਦੋਂ ਮੈਂ ਉਹਨੂੰ ਆਪਣੇ ਸਾਹਮਣੇ ਵੇਖਿਆ ਤੇ ਮੈਂ ਆਪਣੇ ਕਮਾਨ ਦੇ ਵਿੱਚ ਤੀਰ ਨੂੰ ਲੈ ਕੇ ਕੰਨ ਤੱਕ ਖਿੱਚਿਆ, ਬਾ ਮੈਦਾਨਾ ਆਮਦ ਬਾ ਮਰਦਾਨਾ ਵਾਰ, ਕਹਿੰਦੇ ਉਹਨੇ ਕੰਧ ਦੇ ਉੱਲੇ ਸਿਰ ਕਰ ਲਿਆ। ਕਹਿੰਦੇ ਮੇਰੇ ਵਾਸਤੇ ਧਰਮ ਸੰਕਟ ਖੜਾ ਹੋ ਗਿਆ, ਕਿਉਂਕਿ ਮੇਰਾ ਦੁਸ਼ਮਣ ਮੇਰੇ ਸਾਹਮਣੇ ਸੀ ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣਾ, ਪਰ ਗੁਰੂ ਗੋਬਿੰਦ ਸਿੰਘ ਦੀ ਆਤਮਾ ਇਜਾਜ਼ਤ ਨਹੀਂ ਸੀ ਦੇ ਰਹੀ ਕਿ ਉਸ ਨਮਰਦ ਦੇ ਉੱਪਰ ਤੀਰ ਚਲਾਇਆ ਜਾਵੇ ਜਿਹੜਾ ਮੌਤ ਤੋਂ ਡਰਦਾ ਕੰਧ ਦੇ ਉੱਲੇ ਸਿਰ ਕਰ ਰਿਹਾ। ਦਰੇਕ ਪਾਤਸ਼ਾਹ ਕਹਿੰਦੇ ਇਸ ਗੱਲ ਦਾ ਅਫਸੋਸ ਹੈ, ਦਰੇਗਾ ਫਾਰਸੀ ਚ ਕਹਿੰਦੇ ਅਫਸੋਸ ਨੂੰ, ਦਰੇਗਾ ਅਗਰ ਰੂਏ ਉਦੀਦ ਮੇ,
ਔਰੰਗਜ਼ੇਬ ਮੈਨੂੰ ਅਫਸੋਸ ਹੈ ਦਰੇਕਾ ਕਿਤੇ ਤੇਰਾ ਉਹ ਜਰਨੈਲ ਮਰਦਾਂ ਵਾਂਗੂ ਮੇਰੇ ਸਾਹਮਣੇ ਆਉਂਦਾ ਨਾ, ਬਾ ਇੱਕ ਤੀਰ ਲਾਚਾਰ ਬਖਸ਼ੀ ਦਵੇ ਮੈਂ ਇੱਕ ਤੀਰ ਉਹਨੂੰ ਵੀ ਬਖਸ਼ ਦਿੰਦਾ। ਇਹ ਹੈ ਮੈਦਾਨੇ ਜੰਗ ਦੇ ਵਿੱਚ ਆਪਣੇ ਉਸ ਸੰਕਲਪ ਨੂੰ, ਆਪਣੀ ਕੌਮ ਦੇ ਉਹਨਾਂ ਸਿਧਾਂਤਾਂ ਨੂੰ ਇੰਨੀ ਉੱਚੀ ਅਵਸਥਾ ਦੇ ਵਿੱਚ ਰੱਖਣਾ। ਔਰ ਸੱਚ ਜਾਣਿਓ, ਇਹਨਾਂ ਸ਼ਹਾਦਤਾਂ ਤੋਂ ਬਾਅਦ ਜਦੋਂ ਸ਼ਹਾਦਤਾਂ ਦੀ ਲੜੀ ਆਉਂਦੀ ਹੈ ਤੇ ਅਸੀਂ ਗੱਲ ਕਰਦੇ ਹਾਂ ਇਹਨਾਂ ਸ਼ਹੀਦਾਂ ਦੀ, ਮਹਾਰਾਜਾ ਰਣਜੀਤ ਸਿੰਘ ਦੀ ਅੰਤਮ ਸਮਾਂ ਹੈ। ਤੇ ਮਹਾਰਾਜਾ ਰਣਜੀਤ ਸਿੰਘ ਦੇ ਪਹਿਲਾਂ ਜਿਹੜੀਆਂ ਗੱਲਾਂ ਵਾਪਰੀਆਂ ਨੇ, ਇਤਿਹਾਸ 'ਚ ਘਟਨਾਵਾਂ ਵਾਪਰੀਆਂ ਨੇ, ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਸਰੋਤਾਂ ਦੀ ਹੋਰ ਖੋਜ ਕਰ ਸਕਾਂ, ਕਿਉਂਕਿ ਮੈਂ ਹੁਣ ਇਸ ਵਿਸ਼ੇ ਦੇ ਉੱਪਰ ਖੋਜ ਕਰ ਰਿਹਾ ਹਾਂ। ਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਬਾਬਾ ਡਾਲ ਸਿੰਘ ਹੋਣਾ ਦੇ ਬਾਰੇ ਕੁਛ ਹੋਰ ਸਬੂਤ, ਕੁਛ ਹੋਰ ਇਤਿਹਾਸ, ਕੁਝ ਇਤਿਹਾਸ ਸਰੋਤ ਹੋਰ ਇਕੱਠੇ ਕਰ ਸਕਾਂ। ਪਰ ਖਿਆਲ ਕਰਿਓ, ਬਾਬਾ ਡਾਲ ਸਿੰਘ ਹਰੀ ਸਿੰਘ ਨਲੂਆ ਦੇ ਨਾਲ ਰਹੇ ਨੇ, ਤੇ ਹਰੀ ਸਿੰਘ ਨਲੂਏ ਨੇ ਜਿਹੜਾ ਦਰਾਏ ਖੈਬਰ ਫਤਿਹ ਕੀਤਾ ਹੈ, ਅੱਜ ਤੱਕ ਦੁਨੀਆ ਦੀ ਬਹੁਤ ਵੱਡੀ ਤਾਕਤ ਅਮਰੀਕਾ ਵੀ ਉਹਨੂੰ ਡਰੋਨ ਹਮਲਿਆਂ ਦੇ ਨਾਲ ਫਤਿਹ ਕਰ ਰਹੀ ਹੈ। ਮਨੁੱਖ ਤੋਂ ਰਹਿਤ ਜਹਾਜ਼ ਉੱਥੇ ਭੇਜੇ ਜਾ ਰਹੇ ਨੇ, ਅਜੇ ਵੀ ਕਾਬਜ਼ ਨਹੀਂ। ਇਸਲਾਮ ਦੇ ਵਿੱਚ, ਇਸ ਦੇਸ਼ ਦੇ ਵਿੱਚ, ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਪੰਜ ਦਰੇ ਨੇ, ਦਰਾਏ ਖੈਬਰ, ਦਰਾਏ ਖੈਰ, ਦਰਾਏ ਨੂਰ, ਦਰਾਏ ਅਜ਼ਾਦ ਤੇ ਦਰਾਏ ਖਿਜ਼ਰ। ਇਹਨਾਂ ਪੰਜ ਦਰਿਆਂ ਦੇ ਵਿੱਚੋਂ ਇਸ ਖਤਰਨਾਕ ਦਰੇ ਦਰਾਏ ਖੈਬਰ ਨੂੰ ਗਿਣਿਆ ਜਾਂਦਾ ਹੈ। ਮੇਰੇ ਨਾਲ ਵੀਰ ਜੀ ਗੱਲ ਕਰ ਰਹੇ ਸੀ, ਜੇ ਮੈਂ ਨਹੀਂ ਪੜਿਆ, ਮੈਂ ਕੋਸ਼ਿਸ਼ ਕਰੂੰਗਾ ਉਸ ਸਰੋਤ ਨੂੰ ਲੱਭਾਂ ਕਿ ਉਸ ਦਰਾਏ ਖੈਬਰ ਦੀ ਫਤਿਹ ਦੇ ਵਿੱਚ ਤੁਹਾਡੇ ਕੌਮ ਦੇ, ਤੁਹਾਡੇ ਵਸਨੀਕ, ਤੁਹਾਡੇ ਪਿੰਡ ਦੇ ਬਜ਼ੁਰਗ ਬਾਬਾ ਡਾਲ ਸਿੰਘ ਉਹਨਾਂ ਦੇ ਨਾਲ ਸੀ। ਸਰਦਾਰ ਅਜੈਬ ਸਿੰਘ ਨਾਂ ਮੈਨੂੰ ਯਾਦ ਹੈ, ਉਹ ਤਾਂ ਉਹਨਾਂ ਦੇ ਨਾਲ ਸੀਗੇ। ਮੈਂ ਕੋਸ਼ਿਸ਼ ਕਰੂੰਗਾ ਇਤਿਹਾਸ ਦੀਆਂ ਇਹਨਾਂ ਪਰਤਾਂ ਨੂੰ ਖੋਲ ਸਕਾਂ। ਔਰ ਖਿਆਲ ਕਰਿਓ, ਉੱਥੋਂ ਦਾ ਵਸਨੀਕ ਨਾਸਰ ਖਾਨ, ਅਜੇ ਕੁਛ ਦਿਨਾਂ ਦੀ ਗੱਲ ਹੈ, ਤੁਸੀਂ ਪੜ੍ਹਿਆ ਹੋਵੇਗਾ, ਇੱਕ ਲੇਖ ਪ੍ਰਕਾਸ਼ਿਤ ਹੋਇਆ ਹੈ ਕਿ ਅੰਗਰੇਜ਼ੀ ਰਾਜ ਦੇ ਵਿੱਚ ਦਰਾਏ ਖੈਬਰ ਦਾ ਇੱਕ ਬਾਦਸ਼ਾਹ ਦਾ ਪੜਪੋਤਰਾ ਜਿਹੜਾ ਹਰੀ ਸਿੰਘ ਦੇ ਕੋਲੋਂ ਹਾਰਿਆ ਸੀ, ਲਾਹੌਰ ਆਇਆ ਅੰਗਰੇਜ਼ੀ ਰਾਜ ਦੇ ਵਿੱਚ। ਅੰਗਰੇਜ਼ੀ ਰਾਜ ਦੇ ਵਿੱਚ ਲਾਹੌਰ ਆਇਆ, ਰਣਜੀਤ ਸਿੰਘ ਦਾ ਕਿਲ੍ਹਾ ਵੇਖਿਆ, ਗੁਜਰਾਂ ਵਾਲੇ ਗਿਆ, ਹਰੀ ਸਿੰਘ ਨਲੂਏ ਦਾ ਘਰ ਵੇਖਿਆ, ਤੇ ਡੀਸੀ ਨੂੰ ਕਹਿੰਦਾ ਮੈਂ ਚਾਹੁੰਦਾ ਕਿ ਮੈਂ ਉਸ ਜਰਨੈਲ ਦੀ ਕਿਤੇ ਔਲਾਦ ਨੂੰ, ਉਹਦੇ ਖੂਨ ਨੂੰ ਮਿਲਾਂ, ਜਿੱਤੋਂ ਡਰਦੇ ਪਠਾਨ ਅੱਜ ਵੀ ਹਰੀਆ ਰਾਂਗਲੇ ਕਹਿੰਦੇ ਨੇ, ਪੁੱਤ ਸੌਂ ਜਾ, ਹਰੀ ਸਿੰਘ ਨਲੂਆ ਆ ਗਿਆ। ਜਿਹਦੇ ਤੋਂ ਅੱਜ ਵੀ ਪਠਾਣੀਆਂ ਡਰਦੀਆਂ ਨੇ। ਕਿਸੇ ਨੇ ਦੱਸਿਆ ਕਿ ਹਰੀ ਸਿੰਘ ਨਲੂਏ ਦੀ ਔਲਾਦ ਦੇ ਵਿੱਚ ਉਹਦਾ ਪੜਪੋਤਰਾ ਗੁਜਰਾਂ ਵਾਲਾ ਖਾਲਸਾ ਸਕੂਲ 'ਚ ਪੜ੍ਹਦਾ। ਡੀਸੀ ਨੇ ਸੁਨੇਹਾ ਭੇਜਿਆ ਪ੍ਰਿੰਸੀਪਲ ਨੂੰ, ਇੱਕ ਅਫਸਰ ਭੇਜਿਆ ਕਿ ਉੱਥੋਂ ਦੇ ਦਰਾਏ ਖੈਬਰ ਦੇ ਨਾਸਰ ਖਾਨ ਦਾ ਪੜਪੋਤਰਾ ਜਿਹੜਾ ਹਰੀ ਸਿੰਘ ਨਲੂਏ ਦੇ ਪੜਪੋਤਰੇ ਨੂੰ ਮਿਲਣਾ ਚਾਹੁੰਦਾ। ਜਦੋਂ ਰਗਾ 'ਚ ਹੋਵੇ ਨਾ ਬਹਾਦਰੀ ਦਾ ਖੂਨ, ਉਦੋਂ ਜਵਾਬ ਫਿਰ ਪਤਾ ਕਿਵੇਂ ਦਿੱਤੇ ਜਾਂਦੇ ਨੇ। ਡੀਸੀ ਆ ਕੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੂੰ ਕਹਿੰਦਾ ਕਿ ਮੈਂ ਉਹਦੀ ਔਲਾਦ ਨੂੰ ਮਿਲਣਾ। ਉਸ 8ਵੀਂ ਕਲਾਸ 'ਚ ਪੜ੍ਹਦੇ ਬੱਚੇ ਨੂੰ ਬੁਲਾਇਆ ਜਾਂਦਾ ਹੈ ਕਿ ਡੀਸੀ ਆਇਆ ਜ਼ਿਲ੍ਹੇ ਦਾ ਤੈਨੂੰ ਲੈਣ ਵਾਸਤੇ, ਕਿਉਂਕਿ ਨਾਸਰ ਖਾਨ ਦੇ ਪੜਪੋਤਰੇ ਉੱਥੋਂ ਦੇ ਨਵਾਬ ਨੂੰ ਮਿਲਾਉਣਾ ਹੈ, ਤੇ ਹਰੀ ਸਿੰਘ ਨਲੂਏ ਦੇ ਪੜਪੋਤਰੇ ਵਿੱਚ ਉਹ ਹੀ ਅਣਖ ਫਿਰ ਹੁਲਾਰਾ ਖਾਂਦੀ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਜੇਤੂ ਜਰਨੈਲ ਦਾ ਪੜਪੋਤਰਾ ਹਾਰੇ ਜਰਨੈਲ ਦੇ ਪੜਪੋਤਰੇ ਨੂੰ ਮਿਲਣ ਜਾਵੇ, ਉਹ ਮਿਲਣ ਵਾਸਤੇ ਆਵੇ, ਇਹ ਕਿਵੇਂ ਹੋ ਸਕਦਾ, ਜੇਤੂ ਜਰਨੈਲ ਦਾ ਪੜਪੋਤਰਾ ਮਿਲਣ ਕਿਉਂ ਜਾਵੇ। ਇਹ ਸੁਨੇਹਾ ਭੇਜਿਆ ਗਿਆ, ਉਹ ਮਿਲਣ ਵਾਸਤੇ ਆਇਆ ਉਸ ਖਾਨਦਾਨ ਦੇ ਉਸ ਚਿਰਾਗ ਨੂੰ। ਸਕੂਲ ਦੇ ਵਿੱਚ ਮਿਲਾਪ ਹੋਇਆ, ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੈਂ ਉਸ ਖੂਨ ਨੂੰ ਦੁਬਾਰਾ ਵੇਖ ਰਿਹਾ ਜਿਸ ਖੂਨ ਦੇ ਵਡੇਰਿਆਂ ਤੋਂ ਸਾਡੇ ਵਡੇਰੇ ਡਰਦੇ ਸੀ। ਪਰ ਹਰੀ ਸਿੰਘ ਨਲੂਏ ਦੇ ਚਿਰਾਗ, ਇਹ ਵੰਸ਼ ਕਿਤੇ ਸਵਾਗਤ ਕਰਾਂਗਾ, ਜੇ ਤੂੰ ਫਿਰ ਦੁਬਾਰਾ ਉਸ ਦਰਾਏ ਖੈਬਰ ਦੇ ਇਲਾਕੇ ਚ ਆਵੇਂ, ਮੈਂ ਤੇਰਾ ਸਵਾਗਤ ਕਰੂੰਗਾ।
ਤੇ ਕਹਿੰਦਾ ਨਵਾਬ ਸਾਹਿਬ ਅਜੇ ਸਾਡੇ ਘੋੜਿਆਂ ਦੀਆਂ ਪੈੜਾਂ ਨੂੰ ਲਾਹੌਰ ਤੋਂ ਲੈ ਕੇ ਕਾਬਲ ਤੱਕ ਦਾ ਰਾਹ ਨਹੀਂ ਭੁੱਲਿਆ, ਕਿਤੇ ਕੌਮ ਨੇ ਹੁਲਾਰਾ ਖਾਧਾ ਤਾਂ ਫਿਰ ਮੂੰਹ ਉੱਧਰ ਹੀ ਕਰਾਂਗੇ। ਇਹ ਕੌਮ ਦੇ ਇਹ ਜੇਤੂ ਜਰਨੈਲ ਦੀਆਂ ਗੱਲਾਂ ਨੇ। ਹਰੀਕ ਸਿੰਘ ਗਲੂਏ ਨੇ ਦਰਾ ਖੈਬਰ ਤੇ ਕਬਜ਼ਾ ਕੀਤਾ। ਨਾਸਰ ਖਾਨ ਦਾ ਬੇਟਾ ਗੁਲ ਖਾਨ ਆਪਣੀ ਮੰਗੇਤਰ ਬਾਨੋ ਨੂੰ ਕਹਿੰਦਾ, ਬਾਨੋ ਹਰੀ ਸਿੰਘ ਨਲੂਆ ਆ ਗਿਆ, ਛੇਤੀ ਚੱਲ ਜਾਨ ਬਚਾਉਣ ਦੇ ਵਾਸਤੇ ਇੱਥੋਂ ਨਿਕਲ ਚੱਲੀਏ। ਬਾਨੋ ਕਹਿੰਦੀ, ਗੁਲਫਾਮ ਮੈਂ ਤਾਂ ਤੇਰੇ ਨਾਲ ਇਸ ਕਰਕੇ ਨਿਕਾਹ ਕਰਾਉਣ ਨੂੰ ਰਾਜੀ ਹੋਈ, ਤੁਸੀਂ ਬੜਾ ਬਹਾਦਰ ਤੇ ਇਹੋ ਜਿਹਾ ਬਹਾਦਰ ਕਿਹੜਾ ਆ ਗਿਆ ਕਿ ਤੂੰ ਮੈਨੂੰ ਕਹਿ ਰਿਹਾ ਕਿ ਜਾਨ ਬਚਾਉਣ ਲਈ ਪਹਾੜਾਂ ਦੀਆਂ ਗੁਫਾ ਚ ਲੁੱਕ ਚੱਲੀਏ। ਕਹਿੰਦਾ, ਹੌਲੀ ਬੋਲ, ਸਿੱਖਾਂ ਦਾ ਜਰਨੈਲ ਹਰੀ ਸਿੰਘ ਨਲੂਆ ਆਇਆ। ਹਰੀ ਸਿੰਘ ਨਲੂਏ ਤੋਂ ਡਰਦਾ ਉਹ ਪਠਾਨ ਆਪਣੀ ਮੰਗੇਤਰ ਨੂੰ ਲੈ ਕੇ ਇੱਕ ਗੁਫਾ ਚ ਲੁਕਿਆ ਤੇ ਉਹ ਕਹਿੰਦੀ, ਗੁਲਫਾਮ ਅੱਜ ਮੇਰਾ ਇੱਕ ਭਰਮ ਦੂਰ ਹੋ ਗਿਆ, ਮੈਂ ਤਾਂ ਸੋਚਦੀ ਸੀ ਕਿ ਤੇਰੇ ਤੋਂ ਬਹਾਦਰ ਦੁਨੀਆਂ ਤੇ ਸੂਰਮਾ ਕੋਈ ਨਹੀਂ, ਤੈਨੂੰ ਤੇ ਆਪਣੇ ਕਮਾਨ ਦੀਆਂ ਕਾਨੀਆਂ ਤੇ ਬੜਾ ਮਾਣ ਸੀ, ਤੈਨੂੰ ਤੇ ਆਪਣੀ ਤਲਵਾਰਬਾਜ਼ੀ ਤੇ ਬੜਾ ਮਾਣ ਸੀ, ਤੈਨੂੰ ਤਾਂ ਆਪਣੇ ਖੰਡੇ ਤੇ ਬੜਾ ਮਾਣ ਸੀ, ਅੱਜ ਕੀ ਗੱਲ ਹੋ ਗਈ, ਅੱਜ ਕਿਹੜਾ ਬਹਾਦਰ ਆ ਗਿਆ, ਤੂੰ ਕਹਿ ਰਿਹਾ ਹੌਲੀ ਬੋਲ ਕੇ ਤੇ ਹਰੀ ਸਿੰਘ ਨਲੂਆ ਨਾ ਸੁਣ ਲਵੇ, ਇਹਦਾ ਮਤਲਬ ਤੇਰੇ ਤੋਂ ਵੱਡਾ ਬਹਾਦਰ ਵੀ ਕੋਈ ਦੁਨੀਆਂ ਤੇ ਹੈ। 2002 ਦੇ ਵਿੱਚ ਅਮਰੀਕਾ ਦੀ ਇੱਕ ਅਖਬਾਰ ਹੈ ਟਿਟਬਿਟਸ, ਉਹਦੇ ਵਿੱਚ ਇੱਕ ਆਰਟੀਕਲ ਛਪਿਆ ਸੀ, ਲੋਕਾਂ ਦੇ ਕੋਲੋਂ ਰਾਏ ਮੰਗੀ ਗਈ ਸੀ ਕਿ ਦੁਨੀਆਂ ਦਾ ਬਹਾਦਰ ਜਰਨੈਲ ਕੌਣ ਹੈ। ਕਿਸੇ ਨੇ ਨੈਪੋਲੀਅਨ ਨੂੰ ਕਿਹਾ, ਕਿਸੇ ਨੇ ਸਿਕੰਦਰ ਨੂੰ ਕਿਹਾ, ਕਿਸੇ ਨੇ ਚੰਗੇਜ਼ ਖਾਨ ਨੂੰ ਕਿਹਾ, ਪਰ ਜਦੋਂ ਸਾਰੇ ਨਤੀਜੇ ਤੋਂ ਬਾਅਦ ਉਹਦਾ ਐਡੀਟੋਰੀਅਲ ਛਪਿਆ ਸੀ, ਉਹਦੇ ਵਿੱਚ ਐਡੀਟਰ ਲਿਖਦਾ ਹੈ, ਕਹਿੰਦਾ ਕਿਸੇ ਨੇ ਨੈਪੋਲੀਅਨ ਨੂੰ ਕਿਹਾ, ਕਿਸੇ ਨੇ ਸਿਕੰਦਰ ਨੂੰ ਕਿਹਾ, ਕਿਸੇ ਨੇ ਚੰਗੇਜ਼ ਖਾਨ ਨੂੰ ਕਿਹਾ, ਕਿਸੇ ਨੇ ਡਿਊਕ ਆਫ ਵਲਿੰਗਟਨ ਨੂੰ ਕਿਹਾ, ਕਿਸੇ ਨੇ ਬਲਚਰ ਨੂੰ ਕਿਹਾ। ਕਹਿੰਦਾ ਮੈਂ ਸਾਰਿਆਂ ਦਾ ਸਵਾਗਤ ਕਰਦਾ, ਮੈਂ ਸਾਰਿਆਂ ਦੀ ਰਾਏ ਦੇ ਖਿਲਾਫ ਨਹੀਂ ਜਾ ਸਕਦਾ, ਪਰ ਜੇ ਮੈਨੂੰ ਪੁੱਛਿਆ ਜਾਂਦਾ ਤੇ ਮੈਂ ਕਹਿਣਾ ਸੀ ਦੁਨੀਆਂ ਦਾ ਬਹਾਦਰ ਜਰਨੈਲ ਹਰੀ ਸਿੰਘ ਨਲੂਆ। ਕਾਰਨ, ਕਹਿੰਦਾ ਜਿਸ ਦਰਾਏ ਖੈਬਰ ਤੇ ਆ ਕੇ ਦੁਨੀਆਂ ਦੇ ਸਾਰੇ ਜਰਨੈਲ ਹਾਰਦੇ ਰਹੇ ਨੇ, ਉਹ ਮਰਦ ਸੂਰਮਾ ਸਭ ਤੋਂ ਪਹਿਲਾਂ ਉਹਨੂੰ ਜਿੱਤ ਕੇ ਤੁਰਿਆ, ਜਿੱਥੇ ਆ ਕੇ ਦੁਨੀਆਂ ਦੇ ਸਾਰੇ ਜਰਨੈਲ ਹਾਰੇ। ਔਰ ਸੱਚ ਜਾਣਿਓ, ਹਰੀ ਸਿੰਘ ਨਲੂਆ ਦਰਾਏ ਖੈਬਰ ਫਤਿਹ ਕਰਦਾ ਹੈ। ਬਾਨੋ ਗੁਲਫਾਮ ਨੂੰ ਕਹਿੰਦੀ ਹੈ, ਫਿਰ ਮੈਂ ਤੈਨੂੰ ਨਹੀਂ ਵੇਖਣਾ, ਹੁਣ ਤਾਂ ਮੈਂ ਉਸ ਬਹਾਦਰ ਜਰਨੈਲ ਦੇ ਦਰਸ਼ਨ ਕਰਨੇ। ਉਹਦੇ ਸ਼ਮਿਆਨੇ ਦੇ ਵਿੱਚ ਜਾਂਦੀ ਹੈ, ਹਰੀ ਸਿੰਘ ਨਲੂਆ ਬੈਠਾ ਨਿਤਨੇਮ ਕਰ ਰਿਹਾ, ਨੇਤਰ ਖੋਲਦਾ ਹੈ, ਉਸ ਪਠਾਨ ਦੀ ਬੱਚੀ ਨੂੰ ਪੁੱਛਦਾ ਕੀ ਕਰਨ ਵਾਸਤੇ ਆਈ। ਉਹਦਾ ਪਹਿਲਾ ਸਵਾਲ ਹੈ, ਤੁਸੀਂ ਕੌਣ ਹੋ? ਹਰੀ ਸਿੰਘ ਨਲੂਏ ਦਾ ਜਵਾਬ ਹੈ, ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ। ਦੂਜਾ ਸਵਾਲ ਹੈ ਉਸਦਾ, ਤੁਸੀਂ ਸਾਡੇ ਇਲਾਕੇ ਤੇ ਕਬਜ਼ਾ ਕਿਉਂ ਕੀਤਾ? ਹਰੀ ਸਿੰਘ ਨਲੂਏ ਦਾ ਜਵਾਬ ਹੈ, ਬੇਟਾ ਅਸੀਂ ਕਿਸੇ ਦੇ ਇਲਾਕੇ ਤੇ ਕਬਜ਼ਾ ਨਹੀਂ ਕਰਦੇ, ਅਸੀਂ ਤਾਂ ਆਪਣੇ ਘਰ ਦੀ ਰਾਖੀ ਕੀਤੀ ਹੈ। ਤੀਜਾ ਸਵਾਲ, ਇਹ ਸਿੱਖਾਂ ਦੇ ਜਰਨੈਲਾ, ਤੂੰ ਇੰਨਾ ਬਹਾਦਰ ਹੈ, ਮੈਂ ਚਾਹੁੰਦੀ ਹਾਂ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਜਰਨੈਲ ਜਨਮ ਲਵੇ। ਹਰੀ ਸਿੰਘ ਨਲੂਏ ਦਾ ਜਵਾਬ, ਬੇਟਾ ਆਪਣੇ ਖੁਦਾਬੰਦ ਕਰੀਮ ਦੇ ਅੱਗੇ ਦੁਆ ਕਰਿਆ ਕਰ, ਪੁੱਤਰ ਚਾਹੇ ਜਿਹੋ ਜਿਹਾ ਵੀ ਹੋਵੇ ਚੰਗੇ ਅਖਲਾਕ ਦਾ ਮਾਲਕ ਹੋਵੇ। ਉਹ ਸਿੱਖਾਂ ਦੇ ਜਰਨੈਲਾ, ਤੂੰ ਸਮਝਿਆ ਨਹੀਂ, ਮੈਂ ਤੇ ਇੱਕ ਬਹਾਦਰ ਵਿਅਕਤੀ ਦੇ ਨਾਲ ਨਿਕਾਹ ਕਰਨਾ ਚਾਹੁੰਦੀ ਸੀ, ਮੈਂ ਚਾਹੁੰਦੀ ਹਾਂ ਤੂੰ ਮੇਰੇ ਨਾਲ ਨਿਕਾਹ ਕਰ ਲਵੇ ਤੇ ਮੇਰੀ ਕੁੱਖ ਦੇ ਵਿੱਚੋਂ ਤੇਰਾ ਪੁੱਤਰ ਜਨਮ ਲਵੇ। ਕੌਮ ਦੇ ਜਰਨੈਲ ਦੇ ਨੇਤਰ ਲਾਲ ਹੋਏ, ਅੱਖਾਂ ਦੇ ਵਿੱਚ ਰੋਹ ਭਰ ਆਇਆ, ਸ਼ਮਸ਼ੀਰ ਨੂੰ ਬੇਮਿਆਨ ਕਰਨ ਦੇ ਵਾਸਤੇ ਮੁੱਠੇ ਤੇ ਹੱਥ ਚਲਾ ਗਿਆ। ਇਹ ਪਠਾਨ ਦੀ ਇਹ ਬੱਚੀਏ ਗੁਰੂ ਨਾਨਕ ਦੇ ਸਿੱਖ ਦੇ ਇਮਾਨ ਨੂੰ ਪਰਖਣ ਵਾਸਤੇ ਆਈ ਹੈ, ਜਾਂ ਚਲੀ ਜਾ ਇੱਥੋਂ। ਜਾਂਦੀ ਜਾਂਦੀ ਪਠਾਨ ਦੀ ਬੱਚੀ ਅੱਖਾਂ ਚ ਹੰਝੂ ਨੇ, ਇੱਕ ਵਾਰੀ ਪਿੱਛੇ ਮੁੜ ਕੇ ਵੇਖਦੀ ਆ, ਸਿੱਖਾਂ ਦੇ ਜਰਨੈਲਾ ਮੈਂ ਤਾਂ ਸੁਣਿਆ ਸੀ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ, ਅੱਜ ਇੱਕ ਪਠਾਨ ਦੀ ਬੱਚੀ ਗੁਰੂ ਨਾਨਕ ਦੇ ਜਰਨੈਲ ਦੇ ਦਰ ਤੋਂ ਖਾਲੀ ਝੋਲੀ ਲੈ ਕੇ ਜਾ ਰਹੀ ਹੈ। ਕਹਿੰਦਾ ਬੇਟਾ ਠਹਿਰ ਜਾ, ਰੁਕ ਗਈ,
ਇੱਕ ਚਾਦਰ ਲੈ ਕੇ ਉਹਦੇ ਸਿਰ ਤੇ ਰੱਖ ਕੇ ਕਹਿੰਦਾ ਬਾਨੋ ਤੂੰ ਚਾਹੁੰਦੀ ਸੀ ਨਾ ਤੇਰੀ ਕੁੱਖ ਦੇ ਵਿੱਚੋਂ ਹਰੀ ਸਿੰਘ ਨਲੂਏ ਵਰਗਾ ਜਰਨੈਲ ਜਨਮ ਲਵੇ, ਅੱਜ ਤੋਂ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੈ, ਅੱਜ ਤੋਂ ਇਹ ਕੌਮ ਦਾ ਜਰਨੈਲ ਤੇਰਾ ਪੁੱਤਰ ਹੈ। ਇਹ ਸੀ ਸਾਡੇ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਦੀ ਯਾਦ ਅੱਜ ਤੁਸੀਂ ਜੁੜੇ ਬੈਠੇ ਹੋ ਨਾ, ਇਹ ਉਹਨਾਂ ਬਜ਼ੁਰਗਾਂ ਦਾ ਕਿਰਦਾਰ ਸੀ। ਇਸੇ ਕਰਕੇ ਦੁਸ਼ਮਣਾਂ ਨੂੰ ਵੀ ਲਿਖਣਾ ਪਿਆ, ਨਾਸਰ ਖਾਨ ਦੇ ਨਾਲ ਉਸਦੇ ਮਦਰੱਸੇ ਦੇ ਆਏ ਉਸਤਾਦ ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੀਆਂ ਚਾਰ ਲੜਾਈਆਂ ਨੂੰ ਤੱਕਿਆ, ਤੇ ਕਾਬਲ ਦੇ ਨੇੜੇ ਕਲਾਤ ਸ਼ਹਿਰ ਦੇ ਵਿੱਚ ਉਹ ਮੁਸਲਮਾਨਾਂ ਦੇ ਬੱਚਿਆਂ ਨੂੰ ਪੜ੍ਹਾ ਰਿਹਾ, ਕਹਿੰਦਾ ਮੁਸਲਮਾਨਾਂ ਦੇ ਬੱਚਿਓ ਮੈਂ ਸਿੱਖਾਂ ਨੂੰ ਮੁਸਲਮਾਨਾਂ ਦੇ ਨਾਲ ਲੜਦੇ ਵੇਖਿਆ, ਕਹਿੰਦਾ ਸੱਚ ਜਾਣਿਓ ਬੜੀ ਮਜ਼ਹਬੀ ਨਫ਼ਰਤ ਹੈ ਉਹਨਾਂ ਦੇ ਬਾਰੇ ਮੇਰੇ ਮਨ ਦੇ ਵਿੱਚ। ਇਸੇ ਕਰਕੇ ਜੰਗਨਾਮੇ ਦਾ ਕਰਤਾ ਕਾਜ਼ੀ ਨੂਰ ਮੁਹੰਮਦ ਸਿੱਖਾਂ ਨੂੰ ਥਾਂ ਥਾਂ ਤੇ ਕੁੱਤੇ ਲਿਖਦਾ, ਅਖੀਰ ਤੇ ਆ ਕੇ ਦੋ ਗੱਲਾਂ ਲਿਖਦਾ, ਕਹਿੰਦਾ ਇਸਲਾਮ ਦੇ ਬੱਚਿਓ ਜੇ ਮੇਰੀ ਗੱਲ ਤੇ ਨਾ ਯਕੀਨ ਹੋਵੇ ਨਾ ਤੇ ਤੁਸੀਂ ਕਲਾਤ ਸ਼ਹਿਰ ਦੇ 3000 ਪਠਾਨ ਦੇ ਕੋਲੋਂ ਪੁੱਛ ਲਿਓ ਜਿਹੜਾ ਸਿੱਖਾਂ ਦੇ ਕੋਲੋਂ ਘੁੱਟ ਖਾ ਕੇ ਆਇਆ ਇਹ ਕਿੰਨੀ ਬਹਾਦਰ ਕੌਮ ਹੈ। ਪਰ ਕਹਿੰਦਾ ਇਹਨਾਂ ਦੀ ਬਹਾਦਰੀ ਦਾ ਇੱਕ ਰਾਜ ਹੈ। ਅਖੀਰ ਤੇ ਆ ਕੇ ਕਹਿੰਦਾ ਸਗਾਰਾ ਮਗੋ ਸਗ ਕੇ ਹਸਤੰਦ ਸ਼ੇਰ, ਸੱਗ ਕੁੱਤੇ ਨੂੰ ਕਹਿੰਦੇ ਨੇ, ਸਗਾਰਾ ਮਗੋ ਸਗ ਕੇ ਹਸਤੰਦ ਸ਼ੇਰ, ਕਹਿੰਦਾ ਮਜ਼ਹਬੀ ਨਫ਼ਰਤ ਦੇ ਕਰਕੇ ਮੈਂ ਇਹਨਾਂ ਨੂੰ ਕੁੱਤੇ ਲਿਖਿਆ, ਪਰ ਬਾਮਾਦਾ ਨੇ ਮਰਦਾਂ ਚੋਂ ਸ਼ੇਰਾਂ ਦਲੇਰ, ਪਰ ਮੈਦਾਨੇ ਜੰਗ ਦੇ ਵਿੱਚ ਸ਼ੇਰਾਂ ਤੋਂ ਕਿਤੇ ਵੱਧ ਦਲੇਰ ਨੇ। ਕਹਿੰਦਾ ਇਹਨਾਂ ਦੀ ਬਹਾਦਰੀ ਦਾ ਰਾਜ ਪਤਾ ਕੀ ਹੈ? ਕਹਿੰਦਾ ਕਿ ਜਨਗਰ ਜਵਾਸਤ ਵਾਸਤ ਪੀਰ ਬਗੋ ਸੰਘ ਬੁੜੀਆ ਬਰੋ ਗੋਸ਼ਾਗੀਰ, ਕਹਿੰਦਾ ਜਦੋਂ ਮੈਦਾਨੇ ਜੰਗ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਨਿਕਲਦੇ ਨੇ ਨਾ ਤੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੀ ਔਰਤ ਵੀ ਇਹਨਾਂ ਦੇ ਹੱਥ ਲੱਗ ਜਾਵੇ ਤੇ ਬੀਬੀ ਜੀ ਤੇ ਭੈਣ ਜੀ ਕਹਿ ਕੇ ਸੰਬੋਧਨ ਕਰਦੇ ਨੇ, ਇਹਨਾਂ ਦਾ ਕਿਰਦਾਰ ਇੰਨਾ ਉੱਚਾ। ਅੱਜ ਵਰਗਾ ਨਹੀਂ, ਸਾਡੀ 80 ਸਾਲ ਦੀ ਬਜ਼ੁਰਗ ਸੜਕ ਤੇ ਤੁਰੀ ਜਾਂਦੀ ਹੁੰਦੀ ਹੈ ਤੇ ਸਾਡੇ ਵੀਰਾਂ ਨੇ ਡੈਕ ਲਾਏ ਹੁੰਦੇ, ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ। ਇਹ ਸਾਡਾ ਸੱਭਿਆਚਾਰ ਨਹੀਂ ਸੀ, ਇਹ ਸਾਡਾ ਕਿਰਦਾਰ ਨਹੀਂ ਸੀ। ਜਿੰਨਾ ਧਰਮ ਦੇ ਨਾਂ ਤੇ ਸੱਭਿਆਚਾਰ ਦਾ ਦਿਵਾਲਾ ਅਸੀਂ ਕੱਢਿਆ ਨਾ, ਸ਼ਾਇਦ ਕਿਸੇ ਕੌਮ ਨੇ ਨਹੀਂ ਕੱਢਿਆ। ਮੈਂ ਤੇ ਹੈਰਾਨ ਹੋ ਜਾਂਦਾ, ਹਰ ਵਿਆਹ 'ਚ ਜਾ ਕੇ ਵੇਖ ਲਓ, ਭੈਣ ਦਾ ਵਿਆਹ ਕੀਤਾ ਹੁੰਦਾ, ਘਰੋਂ ਭੈਣ ਤੋਲੀ ਹੁੰਦੀ ਹੈ ਤੇ ਸ਼ਾਮ ਨੂੰ ਭਰਾ ਹੀ ਡੀਜੇ ਤੇ ਸ਼ਰਾਬ ਪੀ ਕੇ ਨੱਚ ਰਹੇ ਹੁੰਦੇ, ਮਿੱਤਰਾਂ ਦੀ ਛਤਰੀ ਤੋਂ ਉੱਡ ਗਈ। ਕਿਤੇ ਵੇਖੀ ਆਪਣਾ ਵਿਰਸਾ, ਇਹਨਾਂ ਸ਼ਹੀਦਾਂ ਦੀ ਯਾਦ 'ਚ ਜੁੜੇ ਬੈਠੇ। ਔਰ ਮੁਦਕੀ ਦੀ ਉਹ ਜੰਗ, ਇਹ ਸਾਡੀ ਸ਼ਹੀਦੀ ਪਰੰਪਰਾ ਦਾ ਸਿਖਰ ਹੈ। ਮੁਦਕੀ ਦੀ ਜੰਗ ਦੇ ਵਿੱਚ ਹਿੱਸਾ ਲੈਣ ਵਾਲੇ 3 ਜਰਨੈਲ, ਗਾਰਸੀ, ਗਫ ਤੇ ਡਿਊਕ ਆਫ ਲਿੰਗਟਨ, ਬੈਲਜੀਅਮ ਦੇ ਵਿੱਚ ਵਾਟਰਲੂ ਦੇ ਸਥਾਨ ਦੇ ਉੱਪਰ ਨੈਪੋਲੀਅਨ ਦੇ ਬੁੱਤ ਦੇ ਲਾਗੇ ਇੱਕ ਤਸਵੀਰ ਹੈ, ਇੱਕ ਬੁੱਤ ਹੈ ਡਿਊਕ ਆਫ ਲਿੰਗਟਨ। ਬੜਾ ਬਹਾਦਰ ਜਰਨੈਲ, ਉਹ ਬਹਾਦਰ ਜਰਨੈਲ ਜਿਸ ਦੇ ਬਾਰੇ ਕਿਹਾ ਜਾਂਦਾ ਕਿ ਇਸਨੇ ਟਾਈਗਰ ਆਫ ਯੂਰਪ, ਯੂਰਪ ਦੇ ਸ਼ੇਰ ਨੈਪੋਲੀਅਨ ਨੂੰ ਵਾਟਰਲੂ ਦੇ ਮੈਦਾਨ 'ਚ ਹਰਾ ਦਿੱਤਾ। ਬੜਾ ਨੀਤੀਵਾਨ ਜਰਨੈਲ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਫੌਜਾਂ ਅੰਗਰੇਜ਼ਾਂ ਦੇ ਨਾਲ ਲੜੀਆਂ ਨੇ ਤਾਂ ਲੜਨ ਵਾਸਤੇ ਉਹੀ ਜਰਨੈਲ ਚੁਣਿਆ ਗਿਆ, ਡਿਊਕ ਆਫ ਲਿੰਗਟਨ। ਬੜਾ ਬਹਾਦਰ ਜਰਨੈਲ ਜਿਸਨੇ ਨੈਪੋਲੀਅਨ ਨੂੰ ਹਰਾਇਆ ਸੀ। ਔਰ ਉਹ ਬਹਾਦਰ ਜਰਨੈਲ 18 ਨੂੰ ਬਾਬਾ ਜੀ ਦੀ ਸ਼ਹਾਦਤ ਹੁੰਦੀ ਹੈ, 16 ਤੇ 17 ਦੀ ਦਰਮਿਆਨੀ ਰਾਤ ਨੂੰ ਆਪਣੀ ਘਰਵਾਲੀ ਨੂੰ ਚਿੱਠੀ ਲਿਖਦਾ। ਉਹ ਲਿਖਦਾ ਡਿਊਕ ਆਫ ਲਿੰਗਟਨ, ਕਹਿੰਦਾ ਜੇਕਰ ਸਿੱਖਾਂ ਦੇ ਜਰਨੈਲਾਂ ਨੇ ਗਦਾਰੀ ਨਾ ਕੀਤੀ ਤੇ ਸੱਚ ਜਾਣੀ ਸਾਡੀਆਂ ਲਾਸ਼ਾਂ ਵੀ ਵਾਪਸ ਯੂਨੀਅਨ ਜੈਕ 'ਚ ਨਹੀਂ ਆਉਣਗੀਆਂ, ਸਾਡੀਆਂ ਲਾਸ਼ਾਂ ਵੀ ਵਾਪਸ ਨਾ ਆਉਣਗੀਆਂ। ਗਦਾਰੀ ਹੋਈ, ਤੋਪਾਂ ਨੂੰ ਪਲੀਤੇ ਦਾਗਣ ਵਾਲੇ ਮੀਰ ਆਤਿਸ਼ ਡਾਲ ਸਿੰਘ, ਮਾਖੇ ਖਾਂ, ਮੇਵਾ ਸਿੰਘ, ਜਦੋਂ ਇਹਨਾਂ ਨੇ ਤੋਪਾਂ ਨੂੰ ਪਲੀਤੇ ਦਾਗੇ ਲਾਉਣੇ ਸ਼ੁਰੂ ਕੀਤੇ ਤੇ ਬਰੂਦ ਦੀ ਜਗ੍ਹਾ ਤੇ ਸਰੋਂ ਨਿਕਲੀ, ਫਿਰ ਵੀ ਇਹ ਕੌਮ ਦੇ ਜਰਨਾਲ ਤਲਵਾਰਾਂ ਲੈ ਕੇ ਜੂਝੇ ਔਰ ਮੈਦਾਨੇ ਜੰਗ ਦੇ ਵਿੱਚ ਅਖੀਰ ਤੱਕ ਲੜਦੇ ਰਹੇ। ਇਹ ਇਹਨਾਂ ਦੀ ਸ਼ਹਾਦਤ ਨੂੰ ਸਿੱਝਦਾ ਹੈ, ਇਹ ਇਹਨਾਂ ਦੀ ਸ਼ਹਾਦਤ ਦੀ ਉਹ ਵਿਲੱਖਣ ਪਰੰਪਰਾ ਹੈ ਜਿਹਨੂੰ ਅਸੀਂ ਜਿਉਂਦਿਆਂ ਰੱਖਣਾ।
ਜਿਹਨੂੰ ਅਸੀਂ ਜਗਾ ਕੇ ਰੱਖਣਾ ਹੈ। ਕਿਉਂਕਿ ਸੱਚ ਜਾਣਿਓ ਜਿਹੜੀਆਂ ਕੌਮਾਂ ਸ਼ਹਾਦਤਾਂ ਨੂੰ ਭੁੱਲ ਜਾਂਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਿਆ ਸੀ ਨਾ, ਤੇ ਪੰਜਾਬ ਦੇ ਸਿੱਖਾਂ ਦੇ ਵਾਸਤੇ ਇੱਕ ਚਿੱਠੀ ਦਿੱਤੀ ਸੀ, ਉੱਤੇ ਲਿਖਿਆ ਸੀ ਲੇਵਨ ਤੇ ਬਦਲਾ ਤੁਰਕਣ ਤੇ ਮੋਹੇ ਪਠਾਇਓ, ਗੁਰੂ ਸਵੈ ਕਰ ਬੰਦਾ ਮਾਰ ਤੁਕੇ ਕਰ ਖੁਆਰ ਵਜ਼ੀਦੇ, ਦੇਹੋਂ ਉਜਾੜ ਲਟਿਹੋ ਸਰਹੰਦਾ। ਤੇ ਕੌਮ ਦਾ ਉਹ ਜਰਨੈਲ ਜਦੋਂ 15 ਦਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜੀ ਚੋਂ ਗ੍ਰਿਫਤਾਰ ਹੋਇਆ ਤੇ 9 ਜੂਨ 1716 ਨੂੰ ਖਵਾਜ਼ਾ ਬਖਤਿਆਰ ਕਾਕੇ ਦੀ ਦਰਗਾਹ ਦੇ ਵਿੱਚ ਸ਼ਹੀਦ ਕੀਤਾ ਗਿਆ ਨਾ, ਤੇ ਸੱਚ ਜਾਣੇ ਅਣਖ ਕੀ ਹੁੰਦੀ ਹੈ ਉਹਦਾ ਪਤਾ ਲੱਗਦਾ। 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਵਾਜ਼ਾ ਬਖਤਿਆਰ ਕਾਕੇ ਦੀ ਦਰਗਾਹ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਇਹ ਜਗ੍ਹਾ ਕਿਉਂ ਚੁਣੀ ਗਈ? ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ 700 ਸਿੱਖਾਂ ਨੂੰ ਦਿੱਲੀ ਦੀ ਕੋਤਵਾਲੀ ਵਿੱਚ ਸਰਬਰਾ ਖਾਨ ਦੇ ਸਾਹਮਣੇ ਸ਼ਹੀਦ ਕੀਤਾ ਗਿਆ, ਪਰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਵਾਸਤੇ ਜਗ੍ਹਾ ਚੁਣੀ ਗਈ ਹੈ ਕੁਤਬ ਮਿਨਾਰ ਦੇ ਪਿੱਛੇ ਖਵਾਜ਼ਾ ਬਖਤਿਆਰ ਕਾਕੀ ਦਾ ਮਕਬਰਾ। ਦੋ ਕਾਰਨ, ਪਹਿਲਾ ਕਾਰਨ ਉੱਥੇ ਬਹਾਦਰ ਸ਼ਾਹ ਨੂੰ ਦਫਨਾਇਆ ਗਿਆ ਸੀ ਔਰ ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰ ਚੁੱਕਾ ਸੀ ਕਿ ਹਾਦੀ ਕਾਮਵਾਰ ਖਾਨ ਲਿਖਦਾ ਹੈ, ਮੁਹੰਮਦ ਕਾਸਮ ਲਾਹੌਰੀ, ਮੁਹੰਮਦ ਕਾਸਮ ਹਾਰਸੀ ਆਪਣੇ ਇਬਰਤਨਾਮੇ ਚ ਲਿਖਦੇ ਨੇ, ਕਹਿੰਦੇ ਬਹਾਦਰ ਸ਼ਾਹ ਬੰਦਾ ਸਿੰਘ ਬਹਾਦਰ ਤੋਂ ਇੰਨਾ ਡਰ ਚੁੱਕਾ ਸੀ ਕਿ 12, 13 ਤੇ 14 ਫਰਵਰੀ 1710 ਨੂੰ ਉਹਨੇ 3 ਹੁਕਮ ਜਾਰੀ ਕੀਤੇ ਨੇ। ਇਹ ਉਹਦੇ ਡਰ ਦੀ ਨਿਸ਼ਾਨੀ ਹੈ। ਪਹਿਲਾ ਹੁਕਮ ਕਹਿੰਦਾ ਸ਼ਹਿਰ ਦੇ ਸਾਰੇ ਕੁੱਤੇ ਖਤਮ ਕਰ ਦੋ, ਜਦੋਂ ਰਾਤ ਨੂੰ ਭੌਂਕਦੇ ਨੇ ਮੈਨੂੰ ਇੰਜ ਲੱਗਦਾ ਕਿਤੇ ਬੰਦਾ ਸਿੰਘ ਬਹਾਦਰ ਨਾ ਆ ਗਿਆ। ਇਸਲਾਮੀ ਤਵਾਰੀਖ ਦੇ ਵਿੱਚ ਕਿਸੇ ਸਿੱਖ ਨੇ ਨਹੀਂ ਲਿਖਿਆ। ਅਗਲੇ ਦਿਨ ਦਾ ਹੁਕਮਨਾਮਾ ਕਹਿੰਦਾ ਜਿੰਨੇ ਦਾੜੀ ਵਾਲੇ ਫਕੀਰ ਨੇ ਇਹ ਸਾਰੇ ਸ਼ਹਿਰ ਚੋਂ ਬਾਹਰ ਕੱਢ ਦੋ, ਇਹਨਾਂ ਨੂੰ ਵੇਖ ਕੇ ਸਿੱਖਾਂ ਦੀ ਯਾਦ ਆ ਜਾਂਦੀ, ਮੈਨੂੰ ਡਰ ਆਉਂਦਾ। ਤੀਜਾ ਹੁਕਮਨਾਮਾ 13 ਫਰਵਰੀ ਜਿੱਦਣ ਮੌਤ ਹੁੰਦੀ ਹੈ, ਸਰਕਾਰੀ ਹੁਕਮ ਬਹਾਦਰ ਸ਼ਾਹ ਦਾ, ਕਹਿੰਦਾ ਸਾਰੇ ਸ਼ਹਿਰ ਦੇ ਖੋਤੇ ਜਿਹੜੇ ਆ ਸ਼ਹਿਰ ਚੋਂ ਬਾਹਰ ਕੱਢ ਦਵੋ, ਜਦੋਂ ਰਾਤ ਨੂੰ ਹੀਂਗਦੇ ਨੇ ਤੇ ਸੜਕਾਂ ਤੇ ਭੱਜਦੇ ਨੇ, ਮੈਨੂੰ ਲੱਗਦਾ ਕਿਤੇ ਬੰਦਾ ਸਿੰਘ ਬਹਾਦਰ ਹਮਲਾਵਰ ਹੋ ਕੇ ਨਾ ਜਾਵੇ। ਉਹਦੀ ਵੀ ਕਬਰ ਉੱਥੇ ਹੈ ਖਵਾਜ਼ਾ ਬਖਤਿਆਰ ਕਾਕੀ ਦੀ ਦਰਗਾਹ ਦੇ ਨਾਲ ਬਹਾਦਰ ਸ਼ਾਹ ਦੀ। ਤੇ ਫਰਕ ਸਿਰ ਨੇ ਉਹ ਜਗ੍ਹਾ ਚੁਣੀ ਕਿ ਜਿਸ ਤੋਂ ਡਰਦਾ ਮਾਰਾ ਸਾਡਾ ਸ਼ਹਿਨਸ਼ਾਹ ਮਰਿਆ ਸੀ, ਉੱਥੇ ਸ਼ਹੀਦ ਕੀਤਾ ਜਾਵੇ ਬੰਦਾ ਸਿੰਘ ਬਹਾਦਰ ਨੂੰ, ਇਹਦੀ ਆਤਮਾ ਨੂੰ ਸ਼ਾਂਤੀ ਮਿਲ ਜਾਵੇ। ਦੂਸਰੀ ਗੱਲ ਸੀ ਕਿ ਖਵਾਜ਼ਾ ਜਿਹੜਾ ਸੀਗਾ ਇਹ ਬਖਤਿਆਰ ਕਾਕੀ, ਇਹਨੂੰ ਬੜਾ ਵੱਡਾ ਕਰਾਮਾਤੀ ਗਿਣਿਆ ਜਾਂਦਾ ਸੀ ਤੇ ਇਸਲਾਮ ਦੇ ਸ਼ਹਿਨਸ਼ਾਹ ਬੰਦਾ ਸਿੰਘ ਬਹਾਦਰ ਤੋਂ ਡਰਦੇ ਸੀ ਕਿ ਚ ਕਰਾਮਾਤਾਂ ਬਹੁਤ ਨੇ, ਇਹਨੂੰ ਕਰਾਮਾਤ ਵਾਲੀ ਜਗ੍ਹਾ ਤੇ ਖਤਮ ਕੀਤਾ ਜਾਵੇ, ਸਾਡੇ ਤੇ ਕੋਈ ਅਸਰ ਨਾ ਕਰ ਜਾਵੇ। 9 ਜੂਨ 1716 ਨੂੰ ਕੌਮ ਦੇ ਜਰਨੈਲ ਨੂੰ ਕੱਢ ਕੇ ਲਿਆਂਦਾ ਗਿਆ ਸਲੀਮਗੜ੍ਹ ਦੇ ਕਿਲ੍ਹੇ ਦੇ ਵਿੱਚੋਂ, ਸਾਹਮਣੇ ਬਿਠਾ ਕੇ ਫਰਕ ਸਿਰ ਇੱਕ ਗੱਲ ਪੁੱਛਦਾ ਬੰਦਾ ਸਿੰਘ, ਅੱਜ ਤੇਰਾ ਜਰਨੈਲ ਬਾਜ ਸਿੰਘ ਕਿੱਥੇ ਹੈ ਜਿਹਨੂੰ ਸਰਹੰਦ ਦਾ ਫੌਜਦਾਰ ਬਣਾਇਆ ਸੀ? ਜਿਹੜਾ ਬਾਜ ਸਿੰਘ ਹੈ ਨਾ, ਇਹ ਛੋਟੀ ਗੱਲ ਨਹੀਂ, ਬਾਜ ਸਿੰਘ ਦਾ ਪਰਿਵਾਰ ਦੇ ਵਿੱਚ ਕੁਛ ਵੰਸ਼ ਅਜੇ ਵੀ ਜਿਉਂਦੇ ਨੇ, ਮੈਨੂੰ ਇੰਗਲੈਂਡ ਦੇ ਵਿੱਚ ਮਿਲੇ ਸੀ। ਭਾਈ ਆਲੀ ਸਿੰਘ ਤੇ ਮਾਲੀ ਸਿੰਘ ਸਲੌਦੀ ਵਾਲਿਆਂ ਦੇ ਪਰਿਵਾਰ ਦੇ ਵਿੱਚ ਫਰੈਂਕਫਰਟ ਜਰਮਨੀ ਚ ਰਹਿੰਦੇ ਨੇ, ਉਹ ਮਿਲੇ ਸੀ ਮੈਨੂੰ। ਔਰ ਖਿਆਲ ਕਰਿਓ ਬਾਜ ਸਿੰਘ ਨਾਮ ਹੀ ਸਿੱਖਾਂ ਦੇ ਵਿੱਚ ਹੈ, ਕਿਉਂਕਿ ਬਾਜ ਦਾ ਸੰਬੰਧ ਬੜਾ ਗਹਿਰਾ ਸਾਡੀ ਪਰੰਪਰਾ ਦੇ ਨਾਲ। 6ਵੇਂ ਪਾਤਸ਼ਾਹ ਨੇ ਬਾਜ ਰੱਖਿਆ, 7ਵੇਂ ਨੇ ਰੱਖਿਆ, 9ਵਿਆਂ ਨੇ ਰੱਖਿਆ, 10ਵਿਆਂ ਨੇ ਰੱਖਿਆ। ਕੁਝ ਗੁਣ ਨੇ ਬਾਜ ਦੇ, ਹੋਰ ਕੋਈ ਪੰਛੀ ਨਹੀਂ ਰੱਖਿਆ। ਬਾਜ ਦਾ ਪਹਿਲਾ ਗੁਣ ਹੈ, ਕੁਲਿਆਤੇ ਇਕਬਾਲ ਦੇ ਵਿੱਚ ਇਸਲਾਮ ਨੂੰ ਪੜ੍ਹ ਕੇ ਵੇਖਿਓ, ਬਾਜ ਦਾ ਪਹਿਲਾ ਗੁਣ ਹੈ ਗੁਜ਼ਰ ਔਕਾਤ ਕਰ ਲੇਤਾ ਹੈ ਵੋ ਕੋਹੋ ਬਿਆਬਾ ਮੇ ਸ਼ਾਹੀ ਕੇ ਲਈ ਜ਼ਿਲਤ ਹੈ ਕਾਰੇ ਆਸ਼ੀਆਂ ਬੰਦੀ। ਬਾਜ ਨੂੰ ਕਦੀ ਤੁਸੀਂ ਪਿੰਜਰੇ ਚ ਨਹੀਂ ਵੇਖੋਗੇ, ਉਹ ਕਬੂਤਰਾਂ ਤੇ ਤੋਤਿਆਂ ਦੇ ਵਾਂਗੂ ਪਿੰਜਰੇ ਚ ਨਹੀਂ ਪੈਂਦਾ। ਬਾਜ ਨੂੰ ਪਿੰਜਰੇ ਚ ਨਹੀਂ ਪਾਇਆ ਜਾਂਦਾ, ਜਾਂ ਉਹ ਪਿੰਜਰਾ ਤੋੜ ਦਿੰਦਾ ਹੈ ਜਾਂ ਆਪ ਮਰ ਜਾਂਦਾ। ਬਾਜ ਦਾ ਦੂਜਾ ਗੁਣ ਹੈ
ਹਮਾਮੋ ਕਬੂਤਰ ਕਾ ਭੁੱਖਾ ਨਹੀਂ ਮੈਂ ਕਿ ਹੈ ਜ਼ਿੰਦਗੀ ਬਾਜ਼ ਕੀ ਜ਼ਾਇਦਾਨਾ ਪਲਟਣਾ ਝਪਟਣਾ ਝਪਟ ਕਰ ਲਪਟਣਾ ਲਹੂ ਗਰਮ ਰੱਖਣੇ ਕਹਾ ਇੱਕ ਬਹਾਨਾ ਮੌਤ ਤੱਕ ਮਰਨ ਤੱਕ ਬਾਜ਼ ਆਪਣੀ ਜ਼ਿੰਦਗੀ ਚ ਆਲਸ ਨਹੀਂ ਆਉਣ ਦਿੰਦਾ ਬਾਜ਼ ਦਾ ਤੀਜਾ ਗੁਣ ਹੈ ਨਹੀਂ ਤੇਰਾ ਠਿਕਾਨਾ ਕਸਰੇ ਸੁਲਤਾਨੀ ਕੇ ਗੁੰਬਦ ਪਰ ਤੂੰ ਸ਼ਾਹੀ ਹੈ ਬਸੇਰਾ ਕਰ ਪਹਾੜੋ ਕੀ ਚਟਾਨੋ ਪਰ ਬਾਜ਼ ਕਦੀ ਨੀਵੀਂ ਜਗ੍ਹਾ ਤੇ ਨਹੀਂ ਬੈਠਦਾ ਤੇ ਬਾਜ਼ ਦਾ ਚੌਥਾ ਗੁਣ ਹੈ ਪਰਵਾਜ਼ ਹੈ ਦੋਨੋ ਕੀ ਏਕ ਹੀ ਫਿਜ਼ਾ ਮੇ ਕਰਗਸ ਕਾ ਜਹਾਂ ਔਰ ਹੈ ਸ਼ਾਹੀ ਕਾ ਜਹਾਂ ਔਰ ਬਾਗ ਭੁੱਖਾ ਮਰ ਜਾਵੇਗਾ ਪਰ ਕਦੀ ਵੀ ਮੁਰਦਾਰ ਨਹੀਂ ਖਾਵੇਗਾ ਬਾਜ਼ ਦੇ ਚਾਰ ਗੁਣ ਨੇ ਜਿਹੜੇ ਸਿੱਖ ਨਾਲ ਮੇਲ ਖਾਂਦੇ ਨੇ ਬਾਜ਼ ਗੁਲਾਮੀ ਪਸੰਦ ਨਹੀਂ ਕਰਦਾ ਬਾਜ਼ ਕਿਸੇ ਦਾ ਹੱਕ ਨਹੀਂ ਮਾਰਦਾ ਬਾਜ਼ ਕਦੀ ਵੀ ਨਿਵਾਣਾ ਵੱਲ ਨਹੀਂ ਜਾਂਦਾ ਔਰ ਬਾਜ਼ ਕਦੀ ਵੀ ਆਪਣੇ ਸਰੀਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਢਿੱਲਾਪਨ ਨਹੀਂ ਆਉਣ ਦਿੰਦਾ ਗੁਰੂ ਪਾਤਸ਼ਾਹ ਨੇ ਇਸ ਕਰਕੇ ਬਾਜ਼ ਰੱਖਿਆ ਇਹ ਸਾਡੀ ਆਜ਼ਾਦੀ ਦਾ ਪ੍ਰਤੀਕ ਹੈ ਇਸੇ ਕਰਕੇ ਸਾਡੀ ਪਹਿਲੀ ਜੰਗ ਵੀ ਬਾਜ਼ ਤੋਂ ਹੋਈ ਸੀ ਜਦੋਂ ਪਹਿਲੀ ਜੰਗ ਬਾਜ਼ ਤੋਂ ਹੋਈ ਨਾ ਤੇ ਸ਼ਾਹਜ਼ਾਂ ਦੇ ਅਹਿਲਕਾਰਾਂ ਦੇ ਬਾਜ਼ ਨੂੰ ਗੁਰੂ ਪਾਤਸ਼ਾਹ ਦੇ ਬਾਜ਼ ਨੇ ਜ਼ਖਮੀ ਕਰਕੇ ਅੱਜ ਇੱਥੇ ਖਾਲਸਾ ਕਾਲਜ ਅੰਮ੍ਰਿਤਸਰ ਹੈ ਇਸ ਸਥਾਨ ਤੇ ਸੁੱਟ ਲਿਆ ਤੇ ਜਿਹੜੇ ਸਾਡੇ ਵਰਗੇ ਢਿੱਲੇ ਜੇ ਸਿੱਖ ਸੀ ਨਾ ਕਹਿੰਦੇ ਸੀ ਪਾਤਸ਼ਾਹ ਬਾਜ਼ ਨੂੰ ਕਿਉਂ ਲੜਦਾ ਹੈ ਬਾਜ਼ ਵਾਪਸ ਕਰ ਦਈਏ ਤੇ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ ਤਿੰਤੇ ਬਾਜ਼ ਨਹੀਂ ਅਬ ਦੇਣਾ ਅਬ ਰਾਜ ਤਾਜ ਤਿੰਤੇ ਸਭ ਲੈਣਾ ਗੱਲ ਬਾਜ਼ ਦੀ ਨਹੀਂ ਹੈ ਗੱਲ ਆਜ਼ਾਦੀ ਦੀ ਵਿਚਾਰਧਾਰਾ ਦੀ ਹੈ ਅੱਜ ਬਾਜ਼ ਮੰਗਿਆ ਤੇ ਕੱਲ ਨੂੰ ਸਾਡੇ ਕੋਲ ਰਾਜ ਤੇ ਤਾਜ ਮੰਗਣਗੇ ਅਸੀਂ ਦੇਣੇ ਨਹੀਂ ਅਸੀਂ ਹੱਕ ਲੈਣੇ ਨੇ ਇੱਕ ਵਿਚਾਰਧਾਰਕ ਸੱਚ ਹੈ ਉਹ ਬਾਜ਼ ਸਿੰਘ ਜਿਸ ਨੂੰ ਫਰਕ ਸਿਰ ਪੁੱਛਦਾ ਬੰਦਾ ਸਿੰਘ ਬਹਾਦਰ ਤੇਰਾ ਉਹ ਬਾਜ਼ ਸਿੰਘ ਕਿੱਥੇ ਹੈ ਤੇ ਬਾਜ਼ ਸਿੰਘ ਅੱਖਾਂ ਚੁੱਕ ਕੇ ਕਹਿੰਦਾ ਫਰਕ ਸਿਰ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਾਜ਼ ਸਿੰਘ ਹੈ ਤੇ ਵਕਤ ਮੈਂ ਤੁਹਾਡਾ ਬਹੁਤ ਜ਼ਿਆਦਾ ਲੈ ਗਿਆ ਜਦੋਂ ਸਮਾਪਤੀ ਦਾ ਵਕਤ ਹੋ ਜਾਵੇ ਦੱਸ ਦਿਓ ਬਾਜ਼ ਸਿੰਘ ਕਹਿੰਦਾ ਕਹਿੰਦਾ ਫਰਕ ਸਿਰ ਮੈਂ ਬਾਜ਼ ਸਿੰਘ ਹੈ ਤੇ ਫਰਕ ਸਿਰ ਕਹਿੰਦਾ ਹੈ ਕਿ ਬਾਜ਼ ਸਿੰਘ ਅੱਜ ਤੇਰੀ ਦਲੇਰੀ ਅੱਜ ਤੇਰੀ ਫੁਰਤੀ ਅੱਜ ਤੇਰੀ ਬਹਾਦਰੀ ਕਿੱਥੇ ਗਈ ਬਾਦਸ਼ਾਹ ਮੇਰੇ ਪੈਰਾਂ ਚ ਬੇੜੀਆਂ ਹੱਥਾਂ ਚ ਹੱਥ ਕੜੀਆਂ ਨੇ ਜੇਕਰ ਤੂੰ ਮੇਰੀ ਫੁਰਤੀ ਨੂੰ ਵੇਖਣਾ ਚਾਹੁੰਦਾ ਜਾਂ ਇੱਕ ਪੈਰ ਦੀ ਬੇੜੀ ਖੋਲ ਦੇ ਜਾਂ ਇੱਕ ਹੱਥ ਦੀ ਹੱਥ ਕੜੀ ਖੋਲ ਦੇ ਕਮਰੂਦੀਨ ਮੀਰ ਆਤਸ਼ ਨੇ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ ਇਹਦੀ ਇੱਕ ਹੱਥ ਕੜੀ ਖੋਲ ਦਿਓ 25 ਸਿੱਖ 26ਵਾਂ ਬੰਦਾ ਸਿੰਘ ਬਹਾਦਰ ਤੇ 25,000 ਫੌਜ ਦਾ ਘੇਰਾ ਤੇ 7.5 ਮਹੀਨਿਆਂ ਤੋਂ ਭੁੱਖੇ ਪਿਆਸੇ ਜੇਲ੍ਹ ਚ ਪਏ ਸਲੀਮਗੜ੍ਹ ਦੇ ਕਿਲੇ ਦੇ ਸਿੱਖ ਕਰ ਵੀ ਕੀ ਸਕਦੇ ਨੇ ਖੋਲ ਦਿਓ ਇਹਦੀ ਇੱਕ ਹੱਥ ਕੜੀ ਹੱਥ ਕੜੀ ਖੋਲਣ ਦੇ ਵਾਸਤੇ ਇੱਕ ਸਿਪਾਹੀ ਅੱਗੇ ਵਧਿਆ ਕਹਿੰਦੇ ਨੇ ਬਾਜ਼ ਸਿੰਘ ਨੇ ਇੰਨੀ ਜ਼ੋਰ ਦੇ ਨਾਲ ਝਟਕਾ ਮਾਰਿਆ ਹੱਥ ਕੜੀ ਨੂੰ ਤੋੜ ਲਿਆ ਉਸ ਸਿਪਾਹੀ ਦੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਇੰਨੀ ਜ਼ੋਰ ਦੀ ਵਾਰ ਕੀਤਾ ਕਿ ਉਹਦਾ ਸਿਰ ਜਾ ਕੇ ਫਰਕ ਸਿਰ ਦੇ ਪੈਰਾਂ ਚ ਡਿੱਗਿਆ ਇਤਿਹਾਸਕਾਰ ਲਿਖਦੇ ਨੇ 13 ਸਿਪਾਹੀ ਹੋਰ ਕਤਲ ਕਰ ਦਿੱਤੇ ਫਰਸੀਰ ਤੱਕ ਛੱਡ ਕੇ ਭੱਜ ਗਿਆ ਇਹ ਤਸਵੀਰ ਅਜਾਇਬ ਘਰ ਸ੍ਰੀ ਹਰਿਮੰਦਰ ਸਾਹਿਬ ਲੱਗੀ ਹੋਈ ਹੈ ਬਾਜ਼ ਸਿੰਘ ਨੂੰ ਫੜਿਆ ਸਿਰ ਧੜ ਤੋਂ ਜ਼ਦਾ ਕਰਕੇ ਨੇਜੇ ਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਟੰਗ ਦਿੱਤਾ ਉਹਦੇ ਨਾਲ ਦੇ ਸਿੰਘ ਬਾਬਾ ਦਿਆ ਸਿੰਘ ਬਾਬਾ ਆਲੀ ਸਿੰਘ ਮਾਲੀ ਸਿੰਘ ਸਲੌਦੀ ਵਾਲੇ ਬਾਬਾ ਗੁਲਾਬ ਸਿੰਘ ਬਾਬਾ ਰਣ ਸਿੰਘ ਬਾਬਾ ਫਤਿਹ ਸਿੰਘ ਸਾਰੇ 25 ਸਿੱਖਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸਿਰ ਧੜ ਤੋਂ ਜ਼ਦਾ ਕੀਤੇ ਜਾਂਦੇ ਨੇ ਨੇਜਿਆਂ ਤੇ ਟੰਗ ਕੇ ਉਹਦੇ ਆਲੇ ਦੁਆਲੇ ਇੱਕ ਵਾੜ ਕਰ ਦਿੱਤੀ ਗਈ ਹੈ ਹੁਣ ਖਿਆਲ ਕਰਿਓ ਆਪਣੀ ਸੂਰਤ ਦੇ ਵਿੱਚ ਕਿਤੇ ਉਹ ਸਮੇਂ ਨੂੰ ਲੈ ਕੇ ਆਓ ਜਦੋਂ 25 ਜਰਨੈਲਾਂ ਦੇ ਧੜ ਇੱਕ ਕੌਮ ਦੇ ਜਰਨੈਲ ਦੇ ਸਾਹਮਣੇ ਤੜਫ ਰਹੇ ਹੋਣ ਜ਼ਮੀਨ ਖੂਨ ਦੇ ਨਾਲ ਲਾਲ ਹੋਈ ਹੋਵੇ ਨੇਜਿਆਂ ਦੇ ਉੱਪਰ ਸਿਰ ਟੰਗੇ ਹੋਣ ਨੇਜੇ ਖੂਨ ਦੇ ਨਾਲ ਲਾਲ ਹੋਣ ਤੇ ਕੌਮ ਦਾ ਜਰਨੈਲ ਨੇਤਰ ਬੰਦ ਕਰਕੇ ਬੈਠਾ ਹੋਵੇ ਤੇ ਉਸ ਨੂੰ ਫਰਕ ਸੀ ਔਰ ਪੁੱਛਿਆ ਬੰਦਾ ਸਿੰਘ ਬਹਾਦਰ ਮੈਂ ਤੇ ਸੁਣਿਆ ਸੀ ਬੜਾ ਬਹਾਦਰ ਹੈ ਅੱਜ ਆਪਣੇ ਜਰਨੈਲਾਂ ਦੀ ਮੌਤ ਵੇਖ ਕੇ ਅੱਖਾਂ ਕਿਉਂ ਬੰਦ ਕਰ ਲਈਆਂ ਨੇ ਫਰਕ ਸੀ ਔਰ ਅੱਖਾਂ ਬੰਦ ਨਹੀਂ ਕੀਤੀਆਂ ਮੈਂ ਤਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰ ਰਿਹਾ ਸੀ ਉਹ ਮੇਰਾ ਦੇ ਸਾਈ ਜਿਹੜੇ ਮੇਰੇ ਤੋਂ ਬਾਅਦ ਦੇ ਵਿੱਚ ਧਰਮ ਯੁੱਧ ਚ ਆਏ ਉਹ ਤੇਰੀ ਗੋਦ ਚ ਪਹਿਲਾਂ ਚਲੇ ਗਏ ਮੈਨੂੰ ਕਿਉਂ ਦੇਰੀ ਕੀਤੀ ਜਾ ਰਹੀ ਹੈ ਨਹੀਂ ਬੰਦਾ ਸਿੰਘ ਨਹੀਂ ਤੈਨੂੰ ਮੈਂ ਪਕਾਉਣਾ ਨਹੀਂ ਤੈਨੂੰ ਚੁਕਾਉਣਾ
ਮੈਂ ਤੇ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਹੈ ਕਿ ਉਹ ਬੰਦਾ ਸਿੰਘ ਬਹਾਦਰ ਹੈ ਜਿਨ੍ਹੇ 7 ਸਾਲ ਪੰਜਾਬ ਦੀ ਧਰਤੀ ਤੇ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ। ਮੈਂ ਤੇ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਹੈ ਇਹ ਉਹ ਬੰਦਾ ਸਿੰਘ ਬਹਾਦਰ ਹੈ ਜਿਹਨੂੰ ਮੈਂ ਆਪਣੇ ਪੈਰਾਂ ਤੇ ਝੁਕਾਇਆ, ਜਿਹਨੇ ਇਸਲਾਮ ਦੇ ਸਭ ਤੋਂ ਵੱਡੇ ਰਾਜ ਨੂੰ ਖਤਮ ਕਰਕੇ ਸਿੱਕੇ ਤੇ ਇਹ ਲਿਖ ਦਿੱਤਾ ਸੀ, ਸਿੱਕਾ ਯਦ ਪਰ ਹਰ ਦੋ ਆਲਮ ਤੇਗ ਨਾਨਕ ਵਾਹਬਾਸ। ਮੈਂ ਤਾਂ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਕਿ ਮੈਂ ਆਪਣੇ ਪੈਰਾਂ ਤੇ ਉਸ ਜਰਨੈਲ ਨੂੰ ਝੁਕਾਇਆ ਸੀਗਾ ਜਿਸ ਨੇ ਆਪਣੀ ਮੋਹਰ ਤੇ ਲਿਖ ਦਿੱਤਾ ਸੀ ਦੇਖ ਦੇਖ ਫਤਿਹ ਨੁਸਰਤ ਬੇਦ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਬੰਦਾ ਸਿੰਘ ਤੈਨੂੰ ਮਕਾਉਣਾ ਨਹੀਂ, ਤੈਨੂੰ ਝੁਕਾਉਣਾ। ਬਾਬਾ ਬੰਦਾ ਸਿੰਘ ਬਹਾਦਰ ਦਾ 4.25 ਸਾਲ ਦਾ ਬੇਟਾ ਅਜੇ ਸਿੰਘ ਨਾਜ਼ਰ ਖਾਨੇ ਦੇ ਵਿੱਚੋਂ ਦਰਬਾਰੀ ਖਾਨ ਦੇ ਕੋਲੋਂ ਕੱਢ ਕੇ ਮੰਗਵਾਇਆ ਗਿਆ। ਅੱਜ ਪਿਤਾ ਤੇ ਪੁੱਤਰ ਦਾ ਮਿਲਾਪ ਪੂਰੇ 7.5 ਮਹੀਨੇ ਬਾਅਦ ਹੋਇਆ। ਹੁਣ ਜੇ ਵੇਖੀਏ ਅਸੀਂ ਇੱਕ ਰਿਸ਼ਤੇ ਦੇ ਵਿੱਚ ਤਾਂ ਹੋ ਸਕਦਾ ਹੈ ਪੁੱਤਰ ਦੇ ਮਨ ਦੇ ਵਿੱਚ 4.25 ਸਾਲ ਦਾ ਪੁੱਤਰ ਹੈ ਇੱਕ ਸੁਰੱਖਿਆ ਦੀ ਭਾਵਨਾ ਨੇ ਜਨਮ ਲਿਆ ਹੋਵੇ ਕਿ ਮੈਂ ਅੱਜ ਆਪਣੇ ਪਿਤਾ ਨੂੰ ਮਿਲ ਰਿਹਾ। ਪਿਤਾ ਤੇ ਪੁੱਤਰ 7.5 ਮਹੀਨੇ ਬਾਅਦ ਮਿਲਾਪ, ਪਿਤਾ ਦੀ ਗੋਦ ਦੇ ਵਿੱਚ ਪੁੱਤਰ ਨੂੰ ਲਟਾਇਆ ਜਾਂਦਾ, ਇੱਕ ਹੱਥ ਕੜੀ ਖੋਲੀ ਜਾਂਦੀ ਹੈ ਤੇ ਕਮਰੂਦੀਨ ਮੀਰ ਆਤਿਸ਼ ਬੰਦਾ ਸਿੰਘ ਬਹਾਦਰ ਦੇ ਹੱਥ ਵਿੱਚ ਖੰਜਰ ਫੜਾ ਕੇ ਕਹਿੰਦਾ ਬੰਜਾ ਸਿੰਘ ਆਪਣੇ ਪੁੱਤਰ ਨੂੰ ਆਪ ਜ਼ਬਾਹ ਕਰ। ਇਸਲਾਮ ਦੇ ਵਿੱਚ ਕਤਲ ਕਰਨ ਦੇ 3 ਤਰੀਕੇ ਨੇ। ਜ਼ਬਾਹ ਕਰਨਾ ਹੁੰਦਾ ਛਾਤੀ ਨੂੰ ਚੀਰ ਦੇਣਾ, ਹਲਾਲ ਕਰਨਾ ਹੁੰਦਾ ਹਲਕੂਮ ਨੂੰ ਕੱਟ ਦੇਣਾ, ਜ਼ਰਹਰਾ ਕਰਨਾ ਹੁੰਦਾ ਛਾਤੀ ਦੇ ਆਰ ਪਰ ਖੰਜਰ ਕਰ ਦੇਣਾ। ਇਹ 3 ਤਰੀਕੇ ਨੇ, ਹਲਾਲ ਕਰਨਾ, ਜ਼ਬਾਹ ਕਰਨਾ ਔਰ ਜ਼ਰਹਰਾ ਕਰਨਾ। ਬੰਦਾ ਸਿੰਘ ਬਹਾਦਰ ਨੂੰ ਕਿਹਾ ਜਾ ਰਿਹਾ ਬੰਦਾ ਸਿੰਘ ਆਪਣੇ ਪੁੱਤਰ ਨੂੰ ਜ਼ਬਾਹ ਕਰ, ਇਹਦੀ ਛਾਤੀ ਨੂੰ ਚੀਰ ਦੇ। ਤੇ ਕੌਮ ਦੇ ਜਰਨੈਲ ਦਾ ਜਵਾਬ ਪਤਾ ਕੀ ਹੈ? ਫਰਕ ਸੀ, ਮੇਰੀ ਗੋਦੀ ਚ ਮੇਰਾ ਪੁੱਤ ਪਿਆ ਤੇ ਸੱਚ ਜਾਣੀ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਸੀ ਨਾ, ਉਹਨੇ ਕਿਹਾ ਸੀ ਮਜ਼ਲੂਮ ਤੇ ਮਾਸੂਮ ਤੇ ਵਾਰ ਨਹੀਂ ਕਰਨਾ, ਤੂੰ ਮੇਰਾ ਦੁਸ਼ਮਣ ਹੈ, ਜੇ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਜ਼ਬਾਹ ਨਾ ਕਰਦਾ, ਜੇ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਨਾ ਮੈਂ ਤਾਂ ਵੀ ਜ਼ਬਾਹ ਨਾ ਕਰਦਾ। ਕਮਰੂਦੀਨ ਮੀਰ ਆਤਿਸ਼ ਨੇ ਬੱਚੇ ਨੂੰ ਲੱਤ ਤੋਂ ਫੜ ਕੇ ਧੋਇਆ। ਇਬਰਤਨਾਮੇ ਦਾ ਲਿਖਾਰੀ ਮੁਹੰਮਦ ਕਾਸਮ ਹਾਰਸੀ ਲਿਖਦਾ ਬੱਚੇ ਦੇ ਟੁਕੜੇ ਕੀਤੇ ਗਏ, ਉਹਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ, ਉਹਦੀ ਛਾਤੀ ਨੂੰ ਖੋਲ ਕੇ ਉਹਦਾ ਦਿਲ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ, ਉਹਦੇ ਟੁਕੜਿਆਂ ਦਾ ਹਾਰ ਪਰੋ ਕੇ ਬੰਦਾ ਸਿੰਘ ਬਹਾਦਰ ਦੇ ਗਲ ਚ ਪਾ ਦਿੱਤਾ, ਉਹਦਾ ਖੂਨ ਬੰਦਾ ਸਿੰਘ ਬਹਾਦਰ ਦੇ ਮੂੰਹ ਤੇ ਮਲ ਦਿੱਤਾ। ਤੇ ਫਰਕ ਸਿਰ ਫਿਰ ਪੁੱਛਦਾ ਬੰਦਾ ਸਿੰਘ ਹੁਣ ਦੱਸ ਕੀ ਮਹਿਸੂਸ ਹੋ ਰਿਹਾ? ਤੇ ਬੰਦਾ ਸਿੰਘ ਕਹਿੰਦਾ ਫਰਕ ਸ਼ੇਰ, ਅਣਖ ਦੇ ਮੈਦਾਨ ਦੇ ਵਿੱਚ 2 ਜਰਨੈਲ ਲੜੇ ਸੀ, ਸੱਚ ਜਾਣੀ ਜਿਹੜਾ ਜਿੱਤਿਆ ਨਾ ਉਹਦੇ ਗਲ ਦੇ ਵਿੱਚ ਹਾਰ ਪਿਆ ਤੇ ਤੂੰ ਹਾਰ ਕੇ ਮੇਰੇ ਸਾਹਮਣੇ ਬੈਠਾ। ਫਰਕ ਸ਼ੇਰ ਕਹਿੰਦਾ ਬੰਦਾ ਸਿੰਘ ਅਜੇ ਵੀ ਨਹੀਂ ਝੁਕਣਾ, ਅਜੇ ਵੀ ਨਹੀਂ ਝੁਕਣਾ। ਪੁੱਤਰ ਦਾ ਸਿਰ ਜਿਹੜਾ ਕੱਟਿਆ ਪਿਆ ਸੀ ਉਹਦੀ ਗੋਦ ਚ ਰੱਖ ਦਿੱਤਾ ਤੇ ਕੌਮ ਦੇ ਜਰਨੈਲ ਦੇ ਨੇਤਰ ਬੰਦ ਨੇ। ਫਰਕ ਸ਼ੇਰ ਫਿਰ ਪੁੱਛਦਾ ਬੰਦਾ ਸਿੰਘ ਅਜੇ ਵੀ ਦੀਨ ਇਸਲਾਮ ਕਬੂਲ ਕਰ ਲਾ, ਮੈਂ ਨਹੀਂ ਚਾਹੁੰਦਾ ਤੇਰੇ ਵਰਗੇ ਬਹਾਦਰ ਸ਼ਖਸ ਨੂੰ ਖਤਮ ਕੀਤਾ ਜਾਵੇ, ਅਜੇ ਵੀ ਦੀਨ ਇਸਲਾਮ ਕਬੂਲ ਕਰ ਲਾ। ਤੇ ਬੰਦਾ ਸਿੰਘ ਕਹਿੰਦਾ ਫਰਕ ਸ਼ੇਰ, ਮੈਂ ਤਾਂ ਤੇਰਾ ਧਨਵਾਦੀ ਆ, ਇੱਕ ਕਰਜ਼ਾ ਰਹਿੰਦਾ ਸੀ ਤੂੰ ਉਹ ਵੀ ਲਾ ਦਿੱਤਾ ਈ, ਜਿਸ ਗੁਰੂ ਨੇ ਖੰਡੇ ਬਾਟੇ ਦੀ ਪਾਹੁਲ ਦਿੱਤੀ ਸੀ, ਮੇਰੀ ਝੋਲੀ ਚ 4 ਪੁੱਤਰਾਂ ਦੇ ਸਿਰ ਪਾਏ ਸੀ, ਅੱਜ ਮੈਂ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ ਚ ਲੈ ਕੇ ਮੈਂ ਗੁਰੂ ਦੀ ਗੋਦ ਚ ਜਾ ਰਿਹਾ। ਬੰਦਾ ਸਿੰਘ ਜੇ ਜ਼ਰੂਰ ਮਰਨਾ ਈ ਫਿਰ ਦੱਸ ਮੌਤ ਕਿਵੇਂ ਦੀ ਦਿੱਤੀ ਜਾਵੇ? ਅਸੀਂ ਇਤਿਹਾਸ ਦੀਆਂ ਕਿਤਾਬਾਂ ਚ ਪੜ੍ਹਦੇ ਹਾਂ ਕਿ ਜਦੋਂ ਪੋਰਸ ਹਾਰ ਜਾਂਦਾ ਤੇ ਸਿਕੰਦਰ ਕਹਿੰਦਾ ਦੱਸ ਤੇਰੇ ਨਾਲ ਕਿਵੇਂ ਦਾ ਵਰਤਾਅ ਕੀਤਾ ਜਾਵੇ, ਕਹਿੰਦਾ ਜਿਵੇਂ ਦਾ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ, ਇਹ ਜ਼ਿੰਦਗੀ ਜਿਉਣ ਦੀ ਗੱਲ ਹੈ। ਤਵਾਰੀ ਗੁਰੂ ਖਾਲਸਾ ਤੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ, ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਪੁੱਛਿਆ ਜਾ ਰਿਹਾ ਤੈਨੂੰ ਮੌਤ ਕਿਵੇਂ ਦੀ ਦਿੱਤੀ ਜਾਵੇ, ਤੇ ਕੌਮ ਦਾ ਜਰਨੈਲ ਕਹਿ ਰਿਹਾ ਬੰਦਾ ਸਿੰਘ ਬਹਾਦਰ ਫਰਕ ਸ਼ੇਰ, ਮੈਨੂੰ ਇਵੇਂ ਦੀ ਮੌਤ ਤਜਵੀਜ਼ ਕਰੀ ਕਿ ਮੈਨੂੰ ਆਪਣੇ ਸਬਰ ਦਾ ਪਤਾ ਲੱਗ ਜਾਵੇ, ਤੈਨੂੰ ਆਪਣੇ ਜ਼ਬਰ ਦਾ ਪਤਾ ਲੱਗ ਜਾਵੇ। ਕੌਮ ਦੇ ਜਰਨੈਲ ਨੂੰ 9 ਜੂਨ 1716 ਨੂੰ ਸ਼ਹੀਦ ਕਰ ਦਿੱਤਾ ਗਿਆ।
ਇਹ ਸਾਡਾ ਇੱਕ ਸ਼ਹੀਦੀ ਵਿਰਸਾ ਹੈ, ਇਹ ਸਾਡੀ ਇੱਕ ਸ਼ਹੀਦੀ ਪਰੰਪਰਾ ਹੈ। ਔਰ ਗੁਰੂ ਸਵਾਰਿਓ, ਜਿੱਥੇ ਸਾਰੀਆਂ ਕੌਮੀਅਤਾਂ ਮੌਤ ਤੋਂ ਡਰਦੀਆਂ ਨੇ ਨਾ, ਤੇ ਜਿਹੜਾ ਮੇਰੇ ਗੁਰੂ ਨੇ ਫੈਸਲਾ ਦਿੱਤਾ ਹੈ, ਜਿਹ ਮਰਨੇ ਸਭ ਜਗਤ ਤਰਾਸਿਆ ਸੋ ਮਰਨਾ ਗੁਰੂ ਸ਼ਬਦ ਪ੍ਰਕਾਸ਼ਿਆ। ਗੁਰੂ ਕਿਰਪਾ ਕਰ ਦੇਵੇ, ਇਸ ਮੌਤ ਦੇ ਵਿੱਚ ਵੀ ਆਨੰਦ ਆਉਂਦਾ ਹੈ, ਤੇ ਉਸ ਆਨੰਦ ਦੇ ਵਿੱਚ ਜਿਹੜੀ ਸਿੱਖ ਦੀ ਸ਼ਹਾਦਤ ਹੈ, ਉਹ ਸਿੱਖ ਦੇ ਮਨ ਦਾ ਸੰਕਲਪ ਹੈ ਕਿ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਸੋ ਇਹਨਾਂ ਸ਼ਹੀਦੀ ਵਿਰਸੇ ਨੂੰ ਯਾਦ ਰੱਖਣਾ, ਆਉਣ ਵਾਲੀ ਪੀੜ੍ਹੀ ਤੱਕ ਲੈ ਕੇ ਜਾਣਾ, ਤੇ ਇਹਨਾਂ ਸ਼ਹੀਦਾਂ ਦੀਆਂ ਯਾਦਾਂ ਨੂੰ ਮਨਾਉਣਾ। ਗੁਰੂ ਸਵਾਰਿਓ, ਤੁਸੀਂ ਵਡਭਾਗਿਓ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਕੋਈ ਰਸਨਾ ਵਾਂਝੀ ਨਾ ਰਹੇ। ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।